ਸਾਸਤ੍ਰੀਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਮਿਲ ਯੂਐਸਏ ਟੀਵੀ ਮੈਂ ਹਸਨਜੀਵ ਯਸ਼ਖੰਨਾ ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ ਜੀ ਤੇ ਪੰਜਾਬ ਫੋਕਸ ਲੈ ਕੇ ਅਸੀਂ ਹਾਜ਼ਰ ਹਾਂ ਤੁਹਾਡੇ ਲਈ ਅਸੀਂ ਦੋਵੇਂ ਬਲਕਾਰ ਜੀ ਅਮਰੀਕਾ ਚਲਦੇ ਜਰੂਰ ਪੱਕਾ ਕਿਉਂਕਿ ਮੈਂ ਅਮਰੀਕਾ ਦੀ ਧਰਤੀ ਹੈਸੀ ਧਰਤੀ ਹੈ ਜਿੱਥੇ ਸਾਡੇ ਪ੍ਰਵਾਸੀ ਭਾਰਤੀ ਵੀ ਆ ਤੇ ਉੱਥੋਂ ਨਵੀਆਂ ਖਬਰਾਂ ਮਿਲਦੀਆਂ ਤੇ ਜਿਨ੍ਹਾਂ ਨੂੰ ਉਹ ਬਿਲਕੁਲ ਬੜੇ ਇੰਟਰਸਟ ਨਾਲ ਸੁਣਦੇ ਆ ਬਿਲਕੁਲ ਜੀ ਉਹਨਾਂ ਇੰਟਰਸਟ ਵੀ ਦਿਖਾ ਲਈ ਹੈ ਕਿ ਮੋਦੀ ਸਾਹਿਬ ਜਾ ਰਹੇ ਨੇ 21 ਤੋਂ 24 ਅਮਰੀਕਾ ਦੇ ਦੌਰੇ ਤੇ ਸਟੇਟ ਵਿਜ਼ਿਟ ਹੈ ਜੋ ਬਾਈਡਨ ਸਾਹਿਬ ਨੇ ਤੇ ফার্স্ট ਲੇਡੀ ਨੇ ਉਹਨਾਂ ਨੂੰ ਇਨਵਾਈਟ ਕੀਤਾ ਹੈ ਪਿੱਛੇ ਤੇ ਗੱਲ ਚੱਲੀ ਸੀ ਕਿ ਜਿਹੜਾ ਵੀਜ਼ਾ ਟਾਈਮ ਹੈ ਉਹ ਵੀ ਉਸ ਦੇ ਹਿਸਾਬ ਨਾਲ ਘਟਾਇਆ ਜਾਵੇ ਕਿ ਕਈ ਵਾਰ 600 ਦਿਨ ਦੀ ਵੇਟ ਕਰਨੀ ਪੈਂਦੀ ਹੈ 450 ਦਿਨ ਤੋਂ ਲੈ ਕੇ ਔਰ ਮੁੰਬਈ ਦੇ ਵਿੱਚ ਤਾਂ 587 ਦਿਨ ਤੱਕ ਵੇਟ ਕਰਨੀ ਪੈਂਦੀ ਹੈ ਸੋ ਇਹ ਇੰਟਰਨੈਸ਼ਨਲ ਲੈਵਲ ਤੇ ਜੇ ਦੇਖਿਆ ਜਾਵੇ ਨਾ ਸਭ ਤੋਂ ਜ਼ਿਆਦਾ ਵੀਜ਼ਾ ਟਾਈਮ ਹੈ ਜਿਹੜਾ ਅਮਰੀਕਾ ਦੇ ਪਾਰਟ ਦੇ ਵਿੱਚ ਆਹ ਹੁਣ ਜਾਣਦਾ ਕਈ ୱੇਟਿੰਗ ਲਿਸਟ ਚ ਵੀ ਰਹਿੰਦੇ ਨੇ ୱੇਟਿੰਗ ਲਿਸਟ ਚ ਰਹਿੰਦੇ ਨੇ ਸੋ ਇਹਦੇ ਉੱਤੇ ਜੋ ਬਾਈਡਨ ਸਾਹਿਬ ਨੂੰ ਸੰਸਦਾਂ ਨੇ ਘੇਰਿਆ ਵੀ ਤੇ ਉਹ ਕਹਿੰਦੇ ਨੇ ਕਿ ਮੈਂ ਇਹਦੇ ਗੱਲ ਤਵੱਜੋ ਦੇ ਰਿਹਾ ਕਿਉਂਕਿ ਇਹਦਾ ਸਿੱਧਾ ਅਸਰ ਬਿਜ਼ਨਸ ਤੇ ਪੈ ਰਿਹਾ ਤੇ ਬਿਜ਼ਨਸ ਵਾਸਤੇ ਹੀ ਮੋਦੀ ਸਾਹਿਬ ਜਾ ਰਹੇ ਨੇ ਹੁਣ ਨਵੇਂ-ਨਵੇਂ ਡੀਲਸ ਸਾਈਨ ਹੋਣੀਆਂ ਨੇ ਸੋ ਸਿੱਖ ਜਥੇਬੰਦੀਆਂ ਜਿਹੜੀਆਂ ਮੌਜੂਦ ਨੇ ਅਮਰੀਕਾ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਮੋਦੀ ਸਾਹਿਬ ਦੇ ਦੌਰੇ ਦਾ ਵਿਰੋਧ ਕਰਾਂਗੇ ਹੁਣ ਇਹਦੇ ਪਿੱਛੇ ਕੀ ਕਾਰਨ ਹੈ ਕਿਉਂਕਿ ਸਾਰਾ ਉੱਥੇ ਪਾਈਚਾਰਾ ਡਾਇਸਪੋਰਾ ਬਹੁਤ ਖੁਸ਼ ਹੈ ਇੰਡੀਅ ਔਰ ਉਹ ਚਾਹੁੰਦੇ ਨੇ ਕਿ ਕੁਝ ਨਾ ਕੁਝ ਨਵਾਂ ਹੋਵੇ ਪਰ ਆ ਕੀ ਚੀਜ਼ ਹੋ ਗਈ ਕਿ ਕਿਉਂ ਵਿਰੋਧ ਹੋਣ ਜਾ ਰਿਹਾ ਵਸ਼ਿੰਗਟਨ ਦੇ ਵਿੱਚ ਹਾਂ ਉਹਨਾਂ ਦੇ ਜਿੰਨੇ ਵੀ ਜਥੇਬੰਦੀਆਂ ਦੇ ਨੇਤਾ ਨੇ ਉਹ ਇਕੱਠੇ ਹੋਏ ਉਹਨਾਂ ਦੀ ਮੀਟਿੰਗ ਹੋਈ ਹੈ ਬੜੀ ਫਾਰੀ ਤੌਰ ਤੇ ਔਰ ਉਹਨਾਂ ਨੇ ਕਿਹਾ ਕਿ 22 ਜੂਨ ਜਦੋਂ ਵਸ਼ਿੰਗਟਨ ਇਹ ਪਹੁੰਚਣਗੇ ਉੱਥੇ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਔਰ ਉਹਨਾਂ ਨੇ ਐਲਾਨ ਕਰ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਅਸੀਂ ਕੇਵਲ ਮੋਦੀ ਸਾਹਿਬ ਦਾ ਵਿਰੋਧ ਨਹੀਂ ਕਰ ਰਹੇ ਇਹ ਤੋਂ ਪਹਿਲਾਂ ਰਾਹੁਲ ਗਾਂਧੀ ਤੇ ਵੀ ਉਹਨਾਂ ਨੇ ਬਹੁਤ સારી ਇਸ ਤਰੀਕੇ ਨਾਲ ਵਿਰੋਧ ਕੀਤਾ ਔਰ ਉਸ ਤੋਂ ਪਹਿਲਾਂ ਅਮਰਿੰਦਰ ਢਿੰਗ ਉਹਨਾਂ ਦੇ ਮਗਰ ਵੀ ਪਏ ਹੋ ਉਹ ਜਿੰਨੇ ਵੀ ਨਿੱਤਾ ਜਾਂਦੇ ਹਨ ਕਈ ਵਾਰੀ ਤਾਂ ਉੱਥੇ ਗੱਲਾਂ ਇਸ ਤਰ੍ਹਾਂ ਦੀਆਂ ਕਰਦੇ ਆ ਜਿਹੜੀਆਂ ਉਹ ਕਹਿੰਦੇ ਕਿ ਇਹਨਾਂ ਨੂੰ ਪਤਾ ਹੀ ਨਹੀਂ ਪ੍ਰਵਾਸੀ ਭਾਰਤੀਆਂ ਨੂੰ ਸੋਸ਼ਲ ਮੀਡੀਆ ਨਾਲ ਉਹਨਾਂ ਨੂੰ A to Z ਹਰ ਚੀਜ਼ ਦਾ ਪਤਾ ਹੁੰਦਾ ਇਹਨਾਂ ਦਾ ਝੂਠ ਉੱਥੇ ਨਹੀਂ ਚੱਲਦਾ ਇਸ ਕਰਕੇ ਇਹਨਾਂ ਦੇ ਮਗਰ ਭੱਜਦੇ ਆ ਔਰ ਦੇਖੋ ਰਾਜਾ ਬੜਿੰਗ ਦੀ ਵੀਡੀਓ ਦੇਖਿਓ ਬਹੁਤ ਬੁਰੀ ਤਰ੍ਹਾਂ ਇਹਨਾਂ ਨੇ ਆਪਣੀ ਗੱਡੀ ਰੈੱਡ ਲਾਈਟ ਤੋਂ ਗੁਜ਼ਾਰ ਦਿੱਤੀ ਸੀ ਉੱਥੋਂ ਦੌੜੇ ਔਰ ਤੋਂ ਬਾਅਦ ਇਹ ਕਿਉਂਕਿ ਜਵਾਬ ਨਹੀਂ ਦੇ ਸਕੇ ਅੱਜ ਇੱਥੇ ਆ ਕੇ ਕਹਿੰਦੇ ਆ ਕਿ ਸਾਡੇ ਪਿੱਛੇ ਲਾਉਣ ਦੇ ਬੰਦੇ ਐਜੰਸੀਆਂ ਲਾ ਦਿੰਦੇ ਆ ਜੋ ਸੱਚ ਬੋਲਦੇ ਨੇ ਪ੍ਰਵਾਸੀ ਭਾਰਤੀ ਐਨ ਆਰ ਆਈ ਵੀਰ ਉਹਨਾਂ ਨੂੰ ਪਤਾ ਹੈਗਾ ਕਿ ਇਹਨਾਂ ਨੇ ਸਾਡੇ ਦੇਸ਼ ਨੂੰ ਲੁੱਟ ਕੇ ਖਾ ਲਿਆ ਔਰ ਰੋਜ਼ ਦਿਹਾੜੀ ਇਹ ਝੂਠ ਤੂਫਾਨ ਬੋਲਦੇ ਆ ਔਰ ਇਹਨਾਂ ਨੂੰ ਅਸੀਂ ਉਸ ਤਰ੍ਹਾਂ ਦਾ ਵੈਲਕਮ ਨਹੀਂ ਕਰਾਂਗੇ ਜਿਸ ਤਰ੍ਹਾਂ ਦਾ ਅਸੀਂ ਚੰਗੇ ਤੇ ਇਮਾਨਦਾਰ ਨੇਤਾ ਨੂੰ ਕਰਦੇ ਹਾਂ ਔਰ ਰਾਜ ਗਾਂਧੀ ਦੇਬ ਮਗਰ ਵੀ ਇਹਨਾਂ ਨੇ ਇਸੇ ਤਰ੍ਹਾਂ ਕਿਹਾ ਕਿ ਇਹ ਜੋ ਇੱਥੇ ਆ ਕੇ ਬੋਲਦਾ ਝੂਠ ਬੋਲਦਾ ਜੋ ਕੁਝ ਇਹਨਾਂ ਨੇ ਪਹਿਲਾਂ ਕੀਤਾ ਆਪਣੀ ਸਿਆਸਤ ਦੇ ਵਿੱਚ ਆਪਣੇ ਦਰਮ ਦੇ ਵਿੱਚ ਉਹ ਵੀ ਸਿੱਖਾਂ ਲਈ ਬਹੁਤ ਮਾੜਾ ਕੀਤਾ ਹੁਣ ਮੋਦੀ ਸਾਹਿਬ ਦੀ ਵਾਰੀ ਆ ਗਈ ਆ ਇਹ 22 ਤਰੀਕ ਨੂੰ ਉੱਥੇ ਜਾ ਰਹੇ ਆ ਔਰ ਇਹਨਾਂ ਦੇ ਮਗਰ ਵਿੱਚ ਜਥੇਬੰਦੀਆਂ ਪੂਰੀ ਤਰ੍ਹਾਂ ਆਪਣੇ ਤਰ੍ਹਾਂ ਲਾਂਬੰਦ ਹੋ ਗਈਆਂ ਇਸ ਕਰਕੇ ਲਾਂਬੰਦ ਹੋਈਆਂ ਕਿ ਇਹਨਾਂ ਵੀ ਉੱਥੇ ਜੋ ਕੁਝ ਗੱਲਾਂ ਕਰਨੀਆਂ ਉਹ ਪੰਜਾਬ ਵਿੱਚ ਨਹੀਂ ਪੂਰੇ ਹਿੰਦੁਸਤਾਨ ਵਿੱਚ ਵੀ ਇਹਨਾਂ ਨੇ ਜਿਹੜਿਆ ਉਹਨਾਂ ਨੂੰ ਨੁਕਸਾਨ ਬਚਾਇਆ ਉਹ ਉਹਨਾਂ ਦਾ ਖਮਿਆਜਾ ਪੁਗਤਣਾ ਪਵੇਗਾ ਕਿਉਂਕਿ ਜਿਹੜੀ ਸਿੱਖ ਏਜੰਸੀਆਂ ਨੇ ਧਾਰਮਿਕ ਏਜੰਸੀਆਂ ਨੇ ਉੱਥੇ ਬੈਠੀਆਂ ਉਹਨਾਂ ਨੂੰ ਪਤਾ ਹੈਗਾ ਕਿ ਪੰਜਾਬ ਲਈ ਇਹਨਾਂ ਦਾ ਰੁਖ ਕੀ ਰਿਹਾ ਔਰ ਇਹਨਾਂ ਦੀ ਸਿਆਸਤ ਕਿਸ ਤਰ੍ਹਾਂ ਦਾ ਕਰਵਟ ਲਈ ਹੈ ਪੰਜਾਬ ਲਈ ਔਰ ਜ਼ਿਆਦਾਤਰ ਜਿਹੜੇ ਸਿੱਖ ਕਮਿਊਨਿਟੀ ਹੈ ਪੰਜਾਬ ਨੂੰ ਬਿਲੋਂਗ ਕਰਨ ਵਾਲੇ ਆ ਉਹਨਾਂ ਨੂੰ ਇਹ ਪਤਾ ਹੈਗਾ ਕਿ ਅਸੀਂ ਸਾਡੇ ਦੇਸ਼ ਚ ਚਾਗੇ ਹੁਣ ਜਿੱਥੇ ਅਸੀਂ ਵਸ ਰਹੇ ਆਂ ਪ੍ਰਵਾਸੀਆਂ ਦੇ ਤੌਰ ਤੇ ਪਰ ਸਾਡੇ ਜਿਹੜੇ ਉੱਥੇ ਪਛੋਕੜ ਆ ਸਾਡੇ ਜਿਹੜੇ ਦਾਦੇ ਨਾਨਕੇ ਆ ਬਜ਼ੁਰਗ ਬੈਠੇ ਆ ਉਹਨਾਂ ਦਾ ਕੀ ਹਾਲ ਹੋਇਆ ਉਹਨਾਂ ਨੂੰ ਕੀ ਸਹੂਲਤਾਂ ਦਿੱਤੀਆਂ ਅਸੀਂ ਤਾਂ ਇੱਥੇ ਰੈਸਟੋਰੈਂਟ ਚਲਾ ਰਹੇ ਆਂ ਬੁਟੀਕ ਚਲਾ ਰਹੇ ਆਂ ਵੱਡੇ ਵੱਡੇ ਬਿਜ਼ਨਸ ਆ ਸਾਡੇ ਪਰ ਉਹਨਾਂ ਦੇ ਵਿਚਾਰਿਆਂ ਨੂੰ ਤਾਂ ਹੈਂਡ ਟੂ ਮਾਊਥ ਆ ਜ਼ਮੀਨਾਂ ਦੇ ਲਈ ਕੀ ਕੀਤਾ ਤਨ ਕਾਲੇ ਕਾਨੂੰਨਾਂ ਲਈ ਕੀ ਕੀਤਾ ਉਹਨਾਂ ਦੀਆਂ ਮੰਗਾਂ ਲਈ ਕੀ ਕੀਤਾ ਸਮਰਥਨਾ ਮੋਰਲੇ ਲਈ ਕੀ ਕੀਤਾ ਕੀ ਕੀਤਾ ਉਹ ਇਸ ਕਰਕੇ ਉਹਨਾਂ ਦੇ ਅੰਦਰ ਰੋਸ ਆ। ਉਹ ਰੋਸ ਨੂੰ ਪ੍ਰਗਟਾਉਣ ਲਈ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਅੱਗੇ ਪ੍ਰਦਰਸ਼ਨ ਕੀਤੀ ਜਾਊਗੀ। ਨਾਰੇਬਾਜ਼ੀ ਕੀਤੀ ਜਾਊਗੀ ਔਰ ਬਕਾਇਦਾ ਤੌਰ ਤੇ ਉਹਨਾਂ ਦੀ ਗੱਲ ਜਿਹੜੀ ਅਣਸੁਣੀ ਕੀਤੀ ਜਾਊਗੀ। ਬਕਾਇਦਾ ਤੌਰ ਤੇ ਸਾਰੀਆਂ ਜਥੇਬੰਦੀਆਂ ਨੇ ਲਾਂਬੰਦ ਹੋ ਕੇ ਇਸ ਗੰਮ ਨੂੰ ਅੱਗੇ ਲਿਆਉਣ ਦਾ ਨਿਸ਼ਾ ਕਰ ਲਿਆ। ਐਕਚੁਅਲੀ ਇਹਦੇ ਪਿੱਛੇ ਰੀਜ਼ਨ ਇਹੀ ਹੈ ਕਿ ਜਿਹੜਾ ਪੰਜਾਬ ਦੇ ਨਾਲ ਵਿਤਕਰਾ ਬਿਲਕੁਲ ਸਹੀ ਗੱਲ। ਮੈਂ ਵੀ ਇੱਥੇ ਆਉਣਾ ਚਾਹੁੰਦਾ ਸੀ ਮੈਂ ਕਿਹਾ ਤੁਸੀਂ ਸਿੱਟਾ ਕੱਢੋਗੇ ਉਹ ਕੀ ਕਹਾ ਹੈਗਾ ਸਿੱਟਾ ਸਿੱਟਾ ਤੇ ਇਹੀ ਆ। ਜੋ ਕਨਕਲੂਜਨ ਇਹੀ ਆ। ਕਨਕਲੂਜਨ ਇਹੀ ਹੈ ਕਿ ਪੰਜਾਬ ਦੇ ਨਾਲ ਵਿਦਕਰਾ ਹੋ ਰਿਹਾ ਜੀ ਜੀ ਸੋ ਸੱਤੇਪਾਲ ਮਲਿਕ ਜੋ ਗਵਰਨਰ ਨੇ ਆ ਐਕਸ ਗਵਰਨਰ ਦੇ ਸੱਤੇਪਾਲ ਨੂੰ ਜਿੰਡ ਕੇ ਦੇ ਉਹਨਾਂ ਨੇ ਇੱਕ ਗੱਲ ਕਹੀ ਮੈਂ ਕਈ ਵਾਰ ਉਤੇ ਡਿਸਕਸ ਵੀ ਕੀਤਾ ਹੈ ਕਈ ਐਕਸਪਰਟਸ ਦੇ ਨਾਲ ਕਿ ਉਹ ਇਹ ਕਿਉਂ ਕਹਿ ਰਹੇ ਨੇ ਕਿ 2024 ਦੇ ਵਿੱਚ ਜੇ ਇਹ ਇਦਾਂ ਹੀ ਚੱਲਦਾ ਰਿਹਾ ਸੱਤਾ ਦੇ ਵਿੱਚ ਫਿਰ ਮੋਦੀ ਸਾਹਿਬ ਆਉਂਦੇ ਨੇ ਪ੍ਰਾਈਮ ਮਿਨਿਸਟਰ ਦੇ ਰੂਪ ਦੇ ਵਿੱਚ ਤਾਂ ਇਹ ਸਾਰੀ ਸੱਤਾ ਇਦਾਂ ਹੀ ਚੱਲਦੀ ਹੈ ਤਾਂ ਹੋ ਸਕਦਾ ਹੈ ਕਿ 2029 ਦੇ ਵਿੱਚ ਇਲੈਕਸ਼ਨਸ ਇਹ ਨਾ ਹੋਣ ਦੇ ਨੇ ਇੱਕ ਗੱਲ ਉਹਨਾਂ ਨੇ ਕਿਉਂ ਕਹੀ ਕਿ ਸਾਡਾ ਲੋਕਤੰਤਰ ਇੰਨਾ ਜ਼ਿਆਦਾ ਰਿਸਕ ਦੇ ਉੱਤੇ ਆ ਗਿਆ ਕਿ ਇਲੈਕਸ਼ਨ ਹੀ ਨਾ ਹੋਣ ਦੇਣ ਤੇ ਫਿਰ ਪਬਲਿਕ ਕੀ ਕਰੇ ਮਤਲਬ ਸੱਤੇਪਾਲ ਮਲਿਕ ਜੀ ਦੀ ਇਸ ਸਟੇਟਮੈਂਟ ਦਾ ਮਤਲਬ ਕੀ ਹੈ ਤਾਂ ਐਕਸਪਰਟਸ ਕਹਿ ਰਹੇ ਨੇ ਕਿ ਅਸੀਂ ਵੀ ਸਾਰੇ ਉਲਝਣੇ ਚਾ ਕਿ ਉਹਨਾਂ ਨੇ ਗੱਲ ਕਿਉਂ ਕਹੀ ਕਿਉਂਕਿ ਕੋਈ ਸੀਨੀਅਰ ਬੰਦਾ ਇਦਾਂ ਦੀ ਗੱਲ ਕਰੇ ਤਾਂ ਵਿੱਚ ਵਾਕੀ ਵਿਚਾਰ ਕਰਨਾ ਪੈਂਦਾ ਆਮ ਕੋਈ ਬੰਦਾ ਕਰਵੇ ਉਹ ਵਕਰੀ ਗੱਲ ਆ ਪਰ ਇੱਕ ਗਵਰਨਰ ਇਹ ਗੱਲ ਕਿਉਂ ਕਹਿ ਰਹੇ ਨੇ ਇਹ ਇੱਥੇ ਤੱਕ ਗੱਲ ਪਹੁੰਚ ਚੁੱਕੀ ਹੈ ਕਿ ਡੈਮੋਕ੍ਰੇਸੀ ਇੱਥੇ ਤੱਕ ਰਿਸਕ ਦੇ ਉੱਤੇ ਆ ਚੁੱਕੀ ਹੈ ਭਾਰਤ ਦੇ ਵੈਸੇ ਪਤਾ ਹੈ ਕਿ ਇਹ ਜਿੱਦ ਉਹ ਸੋਸ਼ਲ ਮੀਡੀਆ ਤੇ ਆਇਆ ਪਹਿਲਾਂ ਤਾਂ ਗਵਰਨਰ ਦੇ ਤੌਰ ਤੇ ਕੰਮ ਕੀਤਾ ਉਹਨਾਂ ਨੇ ਉਦੋਂ ਤਾਂ ਇਹਨਾਂ ਗੱਲਾਂ ਨਹੀਂ ਸੀ ਕਰ ਸਕਦੇ ਕਿਉਂਕਿ ਉਹਨਾਂ ਉਦੋਂ ਪਾਲਿਸੀ ਮੇਕਰ ਸੀਗੇ ਲੋਕਾਂ ਦੇ ਲਈ ਉਹਨਾਂ ਦਾ ਜਿਹੜਾ ਸੁਝਾਅ ਸੀਗੇ ਉਹ ਨੀਤੀ ਅਨਸਾਰ ਸੀਗੇ ਜਦੋਂ ਉਹ ਗਵਰਨਰ ਨਹੀਂ ਰਹੇ ਫਿਰ ਪੂਰੇ ਦਾ ਪੂਰਾ ਸੱਚ ਬੋਲਣਾ ਪਿਆ 100% ਸੱਚ 100 ਪ੍ਰਤੀਸ਼ਤ ਸੱਚ ਬੋਲਣਾ ਬੜੀ ਵੱਡੀ ਗੱਲ ਹੁੰਦੀ ਆ ਜਿਹੜੇ-ਜਿਹੜੇ ਵੀ ਵੱਡੀਆਂ ਪੋਸਟਾਂ ਤੇ ਰਹੇ ਆ ਸੀਬੀਆਈ ਦੇ ਡਾਇਰੈਕਟਰ ਸੀਗੇ ਜੋਗਿੰਦਰ ਸਿੰਘ ਜਦੋਂ ਉਹਨਾਂ ਨੇ ਰਿਜ਼ਾਈਨ ਕੀਤਾ ਸਰਵਜਪੂਰੀ ਹੋ ਗਈ ਉਹਨਾਂ ਨੇ ਪੂਰੇ ਪਲੰਥੇ ਅੱਗੇ ਲੋਕਾਂ ਦੇ ਕਰਤੇ ਕਿਤਾਬਾਂ ਲਕੀਆਂ ਕਿ ਆਹ ਜੇ ਗਵਰਨਮੈਂਟ ਦਾ ਕੰਮ ਜਿਹੜਾ ਸਾਡੇ ਤੋਂ ਕੋਲੋਂ ਕਰਵਾਉਂਦੀ ਰਹੀ ਸੀਬੀਆਈ ਦੇ ਡਾਇਰੈਕਟਰ ਨੇ ਕਿਹਾ ਕਿ ਅਸੀਂ ਇਹਨਾਂ ਦੀ ਚੋਰੀ 'ਚ ਪੈ ਰਹੇ ਕਿਉਂਕਿ ਤਨਖਾਹ ਲੈਂਦੇ ਸੀ ਸਾਨੂੰ ਮੰਨਣਾ ਪੈਂਦਾ ਸੀ ਐਥੇ ਕੇਸ ਕਰਦੇ ਹੋ ਅਉਧੇ ਤੇ ਕਰਦੇ ਹੋ ਉਹਨੂੰ ਅੰਦਰ ਕਰਦੇ ਹੋ ਉਹਦੇ ਤੇ ਆਹ ਤਾਰਾ ਲਾ ਦਿਓ ਇਹ ਗੱਲਾਂ ਜੜੀਆਂ ਵਾਕਿਆਤੌਰ ਤੇ ਹੁੰਦੀਆਂ ਤੇ ਉਹ ਉਦੋਂ ਇਨਕਸ਼ਾਬ ਹੁੰਦਾ ਉਦੋਂ ਲੋਕਾਂ ਤੱਕ ਪ੍ਰਗਟਾਈਆਂ ਜਾਂਦੀਆਂ ਜਦੋਂ ਉਹ ਪਦਵੀ ਤੇ ਨਹੀਂ ਹੁੰਦੇ ਹੁਣ ਤੁਸੀਂ ਇਹ ਗੱਲ ਕੀਤੀ ਗੁਰਮਨ ਸਾਹਿਬ ਦੀ ਉਹ ਗੱਲ ਉਹਨਾਂ ਦੀ ਬਿਲਕੁਲ ਠੀਕ ਹੈ ਪੁਲਵਾਮਾ ਦੇ ਬਾਰੇ ਉਹਨਾਂ ਨੇ ਦੱਸਿਆ ਪਈ ਕਿ ਹੋਇਆ ਇਹਦੇ ਪਿੱਛੇ ਕੀ ਸੀਗਾ ਪਾਕਿਸਤਾਨ ਦੇ ਨਾਲ ਜਿਹੜਾ ਸਾਡਾ ਹਵਾਈ ਫਾਇਰ ਦਾ ਹਮਲਾ ਆਇਆ ਸੀਗਾ ਕਾਰਗਿਲ ਤੱਕ ਉਹਨਾਂ ਨੇ ਗੱਲ ਕੀਤੀ ਇਹ ਕੀ ਸੀਗਾ ਤੇ ਪਿੱਛੇ ਕੀ ਸਿਆਸਤ ਸੀਗੀ ਉਹ ਤਾਂ ਕੀ ਗਵਰਨਮੈਂਟ ਕਰਦੀ ਸੀ ਔਰ ਬਾਕੀ ਦਾ ਤਾਂ ਉਹਨਾਂ ਨੇ ਪੁਆਇੰਟ ਟੂ ਪੁਆਇੰਟ ਸਾਰੀਆਂ ਗੱਲਾਂ ਕੀਤੀਆਂ ਔਰ ਲੋਕਾਂ ਦੇ ਮੰਨਣਯੋਗ ਗੱਲਾਂ ਕੀਆਂ ਲੋਕ ਮੰਨ ਗਏ ਕਿ ਇਹਦੇ ਪਿੱਛੇ ਕੀ ਹੈ ਸਰਕਾਰੀ ਕੂਟਨੀਤੀ ਇਦੇ ਵਿੱਚ ਸਰਕਾਰ ਦੀ ਜਿਹੜੀ ਆ ਉਹ ਲੋਕਾਂ ਨੂੰ ਮੂਰਖ ਗੁੰਮਰਾਹ ਕਰਨ ਦੀਆਂ ਨੀਤੀਆਂ ਨੇ ਉਹਨਾਂ ਨੇ ਕਹਾ ਕਿ ਅਸੀਂ ਪਬਲਿਕ ਨੇ ਚੁਣ ਕੇ ਸਾਨੂੰ ਭੇਜਿਆ ਸੀ ਉਹਨਾਂ ਦੇ ਲੋਕ ਆ ਗਿਆ ਮੈਂ ਸੱਚ ਬੋਲਣ ਤੋਂ ਉਰੇ ਨਹੀਂ ਰਹੂੰਗਾ ਸੱਚ ਬੋਲ ਕੇ ਲੋਕਾਂ ਤੱਕ ਪਹੁੰਚੂੰਗਾ ਤੁਹਾਡੀ ਗੱਲ ਸਹੀ ਹੈ ਤੁਸੀਂ ਇਹਨਾਂ ਦਾ ਅੱਗੇ ਵੀ ਜ਼ਿਕਰ ਕੀਤਾ ਸੀ ਔਰ ਜਿੰਨ ਜਿੰਨੇ ਲੋਕਾਂ ਨੇ ਇਹਨਾਂ ਦੇ ਸੋਸ਼ਲ ਮੀਡੀਆ ਤੇ ਸਟੇਟਮੈਂਟ ਸੁਣੀਆਂ ਇਹਨਾਂ ਦੀਆਂ ਗੱਲਾਂ ਸੁਣੀਆਂ ਲੋਕ ਕਹਿੰਦੇ ਨੇ ਕਿ ਇਹਨਾਂ ਦਾ ਪਾਣੀ ਭਰਨ ਨੂੰ ਜੀ ਕਰਦਾ ਔਰ ਇਹਨਾਂ ਦੇ ਪੈਰ ਧੋ ਕੇ ਪੀਣ ਨੂੰ ਜੀ ਕਰਦਾ ਸੱਚ ਬੋਲਣ ਲੱਗੇ ਜਿਹੜੇ ਸੱਚ ਬੋਲਣਾ ਬਹੁਤ ਵੱਡੀ ਗੱਲ ਹੁੰਦੀ ਹੈ ਕੋਈ ਕੋਈ ਲੀਡਰ ਬੋਲ ਦਾਂ ਨੇ ਤੇ ਲੋ ਜਿਹੜੇ ਇਹਨਾਂ ਨੂੰ ਗੁੜਤੀ ਝੂਠ ਬੋਲਣ ਦਿੰਦੀ ਐ ਇਹ ਜਿਹੜੇ ਇਹਨਾਂ ਦੇ ਪੋਤੜੇ ਫੋਲ ਕੇ ਵੇਖ ਲੋ ਸਾਰਾ ਕੁਝ ਇਹਨਾਂ ਕੋਲ ਝੂਠ ਹੀ ਹੁੰਦਾ ਝੂਠ ਦੇ ਪਲੰਦੇ ਰੱਖਦੇ ਐ ਝੂਠ ਦੇ ਟੈਂਡਰ ਹੁੰਦੇ ਇਹਨਾਂ ਕੋਲ ਟਰੱਕਾਂ ਦੇ ਟਰੱਕ ਝੂਠ ਦੇ ਦਿੰਦੇ ਇਹਨਾਂ ਕੋਲ ਟੈਂਡਰ ਹੁੰਦੇ ਐ ਟੈਂਡਰ ਪੜੋਲ ਵਾਕਾਂ ਨੇ ਕਿ ਝੂਠ ਦਾ ਟੈਂਡਰ ਇੱਕ ਨਵਾਂ ਸ਼ਬਦ ਮਿਲ ਗਿਆ ਸਾਨੂੰ ਇਹ ਵੀ ਆਪਾਂ ਇਸਤੇਮਾਲ ਕਰਾਂਗੇ ਝੂਠ ਦੇ ਟੈਂਡਰ ਹੁੰਦੇ ਨੇ ਜੀ ਸੋ ਇਹ ਚੀਜ਼ਾਂ ਨੇ ਔਰ ਮੈਂ ਇਹਨੂੰ ਪੰਜਾਬ ਦੇ ਨਾਲ ਜੋੜ ਕੇ ਦੇਖਦਾ ਕਿ ਜੋ ਇਹ ਸਿੱਖ ਜਥੇਬੰਦੀਆਂ ਮਤਲਬ ਵਿਰੋਧ ਹੋਣ ਜਾ ਰਹੇ ਐ ਸਹੀ ਗੱਲ ਇਨੂੰ ਮੈਂ ਸੱਤੇਪਾਲ ਮਲਿਕ ਜੀ ਦੀ ਸਟੇਟਮੈਂਟ ਦੇ ਨਾਲ ਜੋੜ ਕੇ ਦੇਖਦਾ ਕੁਝ ਨਾ ਕੁਝ ਅਜੀਹਾ ਹੈ ਜਿਹਦੇ ਉੱਤੇ ਗੌਰ ਕਰਨਾ ਚਾਹੀਦਾ ਹੈ ਸਾਡੇ ਨਾਲ ਦੋ ਚ ਸਿਮਿਲਰਿਟੀ ਹੈਗੀ ਸੁਰਤਾ ਇੱਕ ਸੁਰਤਾ ਇੱਕ ਸੁਰਤਾ ਹੈ ਇਹਦੇ ਉੱਤੇ ਗੌਰ ਕਰਨਾ ਚਾਹੀਦਾ ਸਾਨੂੰ ਸਾਰੇ ਸਾਡੇ ਦਰਸ਼ਕ ਸਿਆਣੇ ਪਤਾ ਉਹਨਾਂ ਨੂੰ ਸਾਰੇ ਸੁਣਦੇ ਆ ਐਕਚੁਅਲੀ ਸੋਸ਼ਲ ਮੀਡੀਆ ਨੇ ਟਵਿੱਟਰ ਨੇ ਫੇਸਬੁੱਕ ਨੇ YouTube ਨੇ ਇੰਸਟਾਗ੍ਰam ਨੇ ਲੋਕਾਂ ਨੂੰ ਇੰਨਾ ਨੇੜੇ ਕਰ ਦਿੱਤਾ ਇੰਸਟਾਗ੍ਰam ਨੇ ਇੰਨਾ ਨੇੜੇ ਕਰਤਾ ਲੋਕਾਂ ਨੂੰ ਲੋਕ ਉਹਨਾਂ ਕਹਿੰਦੇ ਡਿਪੈਂਡੈਂਟ ਨਹੀਂ ਹੈਗੇ ਪਤਾ ਉਹਨਾਂ ਨੂੰ ਵੀ ਇਹ ਝੂਠ ਬੋਲ ਰਿਹਾ ਕੀ ਕਰ ਰਿਹਾ ਏ ਟੂ ਜ਼ेड ਸਾਰਾ ਕੁਝ ਪਤਾ ਲੱਗਦਾ ਬਿਲਕੁਲ ਕਿ ਕਿਹੜੇ ਲੀਡਰ ਦੇ ਪਿੱਛੇ ਕੀ ਪਿਛੋਕੜ ਬਿਲਕੁਲ ਪਤਾ ਲੱਗਦਾ ਕਿਉਂਕਿ ਬਹੁਤ ਪੋਸਟ ਪਾਉਂਦੇ ਨੇ ਲੋਕ ਜਿਹੜੇ ਸਚਾਈ ਜਾਣਦੇ ਨੇ ਸੋ ਅਮਰੀਕਾ ਵੱਲੋਂ ਇੱਕ ਹੋਰ ਐਲਾਨ ਹੋਇਆ ਕਿ ਅੰਤਰਰਾਸ਼ਟਰੀ ਸੰਸਥਾ ਯੂਨੈਸਕੋ ਵਿੱਚ ਹੁਣ ਉਹਨਾਂ ਨੇ ਸ਼ਾਮਿਲ ਹੋਣਾ ਹੈ ਕਿਉਂਕਿ ਇਹ ਯੂਐਨਓ ਦਾ ਹਿੱਸਾ ਹੈ ਯੂਨੈਸਕੋ ਬੱਚਿਆਂ ਵਾਸਤੇ ਵੀ ਸੋਸ਼ਲ ਸਰਵਿਸ ਵਾਸਤੇ ਵੀ ਕੰਮ ਕਰਦੀ ਹੈ ਇਹਦਾ ਹੁਣ ਹਿੱਸਾ ਮੋੜ ਬਣਨਾ ਹੈ ਅਮਰੀਕਾ ਨੇ ਏ ਜਨੇਸਕੋ ਜਿਹੜੀ ਇਹ ਕਲਚਰ ਔਰ ਉਹਦੀ ਪਰੰਪਰਾਵਾਂ ਔਰ ਦੇ ਜਿਹੜੇ ਰੂਲ ਐਂਡ ਰੈਗੂਲੇਸ਼ਨ ਹੈ ਇਸ ਤਰ੍ਹਾਂ ਦੇ ਆ ਗਿਆ ਔਰ ਇਹਦੇ ਚ ਖਾਸ ਤੌਰ ਤੇ ਸੁਪਰ ਪਾਵਰ ਬਹੁਤੀਆਂ ਹੁੰਦੀਆਂ ਪਰ ਅਮਰੀਕਾ ਦਾ ਇਹਦੇ ਚੋਂ 60 ਕਰੋੜ ਇਹਦਾ ਇਹਦਾ ਬਕਾਇਆ ਵੀ ਹੈਗਾ ਉਹਨਾਂ ਕੋ ਮੰਗਿਆਗਾ ਹੋ ਜਾਂਦੇ ਅਸੀਂ ਮੈਂਬਰਸ਼ਿਪ ਚ ਦੁਬਾਰਾ ਆ ਜੰਦੇ ਆ ਬਾiden ਸਾਹਿਬ ਨੇ ਕਿਹਾ ਕਿ ਅਸੀਂ ਦੁਬਾਰਾ ਇਹ ਚ ਸ਼ਾਮਲ ਹੋਵਾਂਗੇ ਔਰ ਦੂਜੀ ਇਹਨਾਂ ਨੇ ਗੱਲ ਇੱਕ ਪੁਆਇੰਟ ਨੇ ਦਿੱਤਾ ਕਿ ਜਿਹੜੀ ਇਹਦੇ ਚ ਜਿਆਦਾ ਮੋਰੀਆ ਜਾਂ ਜ ਚਪਰਦਾਨਗੀ ਕਹ ਲੋ ਜਾਂਦੇ ਚ ਜਿਆਦਾ ਚੌਧਰ ਉਚਾਈਆਂ ਨਾਲ ਦੀ ਔਰ ਇਹਨਾਂ ਨੇ ਕਿਹਾ ਕਿ ਚਾਈਨਾ ਨੂੰ ਡੋਮਿਨੇਟ ਕਰ ਲਈ ਅਸੀਂ ਜਾਵਾਂਗੇ ਤਾਈਵਾਨ ਤੇ ਉਹ ਹਮਲਾ ਕਰਨ ਨੂੰ ਫਿਰਦਾ ਹੈਗਾ ਤਾਈਵਾਨ ਦੇ ਇਹ ਜਿਹੜੇ ਆਗੇ ਆ ਪੈਰੋਕਾਰ ਹੈ ਤਾਈਵਾਨ ਨੂੰ ਬਚਾਉਣ ਦੀ ਇਹਨਾਂ ਦਾ ਹੱਥ ਹੈ ਜਿਸ ਤਰ੍ਹਾਂ ਯੂਕਰੇਨ ਰਸ਼ੀਆ ਦਾ ਇਸੇ ਤਰ੍ਹਾਂ ਤਾਈਵਾਨ ਨੂੰ ਬਚਾਉਣ ਲਈ ਉਹ ਕਹਿੰਦੇ ਕਿਸੇ ਵੇਲੇ ਇਟ ਮੇ ਬੀ ਹੈਪਨ ਕਦੋਂ ਵੀ ਕਿਸੇ ਵੇਲੇ ਹਮਲਾ ਹੋ ਸਕਦਾ ਤਾਈਵਾਨ ਤੇ ਇਹਦਾ ਕਰਕੇ ਵੀ ਜਾ ਰਿਹਾ ਦੋ ਫੈਕਟਰੀ ਦੇ ਵਿੱਚ ਹੈਗੇ ਆ ਔਰ ਬਾਈਡਨ ਸਾਹਿਬ ਕਹਿੰਦੇ ਕਿ ਮੈਂ ਆਪਣੀ ਟਰਮ ਦੇ ਵਿੱਚ ਵਿੱਚ ਇਹਦਾ ਵਿੱਚ ਸ਼ਾਮਲ ਹੋਣਾ ਚਾਹਣਾ ਤਾਂ ਕਿ ਸਾਨੂੰ ਉਹਨਾਂ ਨੂੰ ਪਤਾ ਲੱਗੇ ਸੁਪਰ ਪਾਵਰ ਫਿਰ ਇਹਦੇ ਵਿੱਚ ਸ਼ਾਮਲ ਹੋ ਗਈ ਆ ਔਰ ਇਹਦੇ ਵਿੱਚ ਜਿੰਨੀਆਂ ਜਿਨ੍ਹਾਂ ਕੋ ਵੀਟੋ ਆ ਜਿਨ੍ਹਾਂ ਕੋ ਪੰਜ ਦੇਸ਼ਾਂ ਦੀ ਵੀਟੋ ਹੈਗੀ ਆ ਉਹ ਪਾਵਰਾਂ ਵਿੱਚ ਹੈਗੀਆਂ ਔਰ ਉਹਦੇ ਵਿੱਚ ਸਾਰੀਆਂ ਪਾਵਰਾਂ ਨੇ ਮਿਲ ਕੇ ਜਿਹੜੇ ਫੈਸਲੇ ਕਰਨੇ ਆ ਔਰ ਉਹਨਾਂ ਨੇ ਬਕਾਇਦਾ ਵੀ ਕੀਤਾ ਕਿ ਜੁਕਰੇਨ ਦੀ ਲੜਾਈ ਨੂੰ ਰੋਕਾਂਗੇ ਕਿਉਂਕਿ ਉਹਦੇ ਚ ਰਸ਼ੀਆ ਨਾਲ ਅਸੀਂ ਸੰਧੀ ਕਰਾਂਗੇ ਟੀਟੀ ਹੋਏਗੀ ਉਹਦੇ ਨਾਲ ਔਰ ਉਹਦੇ ਨਾਲ ਅਸੀਂ ਉੱਥੇ ਵੀ ਸ਼ਾਂਤੀ ਬਹਾਲ ਕਰਾਂਗੇ ਤਵਾਨ ਨੂੰ ਬਚਾਵਾਂਗੇ ਔਰ ਇਹ ਐ ਕਿ ਐਡਾ ਵੱਡਾ ਮੁੱਦਾ ਹੋਵੇ ਸੇ ਅਮਰੀਕਾ ਨਹੀਂ ਚੁੱਕ ਦਿੰਦਾ ਇਹ ਲੜਾਈ ਪਾਉਂਦਾ ਹੁੰਦਾ ਲੜਾਈ ਬੰਦ ਨਹੀਂ ਕਰਾਉਂਦਾ ਇਸ ਕਰਕੇ ਪਾਉਂਦਾ ਹੁੰਦਾ ਕਿ ਹਥਿਆਰ ਵੇਚਦੇ ਆ ਉਹਦੇ ਟੈਂਕ ਵੀ ਜਾਣੇ ਆ ਉਹਦੇ ਜੰਗੀ ਬੇੜੇ ਵੀ ਜਾਣੇ ਆ ਉਹਦੇ ਵਿੱਚ ਰਡਾਰ ਜਾਣੇ ਆ ਮਜ਼ਾਈਲਾ ਜਾਣੀਆਂ ਸਾਰਾ ਅਸਲਾ ਉੱਥੇ ਜਾਣਾ ਪਰ ਆ ਦੋ ਜਿਹੜੇ ਹੈਗੇ ਆ ਡਿਸੀਜਨ ਇਹ ਲੋਕਾਂ ਨੇ ਬੜੇ ਪਸੰਦ ਕੀਤੇ ਕਿ ਅਮਰੀਕਾ ਨੇ ਜੋ ਡਿਸੀਜਨ ਲਿਆ ਇੱਕ ਗੱਲ ਹੁੰਦੀ ਹੈ ਜਦੋਂ ਜਦੋਂ ਕੋਈ ਪ੍ਰੈਜ਼ੀਡੈਂਟ ਜਾਂ ਪ੍ਰਧਾਨ ਮੰਤਰੀ ਜਾਂਦਾ ਉਹ ਬੜੇ ਚੰਗੇ ਕੰਮ ਕਰਕੇ ਜਾਂਦਾ મોદી ਸਾਹਿਬ ਵੀ ਹੁਣ ਲੱਗੇ ਪਏ ਚੰਗੇ ਕੰਮ ਕਰਨ ਨੂੰ ਕਿਉਂਕਿ ਸਾਲਿਆਂ ਇੱਕ ਸਾਲ ਦੇ ਵਿੱਚ ਬੜਾ ਕੁਝ ਕਰਨਗੇ ਬੁਸ਼ਾਰਤ ਲਾਤੀ ਸਹੂਲਤਾਂ ਦੀ ਇਹਨਾਂ ਨੇ ਜਿਹੜੇ ਲੋਕਾਂ ਨੂੰ ਮੈਂ ਇਹਨਾਂ ਨਾਲ ਐਡੀਸ਼ਨ ਕਰਾਂ ਜਿਹੜੇ ਭੁੱਖੇ ਲੋਕਾਂ ਨੂੰ ਰੋਟੀ ਦੇ ਰਹੇ ਆ ਟਰੱਕਾਂ ਦੇ ਟਰੱਕ ਬੋਰੀਆਂ ਦੇ ਬੋਰੀਆਂ ਕਣਕਾਂ ਰੀਆਂ ਫ੍ਰੀ ਆਫ ਫੰਡ ਦੇ ਰਿਆ ਨੋ ਪੈਸਾ ਧਾਲਾਂ ਆਟਾ ਸਾਰਾ ਕੁਝ ਦੇ ਰਿਆ ਔਰ ਇਸ ਸਾਲ ਚ ਮੰਡਣ ਗਏ ਤੇ ਇਸੇ ਕਰਕੇ ਜਿਹੜੀ ਦਲਤ ਵੋਟ ਹੈ ਇਹਨਾਂ ਦੇ ਚੋਲੇ ਚ ਪੈ ਜਾਣੀਆਂ ਮੁਕਤ ਦੇ ਰਿਆ ਕਿਸੇ ਨੇ ਵੋਟਾਂ ਨਹੀਂ ਜਿਹੜੀਆਂ ਇਕੱਠੀਆਂ ਕੀਤੀਆਂ ਇਹਨਾਂ ਨੂੰ ਵੋਟ ਲੈਣੀ ਆਉਂਦੀ ਆ ਕਿ ਇਹਨਾਂ ਕੁਝ দাও ਸੂਤਾਂ ਦੇ ਦੋ ਤਾਂ ਕਿ ਲੋਕ ਬੋਲਣ ਨਾ ਔਰ ਘਰਾਂ ਦੇ ਵੀ ਦੇ ਰਿਆ ਪ੍ਰਧਾਨ ਮੰਤਰੀ ਕਲਿਆਣ ਯੋਜਨਾ ਚ ਘਰ ਵੀ ਦੇ ਰਿਆ ਤੋਂ ਲੋਕਾਂ ਨੂੰ ਗਰੀਬ ਆਦਮੀ ਨੂੰ ਦੋ ਚੀਜ਼ਾਂ ਚਾਹੀਦੀਆਂ ਉਹਨੂੰ ਸਰਕਾਰ ਨੂੰ ਚਾਹੀਦੀ ਉਹਨੂੰ ਛੱਤ ਤੇ ਰੋਟੀ ਟੈਟ ਭਰ ਕੇ ਮਿਲੇ ਉਹਨੂੰ ਬਾਕੀ ਕੁਝ ਨਹੀਂ ਚਾਹੀਦਾ ਸਰਕਾਰ ਭਵੇਂ ਇਹ ਦੀ ਆਵੇ ਬੀ ਦੀ ਆਵੇ ਜਿਦੀ ਮਰਜ਼ੀ ਆਵੇ ਉਹਨਾਂ ਨੇ ਇਹ ਚੋਂ ਕੁਝ ਨਹੀਂ ਲੈਣਾ ਔਰ ਬਿਆਦਾ ਬਹੁਤ ਆ ਚੁਕਾਉਣ ਲੋਕ ਨਹੀਂ ਗਰੀਬ ਲੋਕ ਕਿਉਂਕਿ ਉਹਦੇ ਵਿੱਚ 100 ਕਰੋੜ ਦੇ ਲੋਕ ਗਰੀਬ ਨਹੀਂ ਹੈ ਬਾਕੀ 5-7 ਹੀ ਘਰਾਣੇ ਜਿਹੜੇ ਅਮੀਰ ਲੋਕ ਹੈਗੇ ਹਮੇਸ਼ਾ ਤੁਸੀਂ ਦੇਖੋ 99% ਲੋਕ ਜਿਹੜੇ ਨੇ ਉਹ ਮਿਹਨਤ ਕਰਕੇ ਅੱਗੇ ਆਉਂਦੇ ਨੇ 1% ਹੁੰਦੇ ਨੇ ਜਿਨ੍ਹਾਂ ਨੂੰ ਸਭ ਕੁਝ ਕੀਤਾ ਕਰਾਇਆ ਮਿਲਦਾ ਉਹ ਬਹੁਤ ਘੱਟ ਹੁੰਦੇ ਬਣਾ ਬਣਾ ਰੈਡੀਮੇਟ ਮਿਲਦਾ ਰੈਡੀਮੇਟ ਮਿਲਦਾ ਉਸ ਵਾਂਗੇ ਨਹੀਂ ਪਾਉਂਦੇ ਰੈਡੀਮੇਟ ਪਾਉਂਦੇ ਨੇ ਰੈਡੀਮੇਟ ਪਾਉਂਦੇ ਨਹੀਂ ਸੋ ਇਹ ਹੈ ਕਿ ਅਮਰੀਕਾ ਜਦੋਂ ਮੁਰ ਤੋਂ ਯੂਨੈਸਕੋ ਦਾ ਹਿੱਸਾ ਬਣੇਗਾ ਤਾਂ ਅਸੀਂ ਇੱਕ ਉਮੀਦ ਕਰ ਸਕਦੇ ਹਾਂ ਕਿ ਜੋ ਅਸੀਂ ਹਮੇਸ਼ਾ ਆਪਣੇ ਪਲੇਟਫਾਰਮ ਤੋਂ ਕਹਿੰਦੇ ਆ ਕਿ ਵਰਲਡ ਪੀਸ ਹੋਣੀ ਚਾਹੀਦੀ ਦੁਨੀਆ ਦੇ ਵਿੱਚ ਸ਼ ਸੋ ਤੁਸੀਂ ਕਿਹਾ ਕਿ ਮੋਦੀ ਸਾਹਿਬ ਹੁਣ 2024 ਦੀਆਂ ਇਲੈਕਸ਼ਨਸ ਨੂੰ ਸਾਹਮਣੇ ਰੱਖ ਕੇ ਬਹੁਤ ਕੁਝ ਅਜੀਹਾ ਦੇ ਰਹੇ ਨੇ ਕਿ ਵੋਟਾਂ ਉਹਨਾਂ ਵੱਲ ਆ ਜਾਣ, Dalit ਵੋਟ ਆਵੇ, ਖਾਣਾ ਵੀ ਦੇ ਰਹੇ ਨੇ ਹੈਨਾ, ਹੋਰ ਵੀ ਬੜੀਆਂ ਸਹੂਲਤਾਂ ਦੇ ਰਹੇ ਨੇ। ਹਰ ਸਰ ਉੱਤੇ ਟਰੱਕ ਦੇਖੋ ਖੜੇ ਆ। ਔਰ ਉਸ ਔਰਤਾਂ ਤੇ ਬੱਚੇ ਤੇ ਬੁਢੇ ਲਾਈਨਾਂ 'ਚ ਲੱਗੇ ਆ। ਇਸ ਤਰ੍ਹਾਂ ਹੀ ਮਹਾਰਾਜਾ ਰਣਜੀਤ ਸਿੰਘ ਵੀ ਬੰਨਦਾ ਰਿਹਾ। ਇਹ ਹੋ ਸਕਦਾ ਉਸ ਪਰੰਪਰਾ ਨੂੰ ਜਾਗਦੇ ਰਹਿਣ ਦੀ ਹੈ। ਇੱਕ ਪਰੰਪਰਾ ਇਦਾਂ ਦੀ ਸੀ ਕਿ ਜਦੋਂ ਇੱਕ ਬਜ਼ੁਰਗ ਤੇ ਨਾਲ ਉਹਦੇ ਬੱਚਾ ਸੀਗਾ ਉਹ ਉਹ ਦਾਣੇ ਲੈਣ ਆਏ, ਤਾਂ ਦਾਣੇ ਜ਼ਿਆਦਾ ਉਹਨੇ ਪਾਲੇ। ਜ਼ਿਆਦਾ ਪਾ ਕੇ ਪੂਰੀ ਵੱਡੀ ਸੀ। ਹੁਣ ਚੁੱਕਣ ਵਾਲਾ ਕੋਈ ਨਹੀਂ ਬੱਚਾ ਛੋਟਾ ਉਹ ਤੋਤਲੀ ਜੁਬਾਨ ਚ ਸੀਗਾ ਉਹਨੇ ਕਿਹਾ ਕਿ ਉਹ ਬਜ਼ੁਰਗ ਬੈਠਾ ਬਾਪੂ ਉਹਨੂੰ ਨਾ ਕਹਿ ਰਿਹਾ ਚੁੱਕ ਕੇ ਤੇ ਆਪਣੇ ਘਰ ਛੱਡ ਦੇ ਉਹਨੇ ਕਿਹਾ ਬਾਬਾ ਆ ਚੁਕੇਗਾ ਤੂੰ ਚੁੱਕ ਸਕਦਾ ਮੇਰਾ ਤਾਂ ਲੱਕ ਕਾਇਮ ਨਹੀਂ ਮੇਰੇ ਸਿਰ ਤੇ ਨਹੀਂ ਬੋਰੀ ਜਾਣੀ ਤੇ ਉਹਨਾਂ ਨੇ ਕਿਹਾ ਲਓ ਮੈਂ ਚੁਕਦਾ ਉਹਨਾਂ ਨੂੰ ਚੁਕਾ ਦੋ ਬੰਦਿਆਂ ਨੇ ਰਲ ਕੇ ਚੁਕਾਤੀ ਜਦੋਂ ਲੈ ਕੇ ਉਹਨਾਂ ਦੇ ਘਰ ਗਏ ਜਦੋਂ ਬੋਰੀ ਛੁੱਟੀ ਜਦੋਂ ਉਹਨਾਂ ਨੇ ਉੱਤੋਂ ਦੀ ਚਾਦਰ ਲਾਈ ਤੇ ਥੱਲੇ ਉਹਨਾਂ ਦੇ ਕਲਗੀ ਤੋੜਾ ਔਰ ਸਾਰਾ ਕੁਝ ਉਹਨਾਂ ਨੇ ਵੇਖਿਆ ਕੁਰਾਉਣ ਤਾਜ ਪਹਿਨਿਆ ਵੰਦੇ ਉਪੈਰੀ ਪੈ ਗਏਂਦੇ ਤੁਸੀਂ ਕੌਣ ਜਾਂਦਾ ਮੈਂ ਮਹਾਰਾਜਾ ਰਣਜੀਤ ਸਿੰਘ ਉਹ ਰੋਣ ਲਾ ਪਿਆ ਬੁੜਾ ਕੇ ਤੁਸੀਂ ਆਗੇ ਆਂਦਾ ਨਹੀਂ ਮੈਂ ਤਾਂ ਤੁਹਾਨੂੰ ਉੱਥੇ ਵੀ ਦੇ ਰਿਆਂ ਤੁਸੀਂ ਬੇਬਸ ਸੀਗੇ ਤੁਸੀਂ ਲਾਚਾਰ ਸੀ ਮੈਂ ਕਿਹਾ ਤੁਹਾਡੇ ਘਰ ਆਵਾਂ ਮੈਂ ਕਿੰਨਾ ਕੁ ਬੁੜਾ ਹੋ ਗਿਆ ਮੈਨੂੰ ਕੀ ਹੋ ਗਿਆ ਤੁਸੀਂ ਮੈਨੂੰ ਬੁੜਾ ਕਿਹਾ ਸੀਗਾ ਮੈਂ ਦਾੜਾ ਰੱਖਿਆ ਮੈਂ ਉਸੇ ਤਰ੍ਹਾਂ ਦਾ ਲੱਗਦਾ ਮੇਰੀ ਰੂਪ ਰೇಖਾ ਹੈਗੀ ਆ ਪਰ ਮੈਂ ਚਾਹਨਾ ਕਿ ਮੇਰੇ ਰਾਜ ਵਿੱਚ ਕੋਈ ਭੁੱਖਾ ਨਾ ਸੋਵੇ ਇਹ ਔਰ ਐਸੀ ਚੀਜ਼ ਨੂੰ ਪਰੰਪਰਾਤਾ ਚਲੋ ਉਹਨਾਂ ਦੀ ਹੈ ਇੱਥੇ ਤੇ ਵੋਟ ਲੈਣ ਦਾ ਵੈਨ ਇਹ ਗੱਲ ਸਹੀ ਵੋਟ ਲੈਣ ਦੀ ਰਾਜਨੀਤੀ ਹੈ ਵੋਟ ਬੈਂਕ ਤਿਆਰ ਕਰਨਾ ਉਹ ਵੋਟਾਂ ਨਹੀਂ ਸੀ ਨਾ ਉਹਨਾਂ ਦੇ ਫਰਜ਼ਾਤ ਉਦੋਂ ਕਿਹੜੀਆਂ ਵੋਟਾਂ ਪੈਣੀਆਂ ਸੀ ਹੁਣ ਜਿਹੜਾ ਉਦੋਂ ਉਦੋਂ ਸੀ ਰਾਜਤੰਤਰੇ ਲੋਕਤੰਤਰੇ ਹੁਣ ਇਹਦੇ ਵਿੱਚ ਜਿਹੜਾ ਕਿਸਾਨ ਅੰਦੋਲਨ ਹੋਇਆ ਹਰਿਆਣਾ ਦੇ ਵਿੱਚ ਲਾਠੀ ਚਾਰਜ ਵੀ ਹੋਇਆ ਹੁਣ ਫਿਰ ਕਿਸਾਨਾਂ ਦੀ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਨੇ ਐਮਐਸਪੀ ਦੇਣ ਵਾਸਤੇ ਸਰਕਾਰ ਰਾਜ਼ੀ ਹੋ ਗਈ ਹੈ ਇਹ ਮਸਲਾ ਇਕੋ ਨਹੀਂ ਆਪਣੇ ਪੰਜਾਬ ਚ ਵੀ ਹੋਇਆ ਸੀ ਬੜੀ ਪੁਰਾਣੀ ਹੈ ਗੁਰਦਿਆਲ ਸਿੰਘ ਹੁੰਦੇ ਸੀ ਅ ਡਾਇਰੈਕਟਰ ਐਗਰੀਕਲਚਰ ਉਥੇ ਚੰਡੀਗੜ੍ਹ ਉਹਨਾਂ ਨੇ ਕਿਸਾਨਾਂ ਨੂੰ ਇਕੱਠਿਆ ਕਰਕੇ ਕਹਿਤਾ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੀ ਕਹਿ ਰਹੀ ਆ ਤੁਸੀਂ ਵੀ ਕਹ ਰਹੇ ਸੂਰਜਮੁਖੀ ਬੀਜੋ ਹਾਈਬ੍ਰਿਡ ਹੈਗਾ ਸੀਡ ਸਰਟੀਫਾਈਡ ਫੀਡ ਆ ਤੁਸੀਂ ਇਹ ਬੀਜੋ ਸੀਡ ਨੂੰ ਤੇ ਇਹ ਤੇ ਤੁਸੀਂ ਬਹੁਤ ਵਧੀਆ ਬੈਨੀਫਿਟ ਲਾਓਗੇ ਕਿਸਾਨਾਂ ਨੂੰ ਤਾਂ ਹੁਕਮ ਹੁੰਦਾ ਜਦੋਂ ਉਹਨਾਂ ਨੇ ਬੀਜਿਆ ਸਾਰੇ ਚਾਰੇ ਪਾਸੇ ਇਹੀ ਸੂਰਜਮੁਖੀ ਉਗਾਇਆ ਸੂਰਜ ਮੁਖੀ ਦਾ ਫੁੱਲ ਜਿਹੜਾ ਸੂਰਜ ਵੱਲ ਨਹੀਂ ਹੁੰਦਾ ਨੇਚਰ ਆ ਜਿੱਦਾਂ ਸੂਰਜ ਉਧਰ ਸੂਰਜ ਮੁਖੀ ਦਾ ਫੁੱਲ ਮੁੜਦਾ ਜਾਉ ਉਹ ਉਹ ਤਾਂ ਉਧਰ ਰਹੇਗਾ ਉਧਰ ਜਾਏਗਾ ਹੋਰ ਉਹਦਾ ਇਹਦੀ ਬੰਤਰ ਵੀ ਸੂਰਜ ਵੰਗਮੀ ਆ ਜਦੋਂ ਉਹਨਾਂ ਨੇ ਉਹਨੂੰ ਫਸਲ ਨੂੰ ਕਟਿਆ ਫਸਲ ਪੱਕ ਗਈ ਫਿਰ ਉਹਨਾਂ ਨੇ ਵੇਚਣਾ ਚਾਹਿਆ ਕਿਤੇ ਪੂਰਾ ਮੁੱਲ ਨਹੀਂ ਮਿਲਿਆ ਕਿਤੇ ਜਦੋਂ ਐਮਐਸਪੀ ਹੁੰਦੀ ਵੀ ਨਹੀਂ ਸੀਗੀ ਜਿਹੜੀ ਆ ਜਿਹਨੂੰ ਅਸੀਂ ਸਮਰਥਨ ਮੁੱਲ ਕਹਿੰਦੇ ਆ ਉਸ ਸਮਾਂਨੇ ਚ ਨਹੀਂ ਸੀ ਬੜੀ ਪ੍ਰਾਣੀ ਗੱਲ ਜਦੋਂ ਕਿਸਾਨਾਂ ਨੂੰ ਪਤਾ ਲੱਗਾ ਵੀ ਜਿਹੜਾ ਜਿਹੜਾ ਚੂਰਾ ਵਾ ਸਾਰਾ ਕੁਝ ਉਹ ਤਾਂ ਅਗਲਾ ਦਾਂਗੇ ਸਾਰਾ ਕੁਝ ਕਰਾਂਗੇ ਪਰ ਸੀਡ ਕਿੱਥੇ ਵੇਚੀਏ ਕਿਸੇ ਮਾਰਕੀਟ ਚ ਨ ਗਿਆ ਅਮਰਸਾਹ ਦੇ ਟਾਬ ਏਰੀਆ ਉੱਤੇ ਮਾੜਾ ਮੋਟਾ ਵੇਚ ਗਿਆ ਬਾਕੀ ਏਰੀਆ ਚ ਨਹੀਂ ਵਿਕਿਆ ਕਿਸਾਨਾਂ ਨੇ ਵੇਚਣਾ ਬੰਦ ਕਰ ਦਿੱਤਾ ਉਸ ਤੋਂ ਬਾਅਦ ਨੈਕਸਟ ਮਸੂਰ ਮੁਖੀਆ ਜਦੋਂ ਕਿਹਾ ਤੇ ਆਇਲ ਇਹਨਾ ਅੱਛਾ ਹੈਗਾ ਖਾਣ ਦੇ ਤੇਲ ਬਹੁਤ ਵਧੀਆ ਖਾਣ ਦੇ ਕੰਮ ਵੀ ਆਉਂਦਾ ਔਰ ਇਹਦੇ ਤੋਂ ਸੈਂਟਰ ਵੀ ਬਣਦੇ ਬੜਾ ਕੁਝ ਪਰਫਿਊਮ ਬਣਦੇ ਔਰ ਜਦੋਂ ਇਹ ਹੁਣ ਮਸਲਾ ਆਇਆ ਇਹਨਾਂ ਨੇ ਇਹੋ ਹੀ ਕਿਹਾ ਕਿਸਾਨਾਂ ਨੇ ਕਿ ਸਾਡੇ ਨੂੰ ਸਮਰਥਨ ਨੂੰ ਮੁੱਲ ਦਿਓ ਅਸੀਂ ਸੂਰਜਮੁਖੀ ਬੀਜਿਆ ਉਹਨਾਂ ਨੂੰ ਉਹ ਕੁੱਟ ਪਈਓ ਡਾਂਗ ਸੁੱਟਾਇਆ ਉਹਨਾਂ ਨੇ 32 ਘੰਟੇ ਤੱਕ ਰੱਖਿਆ ਜਾਮ ਪੂਰਾ ਦਿੱਲੀ ਅੰਮ੍ਰਿਤਸਰ ਰੋਡ ਨੂੰ ਉਹਦੇ ਵਿੱਚ ਰੱਖਿਆ ਫਿਰ ਖੱਟੜ ਸਾਹਿਬ ਜਿਹੜੇ ਖੱਟੜ ਸਾਹਿਬ ਨੇ ਉੱਥੇ ਦੇ ਮੁੱਖ ਮੰਤਰੀ ਉਹਨਾਂ ਤੱਕ ਗੱਲ ਪਹੁੰਚੀ ਐਗਰੀਕਲਚਰ ਮੰਦੇਸਟਰ ਤੱਕ ਗਈ ਉਹਨਾਂ ਨੇ ਮੀਟਿੰਗ ਕੀਤੀ ਮੀਟਿੰਗ ਕਰਕੇ ਉਹਨਾਂ ਨੇ 5000 ਤੋਂ 6400 ਰੁਪਏ ਦਾ ਪਰ ਕੁਇੰਟਲ ਜਿਹੜਾ ਸਮਰਥਨ ਮੁੱਲ ਦਿੱਤਾ ਉਸ ਸਮਰਥਨ ਮੁੱਲ ਦੇ ਵਿੱਚ ਕਿਸਾਨ ਹੋ ਗਏ ਖੁਸ਼ ਇਮੀਡੀਏਟਲੀ ਉਹਨਾਂ ਨੇ ਵਾਪਸ ਲੈ ਲਿਆੇ ਕੰਮ ਤੇ ਇਹ ਕੰਮ ਜਿਹੜਾ ਹੋਣਾ ਇਸ ਵੇਲੇ ਸਮਰਥਨ ਮੁੱਲ ਮਿਲਣ ਨਾਲ ਇਹ ਮੁੱਦਾ ਬਿਲਕੁਲ ਪੂਰੇ ਦਾ ਪੂਰਾ ਹੈ ਔਰ ਧਰਨਾ ਵਾਪਸ ਲਿਆ ਗਿਆ ਦੇਖੋ ਗੱਲ ਇਹ ਹੈ ਕਿ ਪਹਿਲਾਂ ਕਿਸਾਨ ਅੰਦੋਲਨ ਵੇਲੇ ਵੀ ਇਹ ਕੁਝ ਹੋਇਆ ਜੀ ਜੀ ਹੁਣ ਇਹ ਵੀ ਕੁਝ ਹੋਇਆ ਹੈ ਆਹ ਹੁਣ ਤਕੈਤ ਸਾਹਿਬ ਵਰ ਕਿਹਾ ਜਾ ਰਿਹਾ ਕਿ ਉਹ ਉਹਨਾਂ ਨੂੰ ਕੋਈ ਨਵਾਂ ਮੁੱਦਾ ਦੇਖਣਾ ਪਏਗਾ ਤਰ ਵਿਰੋਧੀ ਤਾਂ ਹਰ ਚੀਜ਼ ਦੀ ਤੈ ਤੱਕ ਜਾਣ ਦੀ ਕੋਸ਼ਿਸ਼ ਕਰਦੇ ਨੇ ਔਰ ਕਿਤੇ ਨਿੰਦਾ ਵੀ ਕਰਦੇ ਨੇ ਹੁਣ ਤਕੈਤ ਸਾਹਿਬ ਨੇ ਕੋਈ ਘਰ ਤਾਂ ਲੈਣੇ ਜਾਣਾ ਉਹ ਸਾਰਾ ਸਮਰਥਨ ਮੋਰ ਤਕੈਤ ਸਾਹਿਬ ਨੇ ਗੱਲ ਉਹਨਾਂ ਦੀ ਮੰਨੀ ਹੈ ਉਹਨਾਂ ਨੇ ਕਿਹਾ ਕਿ ਇਹਨੂੰ ਅੱਗੇ ਕੁਝ ਨਹੀਂ ਹੋਗਾ ਇਕ ਚੜਨੀ ਸਾਹਿਬ ਤੇ ਟਕੈਤ ਸਾਹਿਬ ਜਿੰਨੂੰ ਇਕੱਠੇ ਹੋ ਕੇ ਉਹਨਾਂ ਨੇ ਕਹਿਤਾ ਕਿ ਹੁਣ ਕੋਈ ਜਥੇਬੰਦੀ ਅੱਗੇ ਨਹੀਂ ਜਾਊਗੀ ਜਿਹੜੇ ਗੱਲ ਨੂੰ ਅਸੀਂ ਚਾਹੁੰਦੇ ਸੀ ਉਹ ਸਾਨੂੰ ਮਿਲ ਚੁੱਕੀ ਹੈ ਮਿਲ ਚੁੱਕਾ ਹੈ ਹੁਣ ਇਹ ਜਿਹੜੇ ਨਿੰਦਾ ਕਰਨ ਵਾਲੇ ਨੇ ਟਕੈਤ ਸਾਹਿਬ ਹੁਣ ਨਵਾਂ ਮਸਲਾ ਕਿੱਥੋਂ ਲੈ ਕੇ ਆਉਣਗੇ ਉਹ ਭਾਈ ਇਹ ਉਹਨਾਂ ਨੇ ਆਪਣੇ ਘਰ ਨਹੀਂ ਲੈ ਕੇ ਜਾਣਾ ਇਹ ਕਿਸਾਨਾਂ ਵਾਸਤੇ ਹੈ ਨਵੇਂ ਮਸਲੇ ਮਸਲੇ ਬਹੁਤ ਨੇ ਭਾਰਤ ਦੇ ਵਿੱਚ ਮਸਲਿਆਂ ਦੀ ਕਮੀ ਹੈ ਮਸਲਾ ਹੀ ਮਸਲੇ ਨੇ ਹੋਰ ਅਸੀਂ ਇਕੱਠਾ ਕੀਤਾ ਕੀ ਹੈ ਮਸਲਿਆਂ ਤੋਂ ਬਿਨਾ ਵਿਕਾਸ ਵੀ ਹੋਇਆ ਕੇ ਨਾਲ ਜਿਨ੍ਹਾਂ ਨੇ ਮਸਲੇ ਇਕੱਠੇ ਕਰਨੇ ਸੀ ਉਹਨਾਂ ਨੇ ਮਸਲੇ ਇਕੱਠੇ ਕੀਤੇ ਵੀ ਹੁਣ ਸਭ ਤੋਂ ਵੱਡਾ ਮਸਲਾ ਜਿਹੜੀਆਂ ਪਹਿ ਉਹਨਾਂ ਨੂੰ ਸਪੋਰਟ ਟਕੈਤ ਸਾਹਿਬ ਉੱਥੇ ਵੀ ਹੈਗੇ ਨੇ ਹੁਣ ਉਸ ਦਾ ਕੀ ਬਣੇਗਾ ਇਹ ਮਸਲਾ ਤਾਂ ਆਲਰੇਡੀ ਹੈ ਉੱਥੇ ਵੀ ਇੱਕ ਇਨਸਾਫ ਹੋਣਾ ਚਾਹੀਦਾ ਹੈ 15 ਜੂਨ ਡੇਟ ਹੈਗੀ ਹੈ ਤੇ ਹੁਣ ਦੋ ਤਿੰਨ ਦਿਨ ਬਾਅਦ ਪੁਲਿਸ ਦੀ ਕਾਰਵਾਈ ਦਾ ਸਾਰਾ ਫੈਸਲਾ ਹੋਣਾ ਹੈ ਫਿਰ ਉਸ ਤੋਂ ਬਾਅਦ 30 ਜੂਨ ਦੀ ਡੇਟ ਰੱਖੀ ਹੋਈ ਹੈ ਇਲੈਕਸ਼ਨਸ ਵਾਸਤੇ ਸੋ ਟਕੈਤ ਸਾਹਿਬ ਹੁਣ ਉੱਥੇ ਬਿਜ਼ੀ ਹੋ ਜਾਣਗੇ ਕਿ ਉੱਥੇ ਵੀ ਤੇ ਇਨਸਾਫ ਚਾਹੀਦਾ ਹੀ ਹੈ ਬਿਲਕੁਲ ਸੋ ਇਹ ਚੀਜ਼ਾਂ ਨਾਲ ਦੀ ਨਾਲ ਚਲਦੀਆਂ ਜਾ ਰਹੀਆਂ ਨੇ ਕਿਸਾਨ ਅੰਦੋਲਨ ਦੌਰਾਨ ਟਵਿੱਟਰ ਬੰਦ ਕਰਨ ਲਈ ਕੇਂਦਰ ਸਰਕਾਰ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਹ ਵੀ ਇੱਕ ਗੱਲ ਦੇਖਣ ਵਾਲੀ ਕਿਉਂਕਿ ਕਿਸਾਨਾਂ ਦੇ ਨਾਲ ਜੁੜੀ ਹੋਈ ਗੱਲ ਹੈ ਸੋ ਕਿਉਂਕਿ ਸੋਸ਼ਲ ਮੀਡੀਆ ਦੀ ਅਸੀਂ ਗੱਲ ਕੀਤੀ ਹੈ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਕਹਿੰਦੇ ਹਾਂ ਕਿ ਟਵਿੱਟਰ ਹੈ ਇੰਸਟਾਗ੍ਰam ਹੈ ਫੇਸਬੁੱਕ ਹੈ ਹੋਰ ਵੀ ਕਈ ਪਲੇਟਫਾਰਮਸ ਨੇ ਜਿੱਥੋਂ ਕਿਸਾਨ ਅੰਦੋਲਨ ਨੇ ਪਿਛਲੀ ਵਾਰ ਵੀ ਸਪੋਰਟ ਲਈ ਤੀ ਔਰ ਉਹਨਾਂ ਨੂੰ ਬਹੁਤ ਅੱਛਾ ਹੁੰਕਾਰਾ ਮਿਲਿਆ ਪੇਜ ਬਣਾਏ ਗਏ ਜਿਨ੍ਹਾਂ ਨੂੰ ਲੋਕਾਂ ਨੇ ਫੋਲੋ ਕੀਤਾ ਤੇ ਹੁਣ ਟਵਿੱਟਰ ਦੇ ਵੱਲੋਂ ਇਹ ਧਮਕੀ ਕਿ ਟਵਿੱਟਰ ਦਾ ਅਕਾਊਂਟ ਬੰਦ ਕਰ ਦਿੱਤਾ ਜਾਏਗਾ ਜੇ ਕਿਸਾਨ ਅੰਦੋਲਨ ਚੱਲਿਆ ਕੇਂਦਰ ਸਰਕਾਰ ਨੇ ਕਿਹਾ हां खास तौर ते ਗੱਲ ਜਿਹੜੀ ਹੈ ਕੇਂਦਰ ਸਰਕਾਰ ਨੇ ਤੇ ਜਵਾਬ ਦਿੱਤਾ ਇਹ ਗੱਲ ਟਵਿੱਟਰ ਤੇ ਜਿਹੜੀ ਗਈ ਹੈ ਇਹਦੇ ਸਾਬਕਾ ਸੀਓ ਸੀ ਡਰੋਸੀ ਜੈਕ ਜੈਕ ਡਰੋਸੀ ਜੀ ਉਹਨਾਂ ਨੇ ਕਿਹਾ ਕਿ ਮੈਨੂੰ ਧਮਕੀਆਂ ਵੀ ਦਿੱਤੀਆਂ ਇਹਨਾਂ ਨੇ ਕਿਹਾ ਕਿ ਬੰਦਾ ਬਣ ਕੇ ਇੱਥੋਂ ਬੰਦ ਕਰ ਦੇ ਇੰਡੀਆ ਤੋਂ ਔਰ ਇਹਦੇ ਵਿੱਚ ਜਿਹੜੇ ਪੱਤਰਕਾਰ ਨੇ ਉਹਨਾਂ ਦੇ ਅਕਾਊਂਟਸ ਬੰਦ ਕਰਦੇ ਅਸੀਂ ਉਹਨਾਂ ਨੂੰ ਕੈਨਸਲ ਕਰਵਾ ਕੇ ਔਰ ਉਹਨਾਂ ਦੇ ਜੋ ਕੁਝ ਇੱਥੇ ਜਾ ਰਹੇ ਉਹਨਾਂ ਦੇ ਆ ਸੋਸ਼ਲ ਮੀਡੀਆ ਤੇ ਇਹਨੂੰ ਬਿਲਕੁਲ ਬੰਦ ਕਰ ਦਿਓ ਔਰ ਨਹੀਂ ਤਾਂ ਅਸੀਂ ਤੁਹਾਡੀਆਂ ਦੁਕਾਨਾਂ ਚੁੱਕ ਕੇ ਬਾਹਰ ਸੁੱਟ ਦਾਂਗੇ ਇੰਡੀਆ ਤੋਂ ਔਰ ਉਹਨਾਂ ਕੇਂਦਰ ਸਰਕਾਰ ਨੇ ਤਾਂ ਜਾਬ ਦਿੱਤਾ ਕਿ ਇਹ ਝੂਠ ਦਾ ਬਲੰਦਾ ਹੈਗਾ ਜਿਹੜਾ ਨਰਾਗ ਠਾ ਕਰਨੇ ਸੂਚਨਾ ਤੇ ਪ੍ਰਸਾਰਣ ਮੰਤਰੀ ਉਹਨਾਂ ਕਹਿੰਦੇ ਕਿ 3 ਸਾਲ ਬਾਅਦ ਇਹ ਗੱਲ 20 ਤੋਂ ਬਾਅਦ ਹੁਣ ਜਿਹੜੀ ਆ ਤੇ 23 ਚ ਕਹਿੰਦਾ ਹੁਣ ਫੇਰ ਸੁੱਤੇ ਜਾਗੇ ਆ ਔਰ ਉਦੋਂ ਕਿਉਂ ਨਹੀਂ ਇਹਨਾਂ ਨਾਲ ਗੱਲ ਕੀਤੀ ਸੀ ਉਹਨੇ ਹੁਣੀ ਵੀ ਦੁਬਾਰਾ ਇਹਦੇ ਵਿੱਚ ਆਪ ਪੜਤੂ ਪਾ ਰਹੇ ਆ ਕਿਸਾਨਾਂ ਨੂੰ ਖਸਾ ਰਹੇ ਆ ਉਹਦੇ ਚ ਕਿਸਾਨ ਸਾਡੇ ਨਾਲ ਫੇਰ ਹੱਥੋਂ ਪਾਈ ਹੋਣਗੇ ਜਾਂ ਸਾਡੇ ਨਾਲ ਫੇਰ ਧਰਨੀ ਲਾਉਣਗੇ ਬਾਕੀ ਕਿਉਂਕਿ ਉਹਨਾਂ ਦਾ ਕਹਿਣਾ ਬਣਦਾ ਕਿਉਂਕਿ ਸੂਚਨਾ ਪ੍ਰਸਾਰਣ ਮੰਤਰੀ ਨੇ ਉਹਨਾਂ ਨੇ ਕਿਹਾ ਔਰ ਖੇਡ ਮੰਤਰੀ ਵੀ ਆ ਗਏ ਉਹਨਾਂ ਕੋ ਦੋ ਮਸਲੇ ਬੜੇ ਪਚੀਦਾ ਮਸਲੇ ਆ ਗਏ ਇੱਕ ਪਾਸੇ ਜਿਹੜੀ ਤੁਸੀਂ ਹੁਣ ਗੱਲ ਕੀਤੀ ਹੈ ਪਹਿਲਵਾਨਾਂ ਦਾ ਹੈਗਾ ਉਹ ਵੀ ਉਹਨਾਂ ਦੇ ਕੋਲ ਹੈਗਾ ਉਹਨਾਂ ਨੇ ਤਰੀਕ ਦਿੱਤੀ ਅਗਦੀ ਆ ਤੇ ਜਾ ਮਸਲਾ ਦੂਜੇ ਪਾਸੇ ਆਗਾ ਟਵਿੱਟਰ ਵਾਲਾ ਔਰ ਉਹਨਾਂ ਨੇ ਕਿਹਾ ਸੀ ਕਿ ਤੁਹਾਡਾ ਸਾਰਾ ਕੁਝ ਬੰਦ ਕਰ ਦਾਂਗੇ ਤਾਂ ਕਿ ਜਿਹਦੇ ਚ ਕਿਸਾਨਾਂ ਦੇ ਲਈ ਤੁਸੀਂ ਉਹਨਾਂ ਦੀ ਫੇਵਰ ਚ ਬੋਲਦੇ ਜੇ ਜੋ ਕੁਝ ਉਹਨਾਂ ਦੇ ਖਾਤੇ ਚ ਆ ਰਿਹਾ ਬਾਹਰੋਂ ਪੈਸਾ ਉਹਨੂੰ ਤੁਸੀਂ ਸਭਾਰਨ ਦੀ ਕੋਸ਼ਿਸ਼ ਕਰ ਰਹੇ ਜੇ ਐਨ ਆਰ ਆਈ ਵੀਰ ਉਹਨਾਂ ਦੀ ਹਮਾਇਤ ਕਰ ਰਹੇ ਆ ਔਰ ਤੁਸੀਂ ਉਹਨਾਂ ਨੂੰ ਹੋਰ ਬੜਾਵਾ ਦੇ ਰਹੇ ਜੇ ਇਹ ਸਾਡੇ ਦੇਸ਼ ਦਾ ਮਸਲਾ ਹੈਗਾ ਟਵਿੱਟਰ ਕੱਲੇ ਦਾ ਨਹੀਂ ਹੈਗਾ ਔਰ ਨਾ ਅਮਰੀਕਾ ਦਾ ਪੇਪਰ ਵਿੱਚ ਲੇਖਾ ਜੋਖਾ ਹੈਗਾ ਔਰ ਇਹ ਕੇਂਦਰ ਸਰਕਾਰ ਨੇ ਕਿਹਾ ਕਿ ਉਹ ਝੂਠ ਮਾਰ ਰਿਹਾ ਪਰ ਉਹਨਾਂ ਨੇ ਕਹਿਤਾ ਅੰਗਰੇਜ਼ ਔਰ ਜਿਹੜੇ ਲੋਕ ਨੇ ਸਕਾਲਰ ਇਹ ਕਦੀ ਝੂਠ ਨਹੀਂ ਬੋਲਦੇ ਝੂਠੇ ਮਾਰਦੀ ਤੇ ਸਿਆਸਤ ਮਾਰ ਸਕਦੀ ਆ ਜਿਹੜਾ ਅਸੀਂ ਅੱਗੇ ਕਿਹਾ ਕਿ ਝੂਠ ਦੇ ਟਰੱਕ ਲਾਉਂਦੇ ਆ ਟੈਂਡਰ ਭਰਦੇ ਆ ਉਹਨਾਂ ਨੇ ਸਹੀ ਕਹਿਤਾ ਇਹ ਮਸਲਾ ਇਸ ਵੇਲੇ ਸਾਰੀਆਂ ਅਖਬਾਰਾਂ ਦੀਆਂ ਸੁਰਖੀਆਂ ਚ ਆ ਚੁੱਕਿਆ ਇਹ ਟਵਿੱਟਰ ਦੇ ਵਿੱਚ ਜੋ ਕੁਝ ਐ ਇਸ ਵੇਲੇ ਸ਼ਾਇਆ ਹੁੰਦਾ ਸੀ ਕਿ 3 ਸਾਲ ਪਹਿਲਾਂ ਉਹਨਾਂ ਨੇ ਕਿਹਾ ਕਿ ਸਾਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਕਿ ਤੁਸੀਂ ਬੰਦ ਕਰੋਗੇ ਤਾਂ ਚੰਗੀ ਗੱਲ ਆ ਨਹੀਂ ਤੇ ਅਸੀਂ ਤੁਹਾਡੇ ਸਾਰੇ ਖਾਤੇ ਬੰਦ ਕਰ ਦਾਂਗੇ ਔਰ ਸਾਡੇ ਦੇਸ਼ 'ਚ ਨਹੀਂ ਚੱਲਣਾ ਚਾਹੀਦਾ ਔਰ ਇਹ ਕਿਸਾਨਾਂ ਨੂੰ ਵੀ ਪਤਾ ਲੱਗ ਗਿਆ ਹੁਣ ਜੇ ਸਾਨੂੰ ਕੌਣ ਰੋਕਦਾ ਸੀ ਉਦੋਂ ਕੀ ਕਰਦੇ ਸੀ ਔਰ ਉਹ ਤਿੰਨ ਕਾਲੇ ਕਾਨੂੰਨਾਂ ਦੇ ਬਾਰੇ ਇਹਨਾਂ ਨੇ ਗੱਲ ਕੀਤਾ ਸੀ ਕਿ ਇਹ ਗਲਤ ਗੱਲ ਹੈਗੀ ਆ ਜਿਹਦੇ ਵਿੱਚ ਕਾਰਪੋਰੇਟ ਕਰਾਣੇ ਨਾਲ ਅਨਵਾਲੋ ਹੋ ਗਿਆ ਔਰ ਉਹ ਜਿਨ੍ਹਾਂ ਦੀ ਪੈਸਾ ਜ਼ਿਆਦਾ ਜਿਨ੍ਹਾਂ ਕੋ ਨੀਤੀ ਉਹਨਾਂ ਦੀ ਬਣ ਰਹੀ ਆ ਕਿਸਾਨ ਵਿਚਾਰੇ ਰੁਲ ਗਏ ਉਹਨਾਂ ਨੇ ਕਿਹਾ ਕਿ ਸਾਰੇ ਰੁਲ ਰਹੇ ਨੇ ਉਹਨਾਂ ਨੂੰ ਇਸ ਲਈ ਕੋਈ ਵੀ ਕੋਈ ਬੈਨੀਫਿਟ ਨਹੀਂ ਮਿਲ ਰਿਹਾ ਉਹਨਾਂ ਨੇ ਕਿਹਾ ਤਾਂ ਕੇਂਦਰ ਸਰਕਾਰ ਇਚ ਅਨਵਾਲ ਹੋ ਗਿਆ ਬਕਾਇਦਾ ਤੌਰ ਤੇ ਜਿੰਨੇ ਗੱਲ ਕਹੀ ਕਿਸਾਨ ਜਿਹੜੀ ਸਰਕਾਰ ਕਿਸਾਨਾਂ ਦੇ ਅਗੇਂਸਟ ਖੜੀ ਹੋ ਗਈ ਅਗੇਂਸਟ ਖੜੀ ਹੁਣ ਤੇ ਤਿੰਨ ਸਾਲ ਤੇ ਇਸੇ ਤੇ ਲੱਗੇ ਟਵਿੱਟਰ ਅਗੇਂਸਟ ਕਿਸਾਨ ਇਹ ਤਿੰਨ ਤਿੰਨ ਟ੍ਰਾਇੰਗਲ ਬਣ ਗਏ ਇਹਨਾਂ ਦੇ ਵਿੱਚ ਇੱਕ ਪਾਸੇ ਕੇਂਦਰ ਇੱਕ ਪਾਸੇ ਕਿਸਾਨ ਤੇ ਇੱਕ ਪਾਸੇ ਦੂਜਾ ਜਿਹੜਾ ਸੀਓ ਆ ਉਹ ਕਰ ਕਰਾ ਕੇ ਹੁਣ ਉਦੋਂ ਤਾਂ ਇਹਨੂੰ ਪਤਾ ਮੰਨਣਾ ਪਿਆ મોદી ਸਾਹਿਬ ਨੇ ਡਿਕਲੇਅਰ ਕਰਤਾ ਕਿ ਅਸੀਂ ਐਗਰੀ ਹੋ ਗਏ ਆ ਤਿੰਨੇ ਕਾਨੂੰਨ ਜਿਹੜੇ ਕੈਂਸਲ ਹੋ ਗਏ ਬਕਾਇਦਾ ਤੌਰ ਤੇ ਹੋ ਗਏ ਅੱਜ ਫਿਰ ਇਹਨਾਂ ਨੇ ਮੁੱਦਾ ਚੁੱਕ ਲਿਆ ਪਿਆ ਆ ਗੱਲ ਜੇ ਕਿਸਾਨਾਂ ਨੂੰ ਹੁਣ ਪਤਾ ਲੱਗ ਗਿਆ ਕਿ ਇਹ ਕੀ ਹੁੰਦਾ ਸੀਗਾ ਉਹ ਅਸਲ ਵਿੱਚ ਪਤਾ ਕੀ ਹੁੰਦਾ ਇਹਦੇ ਚ ਹੁੰਦਾ ਜਿਹੜੀ ਤੁਹਾਡੀ ਡੈਮੋਕ੍ਰੇਸੀ ਆ ਉਹਦੀ ਆਵਾਜ਼ ਨੂੰ ਉਹਦਾ ਗਲਾ ਕੁੱਟਦੇ ਗਲਾ ਕੁੱਟਦੇ ਦਾ ਉਹ ਹੈਗਾ ਬਈ ਅਖਬਾਰਾਂ ਚ ਨਾ ਆਜੇ ਉਹਦੇ ਚ ਨਾ ਆਜੇ ਲੋਕਾਂ ਨੂੰ ਪਤਾ ਲੱਗ ਜਾਂਦਾ ਇਸ ਗੱਲ ਦਾ ਤਾਂ ਦੇ ਇਹਦੇ ਤੇ ਕੱਟ ਆਫ ਹੋ ਗਿਆ ਮਤਲਬ ਇੱਕ ਗੱਲ ਕਿੰਨੀ ਖਤਰਨਾਕ ਹੋ ਜਾਂਦੀ ਹੈ ਡੈਮੋਕ੍ਰੇਸੀ ਵਾਸਤੇ ਸਹੀ ਗੱਲ ਜਦੋਂ ਤੁਸੀਂ ਸੱਚਾਈ ਬਾਹਰ ਨਹੀਂ ਆਉਣ ਦੇਣੀ ਹੁਣ ਸੱਚਾਈ ਕਿਸੇ ਨਾ ਕਿਸੇ ਤਰ੍ਹਾਂ ਤੇ ਬਾਹਰ ਆਏਗੀ ਉਹ ਤਾਂ ਕੁਦਰਤ ਹੈ ਕੁਦਰਤ ਤੇ ਬਾਹਰ ਆਉਣੀ ਹੋਣੀ ਹੈ ਤੁਸੀਂ ਕਿੰਨਾ ਕਿ ਟਵਿੱਟਰ ਬੰਦ ਕਰਦੇ ਹੋਗੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਕਿੰਨਾ ਵੀ ਪਾਬੰਦੀ ਲਗਾ ਦੇਓਗੇ ਪਰ ਫਿਰ ਵੀ ਸੱਚ ਤਾਂ ਬਾਹਰ ਆਏਗਾ ਹੀ ਸੋ ਇਹ ਗੱਲਾਂ ਨੇ ਵੈਸੇ ਇਦਾਂ ਹੋਣਾ ਨਹੀਂ ਚਾਹੀਦਾ ਜੋ ਵੀ ਜਿੱਦਿਆਂ ਵੀ ਮੰਗਾ ਨੇ ਉਹਨਾਂ ਮੰਗਾਂ ਦੇ ਉੱਤੇ ਪੂਰਾ ਰਣਵਾਸ ਆ ਗਿਆ غور ਕਰਨਾ ਚਾਹੀਦਾ ਉਹਨਾਂ ਤੇ ਕੁਝ ਨਹੀਂ ਚਾਹੀਦਾ ਪਰ ਹੋ ਉਹੀ ਰਹਾ ਜਿਹੜਾ ਨਹੀਂ ਹੋਣਾ ਨਹੀਂ ਹੋਣਾ ਚਾਹੀਦਾ ਜਿੱਦਾਂ ਹਿਟਲਰ ਨੇ ਕਿਹਾ ਸੀਗਾ ਇੰਪੋਸੀਬਲ ਜਿਹੜਾ ਹੈਗਾ ਮੇਰੀ ਡਿਕਸ਼ਨਰੀ 'ਚ ਨਹੀਂ ਹੈਗਾ ਮੇਰੇ ਤਾਂ ਤਾਂ ਦਾ ਸੰਭਵ ਹੀ ਹੈ ਅਸੰਭਵ ਨਹੀਂ ਹੈਗਾ ਦੱਸਿਓ ਗੱਲ ਕਰਦੇ ਵੀ ਜਿਹੜਾ ਨਹੀਂ ਹੋਣਾ ਜਿੱਦਾ ਉਹੀ ਤਾਂ ਹੋ ਰਿਹਾ ਕਿਸੇ ਵਾਰ ਇਹਦੇ ਉੱਤੇ ਮਜ਼ਾਕ ਸੀ ਕਿਸੇ ਨੇ ਐਦਾਂ ਹੀ ਕਹਿਤਾ ਕਹਿੰਦਾ ਮੇਰੀ ਡਿਕਸ਼ਨਰੀ ਵਿੱਚ ਇੰਪੋਸੀਬਲ ਸ਼ਬਦ ਹੈ ਹੀ ਨਹੀਂ ਹਾਂ ਕਹਿੰਦਾ ਕਿੱਥੋਂ ਖਰੀਦੀ ਇਹ ਬਕਵਾਸ ਡਿਕਸ਼ਨਰੀ ਹਾਂ ਵੀ ਪਬਲਿਸ਼ਰ ਨੇ ਗਲਤ ਦੇ ਦਿੱਤੀ ਤੁਹਾਨੂੰ ਯੈਸ ਹਾਂ ਸੋ ਆਪਾਂ ਅੱਗੇ ਵਧਦੇ ਹਾਂ ਜੀ ਸੋ ਅਗਲੀ ਗੱਲ ਇਹ ਹੈ ਕਿ ਜਿਹਨੇ ਹੁਣ ਬਿਜਲੀ ਕਨੈਕਸ਼ਨ ਨਹੀਂ ਲਾਈਟਾਂ ਤੇ ਗੁੱਲ ਨੇ ਬਿਜਲੀ ਫ੍ਰੀ ਹੈ ਬਿਜਲੀ ਹੈ ਹੀ ਨਹੀਂ ਤੇ ਫ੍ਰੀ ਤਾਂ ਆਪੇ ਹੋ ਜਾਏ ਹੁਣ ਬਿਜਲੀ ਦੇ 5-5 ਘੰਟਿਆਂ ਦੇ ਕੱਟ ਲੱਗਦੇ ਪਏ ਨੇ ਪੰਜਾਬ ਦੇ ਵਿੱਚ ਤੇ ਕਈ ਇਲਾਕਿਆਂ 'ਚ ਤਾਂ ਬੜਾ ਬੁਰਾ ਹਾਲ ਹੈ ਹੁਣ ਕਹਿੰਦੇ ਨੇ ਕਿ ਜੇ ਨਵੇਂ ਕਨੈਕਸ਼ਨ ਲੈਣੇ ਨੇ ਤੇ ਉਹ 스마트 મીਟਰ ਲੱਗੇਗਾ ਪਰ ਉਹ ਪ੍ਰੀਪੇਡ ਨਹੀਂ ਹੋਏਗਾ ਬਿੱਲ ਬਾਅਦ 'ਚ ਹੀ ਹੋਣਾ ਪਰ ਲੱਗੇਗਾ 스마트 મીਟਰ ਤੇ ਕੁਝ ਐਕਸਪਰਟਸ ਕਹਿੰਦੇ ਨੇ ਕਿ ਜਿਹੜਾ ਹੁਣ ਮੀਟਰ ਹੈ ਤੇ ਉਹ 스마트 ਮੀਟਰ ਸ਼ਾਇਦ ਬਿਜਲੀ ਦਾ ਬਿੱਲ ਜ਼ਿਆਦਾ ਬਣੇ ਕਿਉਂਕਿ ਕੁਝ ਇਦਾਂ ਦਾ ਗੱਲ ਹੈਗੀ ਆ ਕਿ ਉਹ ਮੀਟਰ ਸ਼ਾਇਦ ਫਾਸਟ ਚੱਲਦਾ ਜੋ ਵੀ ਹੈ ਵਾਟਐਵਰ ਪਰ ਇਹ ਕਿਤੇ ਨੇ ਕਿ ਉਹਨਾਂ ਨੇ ਦੋਵੇਂ ਮੀਟਰ ਲਗਾ ਕੇ ਚੈੱਕ ਕੀਤਾ 스마트 ਮੀਟਰ ਦੇ ਉੱਤੇ ਬਿਜਲੀ ਦਾ ਬਿੱਲ ਜ਼ਿਆਦਾ ਹੁੰਦਾ ਹੈ ਜਿਹੜਾ ਦੂਜਾ ਮੀਟਰ ਹੈ ਉਹਦੇ ਉੱਤੇ ਬਿਜਲੀ ਦਾ ਬਿੱਲ ਘੱਟ ਆਉਂਦਾ ਹੈ ਆ ਇਸੇ ਤਰ੍ਹਾਂ ਇਹਨਾਂ ਨੇ ਜਿੱਦਾਂ ਕਿਸੇ ਸਿਆਣੇ ਨੇ ਕਿਹਾ ਨਾ ਕੋਈ ਬੱਚਾ ਰੋਟੀ ਖਾਣ ਲਈ ਬੈਠਾ ਤੇ ਉਹਦੇ ਲਈ ਥਾਲੀ ਆਈ ਤੇ ਉਹ ਵੇਖ ਕੇ ਚੀਕਾ ਮਾਰ ਲੱਪਿਆ ਉਹ ਕਹਿੰਦੇ ਕਿਉਂ ਮਾਰਦਾ ਆਂਦਾ ਥਾਲੀ 'ਚ ਹੈ ਕੁਝ ਨਹੀਂ ਤੇ ਚੀਕਾ ਮਾਰਨੀ ਹੈ ਮੈਂ ਕੱਲੀ ਥਾਲੀ ਥੋੜੀ ਖਾ ਲਾਂ ਇਹ ਹੁਣ ਐਸ ਵੇਲੇ ਪੰਜਾਬ ਦੀ ਹਾਲਤ ਹੈ ਕਿ ਸਰੋਜ ਨੂੰ ਦਿੱਤੇ ਫਰੀ ਪਰ ਉਹਦੇ ਬਾਅਦ ਬਿਜਲੀ ਨਹੀਂ ਆ ਰਹੀ ਬਿਜਲੀ ਵੀ ਫਰੀ ਹੋ ਗਈ ਬਿਜਲੀ ਵੀ ਨਹੀਂ ਆ ਰਹੀ ਔਰ ਬਿਜਲੀ ਹਵਾ ਜੀ ਆ ਤੇ ਗਰਮੀ ਅੰਤਾਂ ਦੀ ਆ ਲੋਕ ਬਿਮਾਰ ਵਿਚਾਰੇ ਜਿਹੜੇ ਮੰਜੇ ਦੇ ਪਏ ਵਿਚਾਰੀ ਕਿੱਥੇ ਜਾਣਗੇ ਕਈ ਇਨਵਰਟਰ ਨਹੀਂ ਲਿਆ ਸਕਦੇ ਕਈ ਲਿਆ ਸਕਦੇ ਤਾਂ ਉਹਨਾਂ ਕੋਲ ਲਿਆਉਣਾ ਔਖਾ ਕਈ ਬੰਦੇ ਬਾਹਰ ਬੈਠੇ ਆ ਉਹਨਾਂ ਦਾ ਪਰਾਰ ਔਰਤਾਂ ਇੱਥੇ ਬੈਠੀਆਂ ਉਹ ਚੀਜ਼ਾਂ ਜਿਹੜੀਆਂ ਉਹਨਾਂ ਦੇ ਮਜਬੂਰੀ ਨਾ ਸਮਝਦਿਆਂ ਹੋયા ਇਹਨਾਂ ਨੇ ਇਹ ਕਰ ਦਿੱਤਾ ਕਿ ਜਿਹੜੇ ਹੁਣ ਕਨੈਕਸ਼ਨ ਨਵੇਂ ਲੈਣਗੇ ਉਹਨਾਂ ਦੇ ਜਿਹੜੇ 스마트 ਮੀਟਰ ਲੱਗਣਗੇ ਉਹਨਾਂ ਦਾ ਆਪਣੇ ਆਪ ਹੀ ਬਿੱਲ ਆਇਆ ਕੋਲ ਤੁਹਾਨੂੰ ਐਪ ਦੇਣਗੇ ਐਪ ਦੇ ਵਿੱਚ ਤੁਹਾਡਾ ਮੋਬਾਈਲ ਨੰਬਰ ਤੁਹਾਡਾ ਐਡਰੈਸ ਕਰਦਾ ਉਹ ਹੋਊਗਾ ਇਹਨਾਂ ਨੇ ਕਿਹਾ ਕਿ ਸਾਨੂੰ ਘਰ ਪ੍ਰਤੀ 20 ਰੁਪਏ ਬਚਣਗੇ ਜਦੋਂ ਕਿ ਬੰਦਾ ਜਿਹੜਾ ਮੀਟਰ ਰੀਡਰ ਆਉਂਦਾ ਉਹ ਤੁਹਾਡਾ ਮੀਟਰ ਦੇ ਉਹਨਾਂ ਕੋ ਮਸ਼ੀਨ ਅੱਗੇ ਲਾ ਕੇ ਮੀਟਰ ਦੇ ਤੇ ਉਹਦੀ ਰੀਡਿੰਗ ਲੈ ਲੈਂਦੇ ਆ ਕਿ ਹੁਣ ਤੱਕ ਕਿੰਨੇ ਯੂਨਿਟ ਬਣ ਗਏ ਆ ਉਹ ਤੁਹਾਡੇ ਕੋ ਮੀਟਰ ਉੱਥੇ ਵਿੱਚੋਂ ਕਲਿੱਕ ਕਰਕੇ ਤੇ ਤੁਹਾਨੂੰ ਬਿੱਲ ਦੇ ਦਿੰਦੇ ਆ ਹੁਣ ਬੰਦੇ ਇੱਕ ਤਾਂ ਬਚੂਗਾ ਕਾਗਜ਼ ਇੱਕ ਬਚੂਗਾ ਪੈਸਾ ਇੱਕ ਬਚੂਗੀ ਤਨਖਾਹ ਜਿਹੜੀ ਉਹਨੂੰ ਦੇ ਰਿਆਂ ਕਿਉਂ ਨਾ ਸਿੱਧਾ ਕਰ ਦਈਏ 3 ਫੇਜ਼ ਦਾ ਅੱਗੇ ਆਉਂਦਾ ਸੀਗਾ ਉਹਦੇ ਤੇ ਐਪ ਤੇ ਇਹਦਾ ਸਿੰਗਲ ਮੀਟਰ ਜਿਹੜਾ ਸੀਗਾ ਫੇਜ਼ ਉਹਦੇ ਤੇ ਨਹੀਂ ਸੀ ਆਉਂਦਾ ਹੁਣ ਇਹਨਾਂ ਨੂੰ ਸਾਰਿਆਂ ਦਾ ਕਰ ਦਿੱਤਾ ਔਰ ਜਿੰਨੇ ਨਵੇਂ ਕਨੈਕਸ਼ਨ ਅਪਲਾਈ ਕਰੋਗੇ ਉਹਦੇ ਤੇ ਇਹੀ ਆਊਗਾ ਮੀਟਰ ਦੇ ਉੱਤੇ ਫਿਰ ਇਹ ਡਿਜੀਟਲ ਮੀਟਰ ਹੈਗਾ ਇਹਨਾਂ ਤੇ ਵੈਸੇ ਵੀ ਸਾਫ ਭੱਜਦੀ ਹੈ ਉਹਨਾਂ ਦੇ ਯੂਨਿਟ ਜਦੋਂ ਤੁਸੀਂ ਮੋਬਾਈਲ ਲਾਉਗੇ ਚਾਰੀ ਤੇ ਉਹ ਤੇ ਭਜਣਾ ਸ਼ੁਰੂ ਹੋ ਜਾਂਦਾ ਜਦੋਂ ਆਨ ਹੋ ਗਿਆ ਕੋਈ ਚੀਜ਼ ਵੀ ਜਦੋਂ ਕੀਤੀ ਡਿਜੀਟਲ ਹੈ ਨਾ ਪਹਿਲੇ ਮੀਟਰ ਗਰਾਰੀਤੇ ਹੁੰਦੇ ਸੀ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਨਹੀਂ ਸੀਗਾ ਉਦੋਂ ਤੁਰਦੇ ਸੀ ਜਦੋਂ ਗਰਾਰੀ ਕੁੰਦੀ ਸੀ ਜਦੋਂ ਉਹਨਾਂ ਤੇ ਲੋਡ ਪੈਂਦਾ ਇਹ ਤਾਂ ਡਿਜੀਟਲ ਹੈਗਾ ਤੇ ਮਾੜੀ ਜੀ ਚੁਟਕੀ ਵਜੀ ਤਾਂ ਵੀ ਚੱਲਣਾ ਸ਼ੁਰੂ ਹੋ ਜਾਂਦਾ ਔਰ ਇਹ ਪੈਸਾ ਫਿਰ ਲੋਕਾਂ ਨੂੰ ਦੇਣਾ ਪਊਗਾ ਯੂਨਿਟ ਤਾਂ ਇਹਨਾਂ ਵਧਾਇਆ ਹੀ ਹੈ ਐਸ ਵੇਲੇ ਇਹਨਾਂ ਨੇ ਇੱਕ ਕਿਆ ਸੀਗਾ ਥਰਮਲ ਪਲਾਂਟ ਗੋਵਿੰਦਵਾਲ ਸਾਹਿਬ ਉਹ ਜਿਹੜਾ ਸੀਗਾ ਉਹ ਪ੍ਰਾਈਵੇਟ ਕੰਪਨੀ ਕੋਲ ਆ ਇਹ ਭਗਵੰਤ ਮਾਨ ਸਰਕਾਰ ਨੇ ਕਿਆ ਸੀ ਕਿ ਅਸੀਂ ਖਰੀਦਾਂਗੇ ਔਰ ਉਹ ਜਦੋਂ ਇਹਨਾਂ ਨੇ ਐਲਾਨ ਕੀਤਾ ਉਹਨਾਂ ਨੇ ਸਿਕਰਾਂ ਤੇ ਪਹੁੰਚਾਤਾ ਸਮਾਇਦਾ ਰੇਟ ਉਹਨਾਂ ਨੇ ਕਿਹਾ ਇੱਕ ਲਹਿਰ ਹਮਾ ਬੱਚ ਵੀ ਹੈਗਾ ਇੱਕ ਬਠੰਡਾ ਸੀਗਾ ਬਠੰਡਾ ਵਾਲਾ ਤਾਂ ਬੰਦ ਕਰ ਦਿੱਤਾ ਔਰ ਇੱਥੇ ਵਾਲਾ ਗੋਵਿੰਦਵਾਲ ਸਾਹਿਬ ਵਾਲਾ ਚੱਲਦਾ ਜਿਹੜੀ ਬਿਜਲੀ ਵੇਚ ਰਿਹਾ ਇਹ ਬਾਦਲ ਸਾਹਿਬ ਨੇ ਫਾਊਂਡੇਸ਼ਨ ਰੱਖਿਆ ਸੀ ਇਹਦਾ 2009 ਦੇ ਕਰੀਬ ਹੀ ਉਦੋਂ ਇਹ ਥਰਮਲ ਪਲਾਂਟ ਆਇਆ ਸੀਗਾ ਇਹ ਦਰਿਆ ਦੇ ਕੰਢੇ ਤੇ ਹੀ ਆ ਔਰ ਬੜੀ ਜ਼ਮੀਨ ਇਹਨਾਂ ਕੋਲ ਹੈਗੀ ਆ ਔਰ ਇਹ ਸਰਕਾਰ ਨੇ ਕਿਹਾ ਸੀ ਕਿ ਅਸੀਂ ਖਰੀਦਾਂਗੇ ਤੇ ਬਿਜਲੀ ਹੋਰ ਸਸਤੀ ਕਰਾਂਗੇ ਹੁਣ ਐਲਾਨਨਾਮਾ ਰਹਿ ਗਿਆ ਨਾ ਖਰੀਦਦਾ ਨਾ ਕੀਤਾ ਗਿਆ ਤੇ ਜਿਹੜੇ ਸਮਾਰਟ ਮੀਟਰ ਲਾਉਣ ਵਾਲੇ ਸੀ ਉਹ ਚ ਕਿਸਾਨਾਂ ਨੇ ਕੀਤਾ ਵਿਰੋਧ ਉਹਨਾਂ ਨੇ ਡੰਡਾ ਭਰਾਇਆ ਜਿਹੜੇ ਲਾਉਣ ਆਉਂਦੇ ਜਿਹੜੇ ਉੱਥੇ ਮਾਊਂਟ ਕਰਦੇ ਸੀ ਬਣਾਉਂਦੇ ਸੀ ਹੁਣ ਇਹਨਾਂ ਨੇ ਕਹਿਤਾ ਕਿ ਨਹੀਂ ਜਿਹੜੇ ਨਵੇਂ ਆਉਣਗੇ ਮੀਟਰ ਉਹਨਾਂ ਦੇ ਵਿੱਚ ਹੈਗਾ ਅਸੀਂ ਐਪ ਦੇਵਾਂਗੇ ਐਪ ਦੇ ਵਿੱਚ ਤੁਹਾਡੇ ਮੀਟਰ ਦੇ ਪੈਸੇ ਆਪਣੇ ਆਪ ਹੀ ਜੁਨਟ ਬੜੇ ਬਣਾਏ ਆ ਜਾਣੇ ਆ ਪਰ ਇਹ ਪਿੱਤੇ ਕਿਤੇ ਆਉਣਾ ਰੌਲਾ ਇਹ ਐਪ ਦੇ ਵਿੱਚੋਂ ਜਾਂਦੇ ਨਿਕਲ ਮੀਟਰ ਰੀਡਰ ਦੀ ਤਨਖਾਹ ਬਚ ਗਈ ਉਹਦੇ ਵਿੱਚ ਬਾਕੀ ਜਿਹੜੇ ਆ ਕਾਗਜ਼ ਦਾ ਪਬਲਿਕੇਸ਼ਨ ਉਹ ਬਚ ਗਿਆ ਮਸ਼ੀਨਾਂ ਲੈ ਕੇ ਦਿੰਦੇ ਉਹ ਬਚ ਗਿਆ ਸਿੱਧੇ ਪੈਸੇ ਆਉਣਗੇ ਸਿੱਧੇ ਪਹਿਲਾਂ ਚਿਪ ਲਾ ਰਹੇ ਸੀ ਉਹ ਤਾਂ ਰੌਲਾ ਘਟ ਗਿਆ ਇਹਦੇ ਵਿੱਚ ਨਾ ਬਲਕਾਰ ਜੀ ਇੱਕ ਪੁਆਇੰਟ ਆਉਂਦਾ ਹੈ ਜੀ ਕਿਸੇ ਵਕੀਲ ਨੇ ਇਹ ਪੁਆਇੰਟ ਚੁੱਕਿਆ ਸੀ ਜੀ ਕਹਿੰਦਾ ਬਿਜਲੀ ਦਾ ਮੀਟਰ ਲੱਗਾ ਹੋਇਆ ਆ ਅਸੀਂ ਜਿਹੜਾ ਹੀ ਬਿਜਲੀ ਵਰਤਦੇ ਆ ਹੂੰ ਉਹਦਾ ਅਸੀਂ ਪੈਸਾ ਦੇਣਾ ਹੈ ਹਾਂ ਹੁਣ ਮੀਟਰ ਦੇ ਵਿੱਚ ਤੁਸੀਂ ਇੱਕ ਨਿੱਕਾ ਜਿਹਾ ਲਾਲ ਰੰਗ ਦਾ ਬਲਬ ਲਗਾਇਆ ਹੋਇਆ ਜਿਹੜਾ ਉਹ ਲਿੱਕ ਕਰਦਾ ਰਹਿੰਦਾ ਉਹ ਟਿਮਟਮਾਉਂਦਾ ਰਹਿੰਦਾ ਟਿਮਟਮਾਉਂਦਾ ਉਹਦਾ ਸਾਨੂੰ ਤੇ ਕੋਈ ਫਾਇਦਾ ਨਹੀਂ ਸਹੀ ਗੱਲ ਉਹ ਬਿੱਲ ਉਸ ਬਿਜਲੀ ਦੇ ਕਨੈਕਸ਼ਨ ਦੇ ਵਿੱਚ ਜਿਹੜਾ ਉਹ ਬਿੱਲ ਬਿਜਲੀ ਦਾ ਬਿੱਲ ਦੇ ਵਿੱਚ ਉਹਦਾ ਵੀ ਪੈਸਾ ਆਉਂਦਾ ਜਿਹੜਾ ਨਿੱਕਾ ਜਿਹਾ ਮਤਲਬ ਬਲਿੰਕ ਕਰਦਾ ਉਹਦਾ ਵੀ ਲੋਡ ਹੈਗਾ ਉਹ ਵੀ ਸਾਨੂੰ ਪੇਮੈਂਟ ਕਰਨੀ ਪੈਂਦੀ ਹੈ ਜਦ ਕਿ ਉਹ ਪੇਮੈਂਟ ਬਿਜਲੀ ਦਫ਼ਤਰ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਬਿਜਲੀ ਦਫ਼ਤਰ ਨੇ ਆਪਣੀ ਸਹੂਲਤ ਵਾਸਤੇ ਉਹ ਮੀਟਰ ਦੇ ਅੰਦਰ ਹੀ ਫੈਸਿਲਿਟੀ ਦਿੱਤੀ ਹੋਈ ਹੈ ਇੱਥੇ ਤੱਕ ਵੀ ਨੁਕਤੇ ਚੁੱਕਦੇ ਨਹੀਂ ਲੋਕ ਵੈਸੇ ਉਹਨੇ ਕਿਹਾ ਕਿ ਇਹ ਜਿਹੜੇ ਮੀਟਰ ਲਾਉਂਦੇ ਇਹ ਜਿਹੜੇ ਕੰਜ਼ਿਊਮਰ ਉਹ ਵੀ ਬੜਾ ਕੁਝ ਕਰਦੇ ਆ ਗਵਰਨਮੈਂਟ ਨੇ ਫ੍ਰੀ ਆਫ ਕਾਸਟ ਦੇ ਦਿੱਤੀ ਕਿਸੇ ਵੀ ਸਰਕਾਰ ਨੇ ਇਦਾਂ ਦੀ ਸਹੂਲਤ ਨਹੀਂ ਸੀ ਦਿੱਤੀ ਇਹ ਬੜੀ ਵੱਡੀ ਔਰ ਬੜੀ ਜਿਹੜੀ ਆ ਮੀਲ ਪੱਥਰ ਵਾਲੀ ਗੱਲ ਹੈਗੀ ਆ ਜਿੱਥੇ ਜਨਰਲ ਕੈਟਾਗਰੀ ਨੂੰ ਦਿੱਤਾ ਨਹੀਂ ਤੇ ਜਨਰਲ ਕੈਟਾਗਰੀ ਇਸ ਤੋਂ ਵਾਂਝਿਆ ਰਹਿੰਦੀ ਸੀ ਰਿਜ਼ਰਵ ਵਾਲਿਆਂ ਨੂੰ ਵੀ 200 ਮਿਲਦਾ ਸੀ ਜਿਆਰਿਆਂ ਨੂੰ ਹੁਣ ਇਹਨਾਂ ਨੇ ਇਕੁਅਲ ਕਰ ਦਿੱਤਾ ਸਾਰਿਆਂ ਨੂੰ ਦੇ ਦਿੱਤਾ ਪਰ ਇਹ ਕਿੱਥੇ ਭਲੇ ਮਾਨਸੇ ਇਹ ਫਿਰ ਚੋਰੀ ਕਰਦੇ ਆ ਉਹ ਮੀਟਰ ਦੇ ਵਿੱਚ ਉਹਨਾਂ ਨੇ ਕਹਤਾ ਕਿ ਮੀਟਰ ਦੇ ਵਿੱਚ ਜੋ ਦਾ ਸਿਸਟਮ ਆ ਦਾ ਸਰਵਰ ਨੂੰ ਕਿੰ데요 ਜੇ ਕਿਤੇ ਉਹdna ਛੇੜਖਾਨੀ ਕੀਤੀ ਕਿਸੇ ਨੇ ਕੀਤਾ ਉਹਨੂੰ ਟੱਚ ਕੀਤਾ ਤਾਂ ਉਹਦੇ ਵਿੱਚ ਰਿਕਾਰਡ ਹੋ ਜਾਊਗਾ ਉਹਦੇ ਵਿੱਚ ਉਹ ਬੰਦਾ ਫੜਿਆ ਜਾਊਗਾ ਜਿਹੜਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦਾ ਜਾਂਦੇ ਵਿੱਚ ਕੋਈ ਛੇੜਖਾਨੀ ਕਰਦਾ ਇਹ ਇਸ ਜਿਹੜੀ ਸਮਾਰਟ ਮੀਟਰ ਇਹਨਾਂ ਚ ਆ ਗਈ ਗੱਲ ਹੁਣ ਇਹਦੇ ਵਿੱਚ ਚੋਰ ਫੜੇ ਜਾਣਗੇ ਕਈ ਤਾਂ ਤਾਰਾਂ ਲਾਉਂਦੇ ਕਈ ਵਿੱਚ ਉਹਨਾਂ ਕੋਲ ਰਿਮੋਟ ਹੁੰਦੇ ਰਿਮੋਟ ਨਾਲ ਵੀ ਰੋਕਦੇ ਆ ਕਈ ਕੁਛ ਕਰਦੇ ਲੋਕ ਵੀ ਕਿਹੜੇ ਭਲੇ ਮਾਨਸ ਜੇ ਸਰਕਾਰ ਨੂੰ ਆਪਾਂ ਨੇ ਕੁਝ ਦੇਂਦੀ ਨਹੀਂ ਤੇ ਹੈ ਚੱਜਦੇ ਅਸੀਂ ਵੀ ਆ ਨਹੀਂਗੇ ਅਸੀਂ ਛਿੱਲੀ ਚੀਜ਼ਾਂ ਨੂੰ ਨਾ ਚੱਜ ਨਾਲ ਨਹੀਂ ਲੈਂਦੇ ਬਾਹਰਲੀ ਕੰਟਰੀਆਂ ਚ ਜਿਹੜੀਆਂ ਆਉਂਦੇ ਉਹਨਾਂ ਨੂੰ ਵੈਲਕਮ ਕਰਦੇ ਆ ਅਸੀਂ ਕਹਿੰਦੇ ਤਾਂ ਸਾਡਾ ਹੀ ਆ ਇਹ ਸਾਡੀ ਮੋਨੋਪੋਲੀ ਆ ਉਹਨਾਂ ਘਰੋਂ ਦਿੱਤੀ ਆ ਇਹ ਨਹੀਂ ਕਹਿੰਦੇ ਸ਼ੁਕਰਗੁਜ਼ਾਰ ਨਹੀਂ ਹੁੰਦੀ ਧੰਨਵਾਦ ਨਹੀਂ ਕਰਦੇ ਵੀ ਜਿਹੜੇ ਦਿੱਤੀ ਜੇ ਸਰਕਾਰ ਨੇ ਦਿੱਤੀ ਆ 1947 ਤੋਂ ਲੈ ਕੇ ਹੁਣ ਤੱਕ ਕਿਸੇ ਦਾ ਧਿਆਨ ਨਹੀਂ ਸੀ ਗਿਆ ਬਿਜਲੀ ਦਾ ਹੁਣ ਵੇਖ ਲਓ ਸਾਡੇ ਸਾਰਾ ਕੁਝ ਚੱਲਦੇ ਫ੍ਰੀ ਚੱਲਦੇ ਏਸੀ ਵੀ ਚੱਲਦੇ ਆ 600 ਜੰਡਰ ਨੂੰ ਤਾਂ ਸੰਭਾਲ ਕੇ ਰੱਖੋ ਉਹਦੇ ਥੱਲੇ ਤੇ ਗਾਜੋ ਤੇ ਮੋੜਾਂ ਪੇਪਣਾਂ ਵਾਲੇ ਪਾਸੇ ਤੇ ਮਾੜਾ ਮੋਟਾ ਜਲ ਜਾਓ ਪੱਕੀਆਂ ਤੇ ਰੱਖ ਲਓ ਘਰ 'ਚ ਜੇ ਮਾੜਾ ਮੋਟਾ ਕੱਟ ਲੱਗਦਾ ਤੇ ਜੇ ਕੱਟ ਲੱਗਦਾ ਤਾਂ ਤੁਹਾਡੇ ਯੂਨਿਟ ਤਾਂ ਪੱਜੇ ਬਿਲਕੁਲ ਬਚਦੇ ਆ ਨਾਲ ਤੁਸੀਂ ਕਿਹਾ ਸੀਗਾ ਕਿ ਹਰ ਇੱਕ ਦੇ ਵਾਸਤੇ ਗੱਲ ਨਹੀਂ ਹੈਗੀ ਇਨਵਰਟਰ ਹੁਣ ਗੱਲ ਇਹ ਹੈ ਜਦੋਂ ਬੱਤੀ ਨਹੀਂ ਉਹ ਇਨਵਰਟਰ ਚਾਰਜ ਚਟਾ ਹੋਣੇ ਉਹ ਵੀ ਚਾਰਜ ਨਹੀਂ ਹੁੰਦੇ ਉਹ ਵੀ ਕਹਿ ਦਿੰਦੇ ਨੇ ਓਕੇ ਟਾਟਾ ਬਾਏ ਬਾਏ ਆ ਹੋਤਾ ਹੈ ਇਹ ਸੋ ਆਪਾਂ ਅੱਗੇ ਚੱਲੀਏ ਜਰੂਰ ਹੁਣ ਅਗਲੀ ਗੱਲ ਇਹ ਹੈ ਕਿ ਵਿਜੀਲੈਂਸ ਨੇ ਫੇਰ ਚੰਨੀ ਸਾਹਿਬ ਨੂੰ ਬੁਲਾਇਆ ਹਮ ਜਿਹੜੇ ਸਾਬਕਾ ਸੀਐਮ ਨੇ ਪੰਜਾਬ ਦੇ ਤੇ 5 ਘੰਟੇ ਦੀ ਪੁੱਛ ਪੜਤਾਲ ਇਹ ਤਾਂ ਕਮਾਲ ਹੋ ਗਈ ਹੈ ਮਤਲਬ ਖਿਹੜਾ ਹੀ ਨਹੀਂ ਛੱਡਦੀ ਵੀ ਵਿਜੀਲੈਂਸ ਆਪਣੇ ਚੰਨੀ ਸਾਹਿਬ ਇਹ ਪਹਿਲੇ ਮੁੱਖ ਮੰਤਰੀ ਆ ਪੰਜਾਬ ਦੇ ਜਿਹਨਾਂ ਦੇ ਪਿੱਛੇ ਵਿਜੀਲੈਂਸ ਵਾਰ-ਵਾਰ ਵਾਰ ਉਹਨਾਂ ਨੂੰ ਬੁਲਾ ਰਹੀ ਹੈ ਤਿੰਨੋ ਵੀ ਬੁਲਾਇਆ ਉਹਨਾਂ ਨੇ ਇੱਕ ਤਾਂ ਹੁੰਦਾ ਨਾ ਹੱਥ ਧੋਗੇ ਪੈਣਾ ਇੱਕ ਹੁੰਦਾ ਇੱਕ ਹੁੰਦਾ ਨਾ ਧੋਕੇ ਪੈਣਾ ਨਾ ਧੋਕੇ ਇਸ ਤਰ੍ਹਾਂ ਦੀ ਗੱਲ ਹੋਈ ਆ ਔਰ ਇਹਨਾਂ ਤੇ ਦੋ ਬਰਿੰਗ ਗਿਆ ਔਰ 5 ਘੰਟੇ ਉਹਨਾਂ ਨੂੰ ਰੱਖਿਆ ਮਤਲਬ ਹੁਣ ਵਿਜੀਲੈਂਸ ਵੀ ਕਹਿ ਰਹੀ ਹੈ ਕਿ ਜਿਹੜੀ ਇਹਨਾਂ ਨੇ ਪ੍ਰਾਪਰਟੀ ਬਣਾਈ ਹੈ ਜਿਹ ਪ੍ਰਾਪਰਟੀ ਆ ਜਿਹੜੀ ਉਹ ਆਮਦਨ ਤੋਂ ਵੱਧ ਬਣਾ ਲਈ ਇਹਨਾਂ ਨੂੰ ਇੰਨੇ ਆਮਦਨ ਨਹੀਂ ਸੀਗੀ ਐਸ ਬਲੇ ਸ਼ੰਕਾ ਤੋਂ ਉਹਨਾਂ ਦੀ ਵੀ ਠੀਕ ਹੈ ਜੇ ਅਸੀਂ ਗੱਲ ਕਰੀਏ ਉਹਨਾਂ ਨੇ ਕਾਉਂਸਲਰ ਤੋਂ ਲੈ ਕੇ ਅਪ ਟੂ ਸੀਐਮ ਤੱਕ ਜਦੋਂ ਮੁੱਖ ਮੰਤਰੀ ਬਣੇ ਸਾਰਾ ਇੱਕ ਆਕਾ ਲੈ ਲਿਆ ਗਏ ਇਹਦੇ ਵਿੱਚ ਕੀ ਕੀ ਬਣਿਆ ਔਰ ਕਿਦਾਂ ਕਿਦਾਂ ਬਣਿਆ 3 ਮਹੀਨੇ ਰਹਿ ਜਾਂਦੇ ਉਹਦੇ ਵਿੱਚ ਕਿੰਨਾ ਕੁਝ ਕੀਤਾ ਔਰ ਭਤੀਜੇ ਤੇ ਭਾ ਜਿਹੜਾ ਭਾਣ ਜਾ ਉਹਨਾਂ ਦਾ ਵੀ ਨਾਂ ਲੱਗਦਾ ਰਿਹਾ ਉਹਨਾਂ ਨੂੰ ਸਿਕਿਉਰਿਟੀ ਵੀ ਦਿੱਤੀ ਆ ਜਦ ਜਦ ਇਹ ਚਨਾ ਦੇ ਬਿੱਲ ਵੀ ਬਹੁਤ ਆਏ ਆ ਕਿੱਥੇ ਕਿੱਥੇ ਇਹਨਾਂ ਨੇ ਪੈਸਾ ਖਰਚਿਆ ਉਹ ਇੱਕ ਇੱਕ ਦੂਜੀ ਸ਼ਾਨਪੂਣ ਕੀਤੀ ਅਮਰੀਕਾ ਕਿਉਂ ਗਏ ਆ ਅਮਰੀਕਾ ਕੀ ਕੀਤਾ ਉੱਥੇ ਕੀ ਪਰਪਸ ਸੀਗਾ ਇਹਨਾਂ ਨੇ ਕੀਤਾ ਮੈਂ ਉੱਥੇ ਪੀ ਐਚ ਡੀ ਕਰਨ ਗਏ ਸੀ ਪੜਨ ਗਏ ਸੀ ਉਹਦੇ ਤੇ ਇਹਨਾਂ ਨੇ ਇਹ ਕੀਤਾ ਉਹਨਾਂ ਨੇ ਕਿਹਾ ਇਹਨਾਂ ਨੇ ਬੇਨਾਮੀ ਜ਼ਮੀਨ ਵੀ ਖਰੀਦ ਕੇ ਲੋਕਾਂ ਨੂੰ ਦਿੱਤੀ ਹੈ ਬਿਜ਼ਨਸ ਤੁਹਾਨੂੰ ਪਤਾ ਜੜ ਤੱਕ ਜਾਂਦੀ ਬਹੁਤ ਦੂਰ ਤੱਕ ਹੋਰ ਉਹਨੇ ਦੇ ਤੱਕ ਉਹ ਨਹੀਂ ਕਰਨਗੇ ਜਦੋਂ ਚਾਹਤ ਪ੍ਰੂਫ ਨਹੀਂ ਲੈ ਲੈਂਦੇ ਉਹਨਾਂ ਪ੍ਰੂਫ ਕਲੈਕਟ ਕਰ ਰਹੇ ਆ ਸਬੂਤ ਕਲੈਕਸ਼ਨ ਹੋ ਰਹੀ ਆ ਔਰ ਇਹਦੇ ਵਿੱਚ ਜਿਹੜੇ ਆ ਇਹ ਅਸਲ 'ਚ ਸਖੰਜੇ ਚ ਫਸਾਇਆ ਨੇ ਉਹਨਾਂ ਨੇ ਹੁਣ ਦੇਖੋ ਕੀ ਕਰਦੇ ਆ ਵੈਸੇ ਤਾਂ ਕਾਂਗਰਸੀ ਲੀਡਰ ਹੈਗੇ ਆ ਕਾਂਗਰਸੀ ਲੀਡਰ ਪਹਿਲਾਂ ਵੀ ਬਹੁਤ ਇਦਾਂ ਦੇ ਫੜੇ ਫੜਾਏ ਗਏ ਆ ਬਹੁਤ ਉਹਨਾਂ ਦੇ ਇਦਾਂ ਦੇ ਦੋਸ਼ ਮੜੇ ਗਏ ਔਰ ਉਹਦੇ ਵਿੱਚ ਆਪ ਸਰਕਾਰ ਦੇ ਵੀ ਆਪਣੇ ਮੰਤਰੀ ਫੜੇ ਗਏ ਇਹ ਨਾ ਕਹਿਣ ਕਿ ਅਸੀਂ ਦੁੱਧ ਨੋਤੇ ਨਾਤੇ ਆ ਇਹਨਾਂ ਦੇ ਵੀ ਬੰਦੇ ਇਹਨਾਂ ਦੇ ਸਰਕਾਰੀ ਮੁਲਾਜ਼ਮ ਵੀ ਤੇ ਇਹਨਾਂ ਦੇ ਬਾਕੀ ਬੰਦੇ ਵੀ ਫੜੇ ਜਾ ਰਿਹਾ ਤੇ ਦੂਜੇ ਬਾਅਦ ਅਕਾਲੀ ਦਲ ਦੇ ਵੀ ਬੇਸ਼ੁਮਾਰ ਫੜੇ ਗਏ ਕੋਈ ਵੀ ਪਾਰਟੀ ਐਸੀ ਨਹੀਂ ਜਿਦਾ ਕੋਈ ਵੀ ਨੇਤਾ ਨਾ ਫੜਿਆ ਗਿਆ ਹੋਵੇ ਔਰ ਇਹ ਪਹਿਲਾ ਸੀਐਮ ਜਿਹਨਾਂ ਤੇ ਇਹਨਾਂ ਨੇ ਜਿਆਦਾ ਸਿਕੰਜਾ ਕੱਸਿਆ ਇਹ ਤੋਂ ਪਹਿਲਾਂ ਅਮਰਿੰਦਰ ਸਿੰਘ ਤੇ ਸੀਗਾ ਇੱਕ ਟਰਸਟ ਕਟਾਲਾ ਅਮਰਸਰ ਦਾ ਉਹ ਬਿਲਕੁਲ ਉਹਦਾ ਉਹਦਾ ਬੇਟਾ ਸੀਗਾ ਉਹਦੇ ਦੇ ਨਾਲ ਵੀ ਰਿਹਾ ਪਰ ਉਹਦਾ ਕੁਝ ਨਹੀਂ ਬਣਿਆ ਉਹ ਉਦਾਂ ਹੀ ਰੱਦੀ ਦੀ ਟੋਕਰੀ ਚ ਪੈ ਗਿਆ ਇਹਨਾਂ ਦੇ ਪਿੱਛੇ ਵਾਕਿਆ ਤੁਹਾਡੀ ਗੱਲ ਸਹੀ ਆ ਕਿ ਨਾਤ ਹੋ ਕੇ ਪੈ ਗਿਆ ਔਰ ਹੁਣ ਦੇਖੋ ਅੱਗੇ ਤਾਂ ਕੀ ਹੁੰਦੇ ਆ ਇਸ ਗੱਲ ਤੋਂ ਬਾਅਦ ਜਿਹੜਾ ਵਿਜੀਲੈਂਸ ਆ ਉਹਨਾਂ ਟੀਮ ਨੇ ਕਿਹਾ ਕਿ ਵੀ ਆਰ ਨਾਟ ਸੈਟੀਸਫਾਈਡ ਅਸੀਂ ਇਸ ਇਨਕੁਆਰੀ ਤੋਂ ਸੈਟੀਸਫਾਈਡ ਨਹੀਂ ਅਸੀਂ ਮੇਬੀ ਰੀ ਕਾਲ ਹਿਮ ਦੁਬਾਰਾ ਫਿਰ ਬੁਲਾ ਕਰਾਂਗੇ ਦੁਬਾਰਾ ਫਿਰ ਬੁਲਾ ਸਕਦੇ ਸੂਹਦਿਆਂ ਵਾਸਤੇ ਕਾਫੀ ਜ਼ਿਆਦਾ ਮੁਸ਼ਕਲਾਂ ਖੜੀਆਂ ਹੋਣ ਜਾ ਰਹੀਆਂ ਨੇ ਜੀ ਔਰ ਕਿਤਨਾ ਕਿਤੇ ਇਹ ਕਹਿੰਦੇ ਕਿ ਇਹ ਪਰਸਨਲ ਗਰਜ ਹੈ ਆ ਇਹ ਪੋਲਿਟੀਕਲ ਮੈਨ ਡੇਟਾ ਹੈ ਇਹ ਵੀ ਗੱਲ ਕਹੀ ਜਾਂਦੀ ਹੈ ਬਟ ਸਚਾਈ ਹੈ ਕਿ ਨੋਟਵੀ ਸੀਗੇ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਸੀਗੇ ਭਤੀਜਾ ਭਾਂਜਾ ਭਾਂਜੇ ਕੋ ਤਾਂ ਫੜਿਆ ਗਿਆ ਉਹਨਾਂ ਕੋਲ ਵੀ ਪੈਸਾ ਫੜਿਆ ਗਿਆ ਉਹਨਾਂ ਨੂੰ ਸਿਕਿਉਰਿਟੀ ਵੀ ਦਿੱਤੀ ਰਿਹਾ ਰੇਟਾ ਫਰਨਣ ਦਾ ਮਾਮਲਾ ਉਹਨਾਂ ਤੇ ਆ ਗਿਆ ਅਨੰਤਪੁਰ ਰੋਪੜਾ ਵਾਲਾ ਏਰੀਆ ਸੋ ਕਿਛਣਾ ਕੁਝ ਗੜਬੜ ਹੋ ਸਕਦੀ ਹੈ ਪਰ ਠੀਕ ਹੈ ਜੇ ਸੱਚੇ ਨੇ ਤਾਂ ਫਿਰ ਪੁਚਪੜਤਾਲ ਸਾਹਮਣੇ ਆ ਕੇ ਦੱਸ ਦੇ ਕੋਈ ਨਹੀਂ ਸੱਚਾ ਨਹੀਂ ਉਹਨਾਂ ਕੋ ਡਾਰੇ ਦੇਖੋ ਕੀ ਬਣਦਾ ਬਟ ਅਜੀਬ ਜੇ ਮਾਮਲੇ ਨੇ ਕਿੱਥੇ ਪੰਜਾਬ ਦੇ ਮੁੱਦੇ ਪੰਜਾਬ ਦੇ ਮਸਲੇ ਕਿਤੇ ਆ ਇਹਨਾਂ ਦੇ ਯੱਬ ਖੰਡੇ ਨਹੀਂ ਖਤਮ ਹੁੰਦੇ ਇਹ ਲੈ ਕੇ ਬੈਠੇ ਰਹੋ ਇਹ ਪੰਜਾਬ ਦਾ ਮੁੱਖ ਮੰਤਰੀ ਰਹਿ ਚੁੱਕਿਆ ਇਸ ਮਾਮਲੇ ਚ ਜਨਵਾਲੋ ਰਵੇ ਜਾਂ ਉਹਦੇ ਵਿੱਚ ਕੋਈ ਨਾ ਕੋਈ ਸ਼ੱਕਾਂ ਸ਼ੰਕਾ ਰਵੇ ਇਹ ਗੱਲ ਬੜੀ ਜਿਹੜੀ ਹੈਗੀ ਆ ਨਮੋਸ਼ੀ ਵਾਲੀ ਗੱਲ ਵੀ ਹੈਗੀ ਜਿਹਨੂੰ ਅਸੀਂ ਪੰਜਾਬੀ ਚ ਨਮੋਸ਼ੀ ਕਹਿ ਸਕਦੇ ਆ ਬੜੀ ਹੀ ਤੱਲੜੇ ਜਿਹੜੀ ਗ੍ਰਾਵਟ ਵਾਲੀ ਗੱਲ ਕੇ ਜਿਹੜੀ ਵੱਡੀ ਪੋਸਟ ਤੇ ਕੰਮ ਕੀਤਾ ਹੋਵੇ ਤੇ ਉਹਦੇ ਤੇ ਜਿਹੜੀ ਸੀਬੀਆਈ ਜਾਂ ਤੇ ਵਿਜੀਲੈਂਸ ਪਈ ਹੋਵੇ ਪਰ ਉਹਦੇ ਤੋਂ ਬੜਾ ਕੁਝ ਉਹਨਾਂ ਨੂੰ ਮਿਲ ਵੀ ਜਾਵੇ ਜਾਂ ਮਿਲ ਨਾ ਮਿਲ ਦੀ ਆਸ ਹੋਵੇ ਇਹ ਜਿਹੜੀ ਆ ਸੋਸ਼ਲ ਮੀਡੀਆ ਤੇ ਆਉਣ ਨਾਲ ਵੀ ਬੜਾ ਕੁਝ ਹੁੰਦਾ ਇਹਨਾਂ ਨੇ ਬਹੁਤ ਵਾਰੀਆਂ ਆਪਣਾ ਰੋਣਾ ਰੋਇਆ ਵੀ ਲੋਕਾਂ ਦੇ ਸਾਹਮਣੇ ਵੀ ਮੈਂ ਨਹੀਂ ਕੀਤਾ ਕੰਮ ਔਰ ਇਹ ਬਕਾਇਦਾ ਬੰਦੇ ਤਾਂ ਆਨੈਸਟ ਆ ਇਮਾਨਦਾਰ ਆ ਪਰ ਉਹਨੇ ਦੇਖੋ ਕਈ ਵਾਰੀ ਬਿਜ਼ਨਸ ਬੜਾ ਕੁਝ ਕੱਟ ਵੀ ਲੈਂਦੀ ਹੈ ਪਤਾ ਨਹੀਂ ਉਹੀ ਮੈਂ ਕਹਿ ਰਿਹਾ ਕਿ ਇਹਨਾਂ ਦੇ ਜੱਬ ਖਾਣੇ ਨਹੀਂ ਖਤਮ ਹੁੰਦੇ ਕਿ ਇਹ ਬੀਰ ਲੈ ਕੇ ਬੈਠੇ ਰਹੋ ਤੇ ਸਰਕਾਰ ਹੋਰ ਕੋਈ ਕੰਮ ਕਰੇ ਨਾ ਇਹ ਗੱਲ ਤੁਹਾਡਾ ਜੱਬ ਖਾਣਾ ਜੱਬ ਖਾਣਾ ਲਫ਼ਜ਼ ਵਧੀਆ ਬਹੁਤ ਵਧੀਆ ਸ਼ਬਦ ਹੈ ਔਰ ਵਿਜੀਲੈਂਸ ਹੋਰ ਕੋਈ ਕੰਮ ਕਰੇ ਨਾ ਜਿਹੜੇ ਇੰਨੇ ਬੈਠੇ ਨੇ ਬਿਊਰੋਕਰੇਟਸ ਨੇ ਵੀ ਖਾਦੇ ਹੋਣਗੇ ਪੈਸੇ ਪਤਾ ਨਹੀਂ ਕਿੱਥੇ ਕਿੱਥੇ ਕੌਣ ਕੌਣ ਬੈਠਾ ਹੋਇਆ ਪੈਸੇ ਖਾ ਕੇ ਪੰਜਾਬ ਦਾ ਖਜ਼ਾਨਾ ਤੇ ਖੂਬ ਖਾਦਾ ਖਜ਼ਾਨਾ ਖਾਲੀ ਹੋ ਗਿਆ ਇਹ ਅਮੀਰ ਹੋ ਗਏ ਨੇ ਵੱਡੇ ਲੋਕ ਬਣ ਗਏ ਨੇ ਇਹ ਵੀ ਨਹੀਂ ਹੁੰਦਾ ਉਹਨਾਂ ਵੱਡੇ ਲੋਕਾਂ ਦਾ ਇਲਾਜ ਹੁਣ ਦੇਖੋ ਕੀ ਹੁੰਦਾ ਹੈ ਖਜ਼ਾਨਾ ਲੋਕਾਂ ਲਈ ਨਹੀਂ ਹੁੰ ਜਿਹੜਾ ਦਾ ਖਜ਼ਾਨਾ ਖਾਲੀ ਹੈ ਇਹਨਾਂ ਦੇ ਆਪਣੇ 부জে ਪਰਲੇ ਹੀ ਖਜ਼ਾਨਾ ਹੁੰਦਾ ਲੋਕਾਂ ਲਈ ਖਾਲੀ ਹਾਂ ਲੋਕਾਂ ਲਈ ਖਾਲੀ ਹਾਂ ਤਾਂ ਲੋਕਾਂ ਨੂੰ ਦੋ ਬਿਲਕੁਲ ਸਹੀ ਹਾਂ ਦੇ ਇਹ ਚਲੋ ਅੱਗੇ ਚੱਲਦੇ ਹਾਂ ਜਰੂਰ ਹੁਣ ਗੱਲ ਇਹ ਹੈ ਕਿ ਕੋਹੇਨੂਰ ਹੀਰਾ ਹੂੰ ਅੰਗਰੇਜ਼ ਲੈ ਗਏ ਸੀ ਸਾਡੇ ਆਹ ਭਾਰਤ ਤੋਂ ਤੇ ਉਹ ਮਹਾਰਾਣੀ ਵਿਕਟੋਰੀਆ ਦੇ ਕੋਲ ਹੈ ਹੁਣ ਇਹ ਗੱਲ ਹੋ ਰਹੀ ਕੇਂਦਰ ਸਰਕਾਰ ਵੱਲੋਂ ਐਲਾਨ ਕੀਤਾ ਜਾ ਰਿਹਾ ਹੈ ਕਿ ਇੰਗਲੈਂਡ ਤੋਂ ਕੋਹੇਨੂਰ ਹੀਰਾ ਵਾਪਸ ਲੈ ਕੇ ਆਉਣਾ ਹੈ ਸ਼ਾਇਦ ਇਸ ਕਰਕੇ ਕਿ ਉੱਤੇ ਪ੍ਰਾਈਮ ਮਿਨਿਸਟਰ ਰਿਸ਼ੀ ਸੂਨਕ ਬਣ ਗਏ ਨੇ ਸਾਡੇ ਭਾਰਤ ਦੇ ਵੀ ਹੋ ਸਕਦਾ ਹੈ ਹੋ ਸਕਦਾ ਹੈ ਬਟ ਇਹ ਹੁਣ ਹੀਰਾ ਵਾਪਸ ਮਿਲੇਗਾ ਸਾਨੂੰ ਮੈਂ ਇਹ ਇਹ ਸੋਚਦਾ ਪਿਆ ਸੀ ਮੈਂ ਤਾਂ ਕਦੇ ਦੇਖਿਆ ਨਹੀਂ ਫੋਟੋ ਚ ਜ਼ਰੂਰ ਦੇਖਿਆ ਉਂਝ ਦੇਖਣਾ ਵੀ ਕਿੱਥੋਂ ਸੀ ਉਹ ਤੇ ਇੰਗਲੈਂਡ ਪਿਆ ਹੋਇਆ ਹੁਣ ਵਾਪਸ ਆਵੇ ਤੇ ਆਪਾਂ ਵੀ ਚਾਤੀ ਮਾਰ ਲਈ ਭਈ ਇਦਾਂ ਦਾ ਹੁੰਦਾ ਹੈ ਇਹ ਦੁਨੀਆ ਦਾ ਸਭ ਤੋਂ ਵੱਡਾ ਹੀਰਾ ਇਹਦਾ ਮਿਆਰ ਜਿਹੜਾ ਹੈਗਾ 105.6 ਕੈਰਟ ਜਿਹੜਾ ਇਹਨੂੰ ਬਣਾਇਆ ਗਿਆ ਇਹ ਕਹਿੰਦੇ ਨੇ ਕਿ ਪਹਿਲਾਂ ਇਸ ਤੋਂ ਵੀ ਵੱਡਾ ਸੀ ਕੱਟ ਕੇ ਇਹ ਕੱਟਿਆ ਹੈ ਕੱਟ ਕੇ ਮਹਾਰਾਣੀ ਦੇ ਲਗਾਇਆ ਗਿਆ ਇਹ ਮਹਾਰਾਜਾ ਰਣਜੀਤ ਸਿੰਘ ਕੋਲ ਸੀ ਉਹਨਾਂ ਨੇ ਕੈਪ 'ਚ ਪਾਇਆ ਸੀਗਾ ਤਖਤ ਤੇ ਤਾਊਜ਼ ਹਾਂ ਇਹ ਚੋਰੀ ਕੀਤਾ ਗਿਆ ਜਦੋਂ ਮਹਾਰਾਜਾ ਦਲੀਪ ਸਿੰਘ ਨੂੰ ਲੈ ਕੇ ਗਏ ਉੱਥੇ ਉਹਦੋਂ ਨਾਲ ਹੀ ਹੀਰਾ ਲੈ ਗਿਆ ਔਰ ਮਹਾਰਾਣੀ ਦੇ ਆਪਣੇ ਮਿਊਜ਼ੀਅਮ ਸੀਗਾ ਔਰ ਉਹਨਾਂ ਨੇ ਕੱਟ ਕੇ ਆਪਣੇ ਕੈਪ ਦੇ ਵਿੱਚ ਪਾ ਲੈ ਦੋ ਹਿੱਸੇ ਦੇ ਕਰ ਦਿੱਤੇ ਆ ਇਹ ਤੋਂ ਪਹਿਲਾਂ ਜਦੋਂ ਗਿਆਨੀ ਜੈਲ ਸਿੰਘ ਜੀ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੇ ਬਹੁਤ ਚੀਜ਼ਾਂ ਲਿਆਂਦੀਆਂ ਜਿਹੜੀਆਂ ਚੋਰੀ ਉੱਥੇ ਹੋਈਆਂ ਸੀਗੀਆਂ ਔਰ ਉਹਦੇ ਵਿੱਚ ਜੜੀਆਂ ਜੜੀਆਂ ਉਹਨਾਂ ਨੂੰ ਇਹਨਾਂ ਦੀ ਲਿਸਟ ਬਣਾ ਕੇ ਦਿੱਤੀ ਔਰ ਉਹ ਇਹਨਾਂ ਨੇ ਲਿਆ ਕੇ ਇੱਥੇ ਉਹਦੀ ਪ੍ਰਦਰਸ਼ਨੀ ਵੀ ਕੀਤੀ ਕਿ ਆਸੇ ਲਿਆਂਦਾ ਉਹ ਹਿੰਦੁਸਤਾਨ ਨਹੀਂ ਪੰਜਾਬ ਚੋਂ ਬਹੁਤ ਸਮਾਨ ਲੈ ਗਏ ਜਦੋਂ ਮਹਾਰਾਣੀ ਜਿੰਦਾ ਗਈ ਆ ਉੱਥੇ ਇਹਨਾਂ ਨੂੰ ਮਿਲਣ ਮਹਾਰਾਜਾ ਦਲੀਪ ਸਿੰਘ ਨੂੰ ਉਹਨਾਂ ਦਾ ਬੇਟਾ ਸੀ ਜਦੋਂ ਉਹਨਾਂ ਨੂੰ ਅੰਗਰੇਜ਼ ਬਣਾ ਕੇ ਅੰਗਰੇਜ਼ ਬਣਾਉਂਦਾ ਤਾਂ ਉਹਦਾ ਵਿਆਹ ਵੀ ਉੱਥੇ ਕਰਤਾ ਜਦੋਂ ਉਹਨਾਂ ਨੂੰ ਗਏ ਉਹਨਾਂ ਨੂੰ ਜਿਹੜੇ ਕੱਪ ਇੱਕ ਸੀਗਾ ਸੋਨੇ ਦਾ ਉਹਦੀ ਡੰਡੀ ਜਿਹੜੀ ਪੜੀ ਆਹ ਕਰੋਕਰੀ ਜਦੋਂ ਵੇਖੀ ਤਾਂ ਉਹਦੇ ਉੱਤੇ ਉਹ ਉਹਨਾਂ ਦਾ ਸੀ ਉਹਨਾਂ ਦੀ ਮੈਨੂੰ ਮੇਰੇ ਕੱਪ ਦੇ ਵਿੱਚ ਹੀ ਚਾਹ ਦਿੱਤੀ ਉਹ ਕਹਿੰਦੇ ਕੌਫੀ ਆ ਇਹ ਦੇਖੋ ਤੇ ਉਹਨਾਂ ਦੀ ਕੱਪ ਤਾਂ ਮੇਰਾ ਹੀ ਆ ਨਾ ਫਿਰ ਉਹਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਤਲਵਾਰਾਂ ਜਿਹੜੀਆਂ ਸੀਗੀਆਂ ਉਹਨਾਂ ਦੇ ਮੁਠੇ ਵੇਖੇ ਉਹ ਸਾਰੀਆਂ ਉੱਥੇ ਟੰਗੀਆਂ ਪਈਆਂ ਸੀਗੀਆਂ ਉਹਨਾਂ ਦੀਆਂ ਪੋਸ਼ਾਕਾਂ ਹੋਰ 골ਡ ਦੀਆਂ ਚੀਜ਼ਾਂ ਉਹ ਸਾਰਾ ਕੁਝ ਉਹਨਾਂ ਨੇ ਆਪ ਆਪਣੀ ਅ ਉਹਨਾਂ ਦੇ ਮਿਊਜ਼ੀਅਮ ਵਿੱਚ ਉਸੇ ਤਰ੍ਹਾਂ ਪਿਆ ਹੈਗਾ ਫਿਰ ਇਹ ਜਿਹੜਾ ਹੈ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਲੜਾਈ ਕੀਤੀ ਆ ਉਦੋਂ ਇਹ ਜਿੱਤ ਕੇ ਲਿਆਏ ਸੀਗੇ ਉਦੋਂ ਜਿੱਤ ਕੇ ਇਹਨਾਂ ਨੇ ਲਿਆਂਦਾ ਉਦੋਂ ਇਹਨਾਂ ਦੇ ਕੋਲ ਰਿਹਾ ਹੈਗਾ ਜਦੋਂ ਇਹਨਾਂ ਦੇ ਕੋਲ ਪਿਆ ਸੀਗਾ ਮਹਾਰਾਜਾ ਰਣਜੀਤ ਸਿੰਘ ਤੋਂ ਉਹ ਖਤਮ ਹੋ ਗਏ ਚਲੇ ਗਏ ਮੌਤ ਹੋ ਗਿਨਦੀ ਫਿਰ ਅੰਗਰੇਜ਼ ਜਦੋਂ ਐਂਟਰੀ ਕਰਕੇ ਸਤਲੁਜ ਪਾਰ ਕਰਕੇ ਉਦੋਂ ਇਹਨਾਂ ਨੇ ਉਹ ਸਾਰਾ ਸਮਾਨ ਚੋਕੇ ਤਾਂ ਉਹਨਾਂ ਦਾ ਨਿਗਾਹ ਸਭ ਤੋਂ ਵੱਡੀ ਸੀਗੇ ਹੀਰੇ ਤੇ ਤੇ ਜਦੋਂ ਉਹਨਾਂ ਨੇ ਕਿਹਾ ਕੋਈ ਨਹੀਂ ਉਹਦਾ ਹੀਰਾ ਪਤਾ ਕੀ ਤਾਂ ਕਿੱਥੇ ਆ ਲਾਰਡ ਲਾਰਡ ਹੌਜੀ ਤੇ ਹੋਰ ਇਸ ਤਰ੍ਹਾਂ ਦੇ ਨਾਲ ਜਿਹੜੇ ਵੱਡੇ ਅਧਿਕਾਰੀ ਸੀ ਉਹਨਾਂ ਨੇ ਲੱਭ ਲਿਆ ਫਿਰ ਲੈ ਗਏ ਉੱਤੇ ਔਰ ਹੁਣ ਇਹਨਾਂ ਨੇ ਜਿਹੜੀ ਕੇਂਦਰ ਸਰਕਾਰ ਇਹਨਾਂ ਨੇ ਇਹ ਮੁੱਦਾ ਅੱਗੇ ਲਿਆਂਦਾ ਇਹ ਮਸਲਾ ਲੈਂਦਾ ਉਹਨਾਂ ਨੇ ਜਿਹਦੇ ਵਿੱਚ ਅਰਜਨ ਰਾਮ ਜੀ ਜਿਹੜੇ ਮੰਤਰੀ ਨੇ ਕੈਬਨਿਟ ਮੰਤਰੀ ਉਹਨਾਂ ਨੇ ਪਾਰਲੀਮੈਂਟ 'ਚ ਇਹਦਾ ਉਧਾਗੇ ਲਿਆ ਕੇ ਮੰਤਰੀ ਮੰਡਲ ਕੋ ਜਿਹੜੀ ਜੈਸਕੁਵਾਈ ਸਾਰੇ ਨੇ ਕਿਹਾ ਕਿ ਬਕਾਇਦਾ ਤੌਰ ਤੇ ਹੋਣਾ ਚਾਹੀਦਾ ਇਹਦੀ ਇੱਕ ਵਿਸ਼ੇਸ਼ ਮੀਟਿੰਗ ਵੀ ਹੋਈ ਮੋਦੀ ਸਾਹਿਬ ਤੱਕ ਵੀ ਗੱਲ ਗਈ ਉਹਨਾਂ ਨੇ ਕੀ ਕਿ ਸੀ ਟੂਰ ਤੇ ਕੁਝ ਭੇਜਾਂਗੇ ਮੰਤਰੀ ਉਹਨਾਂ ਦੇ ਜਿਹੜੇ ਉੱਥੋਂ ਦੇ ਵਿਦੇਸ਼ ਮੰਤਰੀ ਨੇ ਉਹਨਾਂ ਨਾਲ ਗੱਲ ਹੋਊਗੀ ਤੇ ਤੁਹਾਡੀ ਗੱਲ ਸਹੀ ਆ ਜਿਸ ਸੋਨਕ ਜੀ ਉੱਥੇ ਨੇ ਸਾਡੇ ਆਪਣੇ ਮੂਲ ਆਪਣੇ ਮੂਲ ਭਾਰਤੀ ਉਹ ਵੀ ਇਹਦੇ ਵਿੱਚ ਹਮਾਇਤ ਕਰ ਸਕਦੇ ਆ ਕਰ ਸਕਦੇ ਨੇ ਔਰ ਉਹਦੇ ਵਿੱਚ ਇਹ ਰਹਿ ਗਿਆ ਉਹਨਾਂ ਨੇ ਅਜੇ ਤੱਕ ਕੀ ਹੈਗਾ ਉਹ ਤੇ ਦੋ ਹਿੱਸੇ ਆ ਉਹਨਾਂ ਦੇ ਉਹ ਚੋਂ ਕਿਹੜਾ ਹਿੱਸਾ ਲਿਆ ਸਕਦੇ ਆ ਉਹ ਐਸਾ ਜਗ ਮੰਗਾਉਂਦਾ ਵਾ ਦੁਨੀਆ 'ਚ ਇੱਕ ਹੈਗਾ ਹੋਰ ਹੈ ਹੀ ਨਹੀਂ ਉਹ ਕੋਈ ਨੂਰੀ ਹੀਰਾ ਤਾਂ ਦੇਵਦਾਗਾ ਉਹ ਚੋਕੇ ਅੰਗਰੇਜ਼ ਲੈ ਗਏ ਏ ਇੰਡੀਆ ਉਦਾਂ ਦਾ ਉਦੈ ਰਹਿ ਗਿਆ ਭਾਰਤ ਚ ਇੱਕ ਕੀ ਹੋਣਾਗਾ ਦੁਨੀਆ ਚ ਇੱਕ ਹੈਗਾ ਉਹਦੇ ਦੋ ਟੋਟੇ ਕਰਕੇ ਉਹਨਾਂ ਨੇ ਉਹਨੂੰ ਥੋੜਾ ਜਿਹਾ ਡਿਸਟਰਾਇ ਬਹੁਤ ਕੁਛ ਅਸੀਂ ਗਵਾਇਆ ਆ ਅਸੀਂ ਆਪਣੀਆਂ ਪੁਸਤਕਾਂ ਗਵਾਇਆਂ ਗਿਆਨ ਗਵਾਇਆ ਆ ਦਸ਼ਮੇਸ਼ ਪਿਤਾ ਵੇਲੇ ਜਦੋਂ ਨਹਿਰ ਪਾਰ ਕਰ ਰਹੇ ਨੇ ਕਿੰਨਾ ਗਿਆਨ ਕਿੰਨਾ ਖਜ਼ਾਨਾ ਕਿੰਨੇ ਗ੍ਰੰਥ ਉਹਦੇ ਚ ਰੁੱੜ ਗਏ ਸਰਸਾ ਨਦੀ ਪਾਰ ਸਰਸਾ ਨਦੀ ਪਾਰ ਕਰਨ ਵੇਲੇ ਜਦੋਂ ਮੁਗਲਾਂ ਨੇ ਪਿੱਛੋਂ ਅਟੈਕ ਕਰ ਦਿੱਤਾ ਸੋ ਉਹਨਾਂ ਨੇ ਇਹ ਤਾਂ ਚੀਜ਼ਾਂ ਗਵਾਚੀਆਂ ਤੁਹਾਡੀ ਗੱਲ ਰੋਕ ਰਿਆਂ ਉਹਨਾਂ ਨੇ ਆਪਣਾ ਪਰਿਵਾਰ ਵੀ ਗਵਾ ਲਿਆ ਸਾਹਿਬ ਜਾਦੇ ਉਹ ਤਾਂ ਸ਼ਹਾਦਤ ਉਹਨੇ ਉਹ ਵੀ ਉਹਦੀ ਮਾਤਾ ਗੁਜਰੀ ਨਾਲ ਗਵਾਇਤ ਨਹੀਂ ਮਾਤਾ ਗੁਜਰੀ ਨਾਲ ਉਹ ਵਿਛੜ ਗਏ ਉਹਨਾਂ ਨਾਲ ਉਹ ਜਦੋਂ ਮਾ ਖੁਰੂ ਗੋਬਿੰਦ ਸਿੰਘ ਸਾਹਿਬ ਉੱਥੇ ਰਹੇ ਉਹਨੂੰ ਬਾਅਦ ਇਹ ਜਦੋਂ ਮਾਤਾ ਗੁਜਰੀ ਜੀ ਆਪਣੇ ਪੋਤਰੀਆਂ ਨੂੰ ਨਾਲ ਲੈ ਕੇ ਆ ਗਏ ਛੋਟਿਆਂ ਨੂੰ ਉਹ ਤਾਂ ਹਾਂ ਛੋਟਿਆਂ ਨੂੰ ਜੋਰਾਵਰ ਤੇ ਫਤਿਹ ਸਿੰਘ ਜਿਹਨਾਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ ਉਹਦੇ ਵਿੱਚ ਗੰਗੂ ਬ੍ਰਾਹਮਣ ਜਿਹੜਾ ਸੀ ਉਹਨੂੰ ਪਤਾ ਲੱਗ ਗਿਆ ਉਹਨੇ ਫਿਰ ਵਜ਼ੀਰ ਖਾਨ ਜਿਹੜੇ ਸੂਬਾ ਸਰਹੰਦ ਉਹਨਾਂ ਦੇ سپੁਰਦ ਕਰ ਦਿੱਤਾ ਹੈ ਬੜੀ ਵੱਡੀ ਕਹਾਣੀ ਆ ਜਿਹੜੀ ਉਹਨਾਂ ਨਾਲ ਹੋਈ ਆ ਫਿਰ ਗੁਰੂ ਸਾਹਿਬ ਨੇ ਉੱਥੋਂ ਜਦੋਂ ਆਇਆ ਮਾਸ਼ੀਵਾਰ ਦੇ ਜੰਗਲਾਂ 'ਚ ਆਏ ਆ ਜਦੋਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਹੈ ਨਾ ਯਾਰੜੇ ਦਾ ਸਾਨੂੰ ਸੱਤਰ ਚੰਗਾ ਵਿੰਗ ਕਸਾਈਆਂ ਦੇ ਰਹਿਣਾ ਹੈ ਨਾ ਉਹ ਸੀਗਾ ਇਹਦਾ ਜਿਹੜਾ ਸ਼ਬਦ ਲਿਖਿਆ ਉਹਨਾਂ ਨੇ ਉਹ ਇੱਕ ਬੜਾ ਵੱਡਾ ਰੋਸ ਪ੍ਰਗਟਾਇਆ ਪ੍ਰਮਾਤਮਾ ਅੱਗੇ ਹੈ ਨਾ ਉਹ ਸੀਗਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਹਾਲ ਮਰੀਦਾਂ ਦਾ ਕਹਿਣਾ ਇਹ ਸਾਰਾ ਅਸੀਂ ਗਵਾਉਂਦੇ ਰਹੇ ਹਾਂ ਇਸ ਤੋਂ ਪਹਿਲਾਂ ਪਹਿਲਾਂ ਬਾਹਰੋਂ ਧੜ ਵੀ ਆਏ ਤਕਸ਼ਿਸ਼ਲਾ ਯੂਨੀਵਰਸਿਟੀ ਹਾਂ ਨਲੰਦਾ ਯੂਨੀਵਰਸਿਟੀ ਕਿੰਨਾ ਹੀ ਗਿਆਨ ਕਿੰਨੀਆਂ ਪੁਸਤਕਾਂ ਅੱਗਾ ਦੀਆਂ ਅੱਗਾ ਦੇਖਣ ਨੂੰ ਮਿਲੀਆਂ ਲਾਇਬ੍ਰੇਰੀਆਂ ਹੀ ਸਾਰ ਸੁੱਟੀ ਸਹੀ ਗੱਲ ਸੋ ਇਹ ਹੋਇਆ ਤੇ ਜਦੋਂ 1984 ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਦਾ ਹਾਂ ਬਾਣਾ ਵਾਪਰਿਆ ਉੱਥੇ ਵੀ ਲਾਇਬ੍ਰੇਰੀ ਨੂੰ ਨੁਕਸਾਨ ਹੋਇਆ ਹੂੰ ਦੋਸ਼ਾਖਾਨਾ ਦੋਸ਼ਾਖਾਨਾ ਜਿਹੜੀ ਲਾਇਬ੍ਰੇਰੀ ਵੀ ਤੋੜ ਦਿੱਤੀ ਤੇ ਖਜ਼ਾਨਾ ਗ੍ਰੰਥਾਂ ਦਾ ਵੈਸੇ ਰੋ ਦਈ ਰਿਹਾ ਹਮੇਸ਼ਾ ਪੰਜਾਬ ਹਮੇਸ਼ਾ ਹਮੇਸ਼ਾ ਹਰ ਤਰੀਕੇ ਨਾਲ ਉਹ ਸਭ ਕੁਝ ਸਾਡੇ ਕੋਲ ਹੁੰਦਾ ਤੇ ਅੱਜ ਸਾਡਾ ਸਾਡੀ ਸੋਚ ਕਿੱਥੇ ਤੱਕ ਹੁੰਦੀ ਹੈ ਤਦੇ ਅਸੀਂ ਹੁਣ ਬਾਹਰ ਜਾ ਰਹੇ ਹਾਂ ਪਹਿਲਾਂ ਲੋਕ ਐਨੂੰ ਆਉਂਦੇ ਸੀ ਇਹਨੂੰ ਡੋਟਣ ਲਈ ਇਹਦੇ ਖਾਣ ਲਈ ਇਹ ਸਾਰਾ ਕੁਝ ਲੈਣ ਲਈ ਹੁਣ ਸਾਡੇ ਲੋਕ ਜਾਂ ਸਾਡੇ ਜਵਾਨ ਜਾਂ ਸਾਡੇ ਸਾਰੇ ਲੋਕ ਬਾਹਰਲੇ ਦੇਸ਼ਾਂ ਜਾ ਰਹੇ ਨੇ ਤੇ ਸਾਡੇ ਲੋਕਾਂ ਨੂੰ ਜਾਣ ਦੀ ਕੋਈ ਜ਼ਰੂਰਤ ਨਹੀਂ ਸੀ ਚਲੋ ਹੁਣ ਆਪਾਂ ਪੰਜਾਬ ਦੀ ਧਰਤੀ ਦੀ ਗੱਲ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਸੀਐਮ ਮਾਨ ਤੇ ਰਾਜਪਾਲ ਸ਼੍ਰੀ ਬਰਮਾਰੀ لال ਪ੍ਰੋਹਿਤ ਜੀ ਇਹਨਾਂ ਦੀ ਤਕਰੀਰ ਔਰ ਵੱਧ ਗਈ ਹੈ ਪਤਾ ਪਲੇਟਫਾਰਮ ਤੋਂ ਕਹਿੰਦੇ ਰਹਿੰਦੇ ਆ ਵੀ ਇਕੱਠੇ ਬਹਿ ਕੇ ਕੁਝ ਖਾਓ ਪੀਓ ਗੱਲਾਂ ਬਾਤਾਂ ਕਰੋ ਔਰ ਮਾਨਸਾਪ ਤੇ ਮੂਡ ਕਿਦਾਂ ਸਹੀ ਕੀਤਾ ਜਾਂਦਾ ਹੈ ਇਸ ਹੁਨਰ ਚ ਮਾਹਿਰ ਨੇ ਕਿਉਂਕਿ ਕਲਾਕਾਰ ਨੇ ਤਾਂ ਵੇ ਸਭ ਹੁਣ ਨਹੀਂ ਹੋਣਾ ਚਾਹੀਦਾ ਇਹ ਕੀ ਕੀ ਸਾਨੂੰ ਖਬਰਾਂ ਦੇਖਣ ਨੂੰ ਮਿਲਦੀਆਂ ਪਈਆਂ ਬਲਕਾਰ ਜੀ ਇਹ ਦਿਨੋਂ ਦਿਨ ਵਾਕਿਆ ਵਧ ਰਿਹਾ ਜਦੋਂ ਇਹਨਾਂ ਨੇ ਹੁਣ ਵੀ ਉੱਥੇ ਦਿੱਲੀ ਵੀ ਬੋਲਿਆ ਭਗਵੰਤ ਮਾਨ ਨੇ ਜਦੋਂ ਕੇਜਰੀਵਾਲ ਸਾਹਿਬ ਨਾਲ ਸੀਗੇ ਜਦੋਂ ਆਰਡੀਨੈਂਸ ਜਿਹੜਾ ਦਿੱਲੀ ਜਾਰੀ ਹੋ ਰਿਹਾ ਉਹਦੇ ਬਾਰੇ ਔਰ ਉਹਦੇ ਬਾਅਦ ਜ਼ਿਕਰ ਜਦੋਂ ਆਇਆ ਇੱਥੇ ਪੰਜਾਬ ਦਾ ਰੋਨਨ ਨੇ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਆਖੀ ਨਹੀਂ ਮੰਨਦੇ ਉਹ ਅਸੀਂ ਜੋ ਕੁਝ ਉਹਨਾਂ ਕੋਲ ਪ੍ਰਪੋਜ਼ਲ ਭੇਜਦੇ ਆ ਉਹ ਕੈਂਸਲ ਹੋ ਕੇ ਪਿੱਛੇ ਵਾਪਸ ਆ ਜਾਂਦਾ ਜਾਂ ਸਾਈਨ ਨਹੀਂ ਹੁੰਦੇ ਦੂਜੇ ਪਾਸੇ ਗਵਰਨਰ ਸਾਹਿਬ ਨੇ ਕਿਹਾ ਕਿ ਮੈਂ 10 ਲੈਟਰ ਲਿਖਿਆ ਭਗਵੰਤ ਮਾਨ ਨੂੰ ਜਿਹਦੇ ਵਿੱਚ ਪੰਜਾਬ ਦੀ ਸਥਿਤੀ ਬਾਰੇ ਪੰਜਾਬ ਦੇ ਵਿੱਚ ਜੋ ਕੁਝ ਗੁਜ਼ਰ ਰਿਹਾ ਜੋ ਹੋਇਆ ਉਹਦੇ ਵਿੱਚ ਜਵਾਬ ਮੰਗਿਆ ਇਹ ਕਹਿੰਦੇ ਉਹਨਾਂ ਨੇ ਬਿਲਕੁਲ ਉਹਦਾ ਕੋਈ ਰਿਪਲਾਈ ਨਹੀਂ ਕੀਤਾ ਕੋਈ ਜਵਾਬ ਨਹੀਂ ਦਿੱਤਾ ਮੈਨੂੰ ਇਹ ਸ਼ੱਕ ਹੈਗਾ ਕਿ ਇਹ ਕਈ ਕੁਝ ਇਹਦੇ ਵਿੱਚ ਮਨ ਘੜਤ ਗੱਲਾਂ ਕਰ ਰਿਹਾ ਕੁਝ ਪ੍ਰੈਕਟੀਕਲ ਕੰਮ ਨਹੀਂ ਕਰ ਰਹੇ ਤੇ ਉਹ ਭਗਵੰਤ ਮਾਨ ਨੇ ਕਿਹਾ ਕਿ ਮੈਂ ਜਵਾਬਦੇਹ ਹਾਂ 3 ਕਰੋੜ ਲੋਕਾਂ ਨੂੰ گورنر ਨੂੰ ਨਹੀਂ ਮੈਂ ਜਵਾਬ ਦੇਗਾ ਪਰ گورنر ਨੇ ਕਿਹਾ ਕਿ ਸਵਿਧਾਨ ਦੀ ਉਲੰਘਣਾ ਹੈਗੀ ਆ ਮੈਂ ਕਿਹਾ گورنر ਨੂੰ ਜਵਾਬ ਦੇਣਾ ਤਾਂ ਬਣਦਾ ਫਾਰਮੈਲਟੀ ਹੈਗੀ ਆ ਦੇਣਾ ਪੈਣਾ ਵਾ ਕਿਉਂਕਿ گورنر ਜਿਹੜੇ ਆ ਕਨਸਟੀਟਿਊਸ਼ਨ ਦੇ ਨਾਲ ਰਿਲੇਟਡ ਹੀ ਹੈ ਨੇ ਜਿਹੜੇ ਸਵਿਧਾਨ ਦੀ ਜਿਹੜੀ ਆਪਾਧੀ ਹੈ ਜਾਂ ਸਵਿਧਾਨ ਦੀ ਆਪਾਧੀ ਨਾਲ ਹੀ ਪੰਜਾਬ ਦੇ گورنر ਆ ਹਰ گورنر ਜਿਹੜਾ ਹੈਗਾ ਉਹ ਸਵਿਧਾਨ ਦਾ ਦੇ ਦਾਰੇ ਚ ਰਹਿ ਕੇ ਕੰਮ ਕਰਦਾ ਔਰ ਇਹਨਾਂ ਨੇ ਕਿਹਾ ਕਿ ਜੇ ਮੈਂ ਗੱਲ ਦਾ ਜਵਾਬ ਦੇਣਾ ਜਿਨ੍ਹਾਂ ਨੇ ਮੈਨੂੰ ਚੁਣ ਕੇ ਖਲਾਇਆ ਮੈਂ ਉਹਨਾਂ ਨੂੰ ਜਵਾਬ ਦੇਆ ਉਹਨਾਂ ਲਈ ਅਨਸੇਬਲ ਹੈਗਾ ਹੁਣ ਐਸੀ ਗਲਤੀ ਕਰਕੇ ਕਹਿੰਦੇ ਜੇ ਕਹਿੰਦੇ ਵੀ ਮੇਰੀ ਸਰਕਾਰ ਨਹੀਂ ਸਰਕਾਰ ਮੈਂ ਕਹੂੰਗਾ ਜਦੋਂ ਬੋਲਦੇ ਨੇ ਉਹ ਕਹਿੰਦੇ ਨੇ ਸਰਕਾਰ ਤਾਂ ਉਹਨਾਂ ਲੋਕਾਂ ਦੀ ਆ ਮੇਰੇ ਲੋਕਾਂ ਦੀ ਸਰਕਾਰ ਭਗਵੰਤ ਮਾਨ ਨੇ ਕਿਹਾ ਹੁਣਾਂ ਨੇ ਦੇ ਬੋਲਣ ਦੇ ਵਿੱਚ ਵੀ ਤਰਕ ਅੰਦਾਜ਼ੀ ਹੁੰਦੀ ਆ ਜਦੋਂ ਵੀ ਬੋਲਦੇ ਆ ਜਦੋਂ ਵੀ ਗੱਲ ਕਰਦੇ ਆ ਜਦੋਂ ਗੱਲ ਕਰਦੇ ਆ ਇੱਕਦਮ ਉੱਤਰਨ ਹੁੰਦਾ ਦੂਜਾ ਪੱਸ਼ੂ ਵੱਲ ਹੁੰਦਾ ਇੱਕ ਦੂਜੇ ਵੱਲ ਫੇਸ ਵੀ ਨਹੀਂ ਕਰਦੇ ਔਰ ਇਹਦੇ ਵਿੱਚ ਜੇ ਇਦਾਂ ਦਾ ਫੀਸ ਨਹੀਂ ਆਪੋ ਚਾਮੂ ਸਾਹਮਣੇ ਨਹੀਂ ਹੋਣਗੇ ਤੇ ਇਹ ਨੁਕਸਾਨ ਲੋਕਾਂ ਨੂੰ ਵੀ ਹੋ ਰਿਹਾ ਕੋਈ ਜਿਹੜੀ ਮੰਗ ਆ ਇਹਨਾਂ ਦੀ ਉਹ ਨਹੀਂ ਪੂਰੀ ਹੋਗੀ ਇਸ ਕਰਕੇ ਮੰਗ ਨਹੀਂ ਹੋਣੀ ਕਿ ਇਹ ਚ ਮੀਡੀਆ ਵਾਇਆ ਮੀਡੀਆ ਗਵਰਨਰ ਹੁੰਦਾ ਜੇ ਸਰਕਾਰ ਮੋਦੀ ਸਾਹਿਬ ਕੋ ਜੋ ਕੁਝ ਲੈਣਾ ਗਵਰਨਰ ਨੇ ਨਹੀਂ ਲੈਣਾ ਬਾਕੀ ਕੁਝ ਨਹੀਂ ਹੋ ਸਕਦਾ ਜੇ ਅਸੀਂ ਡਬਲ ਇੰਜਨ ਦੀ ਗੱਲ ਕਰਦੇ ਆਂ ਤਾਂ ਜਿੱਥੇ ਵੀ ਜਿਹੜਾ ਹੁਣ ਜੂਪੀ ਦੀ ਗੱਲ ਕਰਦੇ ਉੱਤਰ ਪ੍ਰਦੇਸ਼ ਦੀ ਜੋਗੀ ਨਾ ਜੀ ਨੇ ਉੱਥੇ ਔਰ ਇਹ ਉੱਥੇ ਹੀ ਜਿੱਤ ਕੇ ਆ ਮੋਦੀ ਸਾਹਿਬ ਵਰਨਾਸੀ ਦੀ ਏਰੀਆ ਚੋਂ ਜਿੱਤ ਕੇ ਬਣ ਗਿਆ ਐਮਪੀ ਤੇ ਫਿਰ ਇਹ ਪ੍ਰਾਈਮ ਮਿੰਿਸਟਰ ਬਣਿਆ ਇਹਨਾਂ ਦਾ ਉਚੇਚਾ ਧਿਆਨ ਉੱਥੇ ਹੁੰਦਾ ਕਿਉਂਕਿ ਇਸ ਕਰਕੇ ਹੁੰਦਾ ਇੱਕ ਤਾਂ ਸਰਕਾਰ ਉੱਥੇ ਇਹਨਾਂ ਦੀ ਹੈ ਤੇ ਉੱਥੇ ਜੋਗੀ ਜੀ ਉੱਥੇ ਨੇ ਇਸੇ ਤਰ੍ਹਾਂ ਦਾ ਗਵਰਨਰ ਵੀ ਉਥੇ ਇਹਨਾਂ ਦਾ ਗਵਰਨਰ ਵੀ ਇਹਨਾਂ ਦੀ ਪੈਰਵਾਹੀ ਕਰਦਾ ਸਾਡੇ ਨਾਂ ਤੇ ਇਹਨਾਂ ਦੀ ਸਰਕਾਰ ਹੈ ਪੰਜਾਬ 'ਚ ਭਗਵੰਤ ਮਾਨ ਦਾ ਇਹਨਾਂ ਨਾਲ ਬਿਲਕੁਲ ਟੱਕਰਬਾਜ਼ੀ ਪੂਰੀ ਹੈਗੀ ਆ ਫਸਵਾ ਮੈਚ ਹੀ ਚੱਲਦਾ ਰਹਿੰਦਾ ਤੇ ਦੂਜੇ ਪਾਸੇ ਜਿਹੜਾ ਹੈਗਾ ਇਹ ਗਵਰਨਰ ਸਾਹਿਬ ਇਹਨਾਂ ਨਾਲ ਇਹਨਾਂ ਦੀ ਤਰਖਤਾਂ ਜੀ ਚੱਲਦੀ ਰਹਿੰਦੀ ਹੈ ਇਹ ਗਾਮ ਕੋਈ ਨਾ ਕੋਈ ਨੇਪਰੇ ਨਹੀਂ ਚੜਦਾ ਸਾਰਾ ਕਾਗਜ਼ਾਂ 'ਚ ਰਹਿੰਦਾ ਪ੍ਰੈਕਟੀਕਲੀ ਕੁਝ ਨਹੀਂ ਬਣਦਾ ਬਿਲਕੁਲ ਉਹ ਉਧਰ ਜਿਹੜਾ ਨਵਾਂ ਆਰਡੀਨੈਂਸ ਲੈ ਕੇ ਆਉਣ ਲੱਗੇ ਨੇ ਦਿੱਲੀ ਦੇ ਵਿੱਚ ਪੂਛ ਫਿਰ ਜ਼ੀਰੋ ਕਰ ਦੇਣਾ ਸਾਰੀਆਂ ਪਾਵਰਜ਼ ਐਲਜੀ ਕੋਲ ਹੋਣੀਆਂ ਚਾਹੀਦੀਆਂ ਨੇ ਇੱਕ ਕਮੇਟੀ ਬਣੇਗੀ ਜਿਸ ਚੀਫ ਸੈਕਟਰੀ ਹੋਏਗਾ ਚੀਫ ਮਨਿਸਟਰ ਹੋਏਗਾ ਹਮ ਤੇ ਇੱਕ ਸੈਂਟਰ ਵੱਲੋਂ ਇੱਕ ਹੋਰ ਬਿਊਰੋਕਰੇਟ ਹੋਣਗੇ ਕਿ ਤਿੰਨ ਜਾਣੇ ਮਿਲ ਕੇ ਗਵਰਨਰ ਨੂੰ ਐਲਜੀ ਨੂੰ ਆਪਣੀਆਂ ਸਲਾਹਾਂ ਦਿਆ ਕਰਨਗੇ ਫਾਈਨਲ ਡਿਸੀਜਨ ਐਲਜੀ ਲੈਣਗੇ ਤਾਂ ਉਸ ਤੋਂ ਬਾਅਦ ਇਹ ਬਿਲ ਪਾਸ ਹੋ ਜਾਂਦਾ ਤਾਂ ਫਿਰ ਸਾਰੇ ਸੂਬਿਆਂ ਦੇ ਵਿੱਚ ਗਵਰਨਰ ਬੈਠੇ ਹੀ ਨੇ ਡਾਇਰੈਕਟ ਰਾਜ ਜਿਹੜਾ ਹੈ ਸੈਂਟਰ ਕੋਲ ਚਲਾ ਜਾਂਦਾ ਔਰ ਕੇਜਰੀਵਾਲ ਜੀ ਕਹਿ ਰਹੇ ਨੇ ਸਾਰੀਆਂ ਆਪੋਜੀਸ਼ਨ ਪਾਰਟੀਆਂ ਨੂੰ ਵੀ ਸਾਰੇ ਸੀਐਮਸ ਨੂੰ ਵੀ ਇਕੱਠੇ ਹੋ ਜਾਓ ਕਿਉਂਕਿ ਇਹ ਸਬਦੇ ਉੱਤੇ ਇੱਕ ਤਲਵਾਰ ਲਟਕਦੀ ਪਈ ਹੈ ਸੋ ਇਹ ਨਵਾਂ ਆਰਡੀਨੈਂਸ ਆਣ ਲੱਗਾ ਸੋ ਇਸ ਤਰ੍ਹਾਂ ਸਾਰਾ ਜਿਹੜਾ ਕੇਂਦਰੀ ਦੇ ਹੱਥ ਚ ਆ ਜਾਊਗਾ ਮੁੱਖ ਮੰਤਰੀ ਜਿਹੜਾ ਉਹ ਨਾਂ ਦਾ ਮੁੱਖ ਮੰਤਰੀ ਰਹੂਗਾ ਉਹ ਸਾਈਨ ਕਰਿਆ ਕਰੂਗਾ ਵੈਸੇ ਪਾਵਰ ਨਹੀਂ ਵਰਤੂਗਾ ਸੈਂਟਰ ਕੋਲ ਜੀ ਇਹ ਇੰਟਰਨੈਸ਼ਨਲ ਡਿਬੇਟ ਹੋਣ ਲੱਗ ਪਈ ਹੈ ਆ ਕਿ ਜਿਹੜਾ ਜਿਹੜਾ ਲੋਕਤੰਤਰ ਹੈ ਸਾਡੀਆਂ ਜੜਾਂ 'ਚ ਤੇ ਮੌਜੂਦ ਹੈ ਪਰ ਲੋਕਤੰਤਰ ਨੂੰ ਪਾਰਦਰਸ਼ੀ ਧਿਰਤੇ ਦੇ ਉੱਤੇ ਖਤਰਾ ਹੈ ਇੱਕ ਰਿਸਕ ਹੈ ਇਹ ਇੰਟਰਨੈਸ਼ਨਲ ਡਿਬੇਟ ਬਣ ਚੁੱਕਾ ਹੈ ਹੁਣ ਇਹਦੇ 'ਚ ਕਿੰਨੀ ਕਿ ਸੱਚਾਈ ਹੈ ਔਰ ਕਿੰਨੀਆਂ ਕੁ ਵੈਸੇ ਗੱਲਾਂ ਹੁੰਦੀਆਂ ਨੇ ਕਿਉਂਕਿ ਰਾਜਨੀਤੀ ਦੇ ਵਿੱਚ ਮਸਾਲਾ ਵੀ ਤਾਂ ਬਹੁਤ ਲੱਗਦਾ ਨਾ ਗੱਲਾਂ ਨੂੰ ਅਸਲੀਅਤ ਕੀ ਹੈ ਇਹ ਸਮਾਂ ਦੱਸੂਗਾ ਪਰ ਜੋ ਹੋਣਾ ਚਾਹੀਦਾ ਹੈ ਲੋਕਤੰਤਰ ਦੇ ਹੱਕ ਦੇ ਵਿੱਚ ਹੋਣਾ ਚਾਹੀਦਾ ਦੇਖੋ ਸਮਾਂ ਵਿੱਚ ਕਿੰਨਾ ਰਹਿ ਗਿਆ ਹੁਣ ਇੱਕ ਸਾਡਾ ਮਸਲਾ ਰਹਿ ਗਿਆ ਹੈ ਜਿਹੜਾ ਕੈਨੇਡਾ ਦੇ ਵਿਦਿਆਰਥੀਆਂ ਬਾਰੇ ਹੈ ਜਿਹੜੇ ਉਹ 700 ਵਿਦਿਆਰਥੀ ਬੜਾ ਭੱਗਦਾ ਤੇ ਬੜਾ ਹਾਂਜੀ ਆ ਉਹ ਖਾਰਾ ਹੈਗਾ ਬਿਲਕੁਲ ਤੇ ਹੁਣ ਕੇਂਦਰ ਸਰਕਾਰ ਜਿਹੜੀ ਕੈਨੇਡਾ ਦੀ ਹੈ ਉਹ ਕਹਿੰਦੀ ਹੈ ਟਰੂਡੋ ਸਾਹਿਬ ਦੀ ਸਰਕਾਰ ਕਿ ਅਸੀਂ ਕੋਈ ਨਕਾਈ ਰਾਹ ਕੱਢਾਂਗੇ ਜੋ ਪੀਆਰ ਦੇਣ ਦਾ ਰਾਹ ਹੋ ਸਕਦਾ ਹੈ ਜੋ ਭਾਰਤੀ ਵਿਦਿਆਰਥੀ ਕੈਨੇਡਾ 'ਚ ਹੈਗੇ ਨੇ ਸਾਡੀ ਰਿਪੋਰਟ ਤਾਂ ਨਹੀਂ ਕੀਤਾ ਗਿਆ ਕਿਸੇ ਨੂੰ ਵੀ ਇਹ ਜਿਹੜੀ ਇਹਨਾਂ ਦੀ ਸਰਕਾਰ ਹੈ ਜਿਹੜੇ ਉੱਤੇ ਉਹ ਸਰਕਾਰ ਤੋਂ ਟਰੂਡੋ ਸਾਹਿਬ ਨੇ ਦੇ ਹੈਡ ਉਹਨਾਂ ਨੇ ਤੇ ਪਹਿਲਾਂ ਹੀ ਮਸਲਾ ਉੱਤੇ ਲਿਆ ਸੀ ਜਦੋਂ ਐਨਡੀਪੀ ਨੇ ਮਸਲਾ ਚੁੱਕਿਆ ਸੀ ਜਗਮੀਤ ਨੇ ਜਗਮੀਤ ਸਿੰਘ ਨੇ ਕੀਤਾ ਸੀ ਫਿਰ ਇਹਨਾਂ ਨੇ ਉਹਨੂੰ ਉਹਦੀ ਫੇਵਰ ਕੀਤੀ ਕਿ ਇਹ ਗੱਲ ਬਿਲਕੁਲ ਜ਼ਰੂਰੀ ਹੈ ਉਦੋਂ ਤੇ ਪਾਸ ਹੋ ਗਿਆ ਕਿ ਅਸੀਂ ਬੱਚਾ ਇੱਕ ਵੀ ਨਹੀਂ ਜਾਣ ਦਵਾਂਗੇ ਫਿਰ ਇਹ ਚਲੇ ਗਿਆ ਜੁਡੀਸ਼ਰੀ ਕੋਲ ਔਰ ਜਿਹੜੀ ਸੁਰੱਖਿਆ ਉੱਤੇ ਫੋਰਸ ਹੈਗੀ ਆ ਉਹ ਜਦੋਂ ਇਹਨਾਂ ਨੇ ਪੀਆਰ ਲੈਣ ਦੀ ਅਪਲਾਈ ਕੀਤਾ ਸੀਗੇ ਉਹਨਾਂ ਨੇ ਇਹਨਾਂ ਦੇ ਕਾਗਜ਼ ਜਿਹੜੇ ਲਏ ਉਹ ਝਾਲੀ ਨਿਕਲੇ ਔਰ ਉਹਨਾਂ ਨੇ ਫਿਰ ਇਹ ਕਹਿਤਾ ਕਿ ਇਮੀਡੀਏਟ ਹਨ ਨੂੰ ਉੱਥੋਂ ਡਿਪੋਰਟ ਕਰ ਦਿਓ ਹਰੇ ਬੱਚੇ ਜਿਹੜੇ ਸੀ ਉਹਨਾਂ ਦੀ ਟਿਕਟਾਂ ਕੱਟੀਆਂ ਗਈਆਂ ਸਾਰਾ ਕੁਝ ਹੋ ਗਿਆ ਏਅਰਪੋਰਟ ਦੇ ਨੇੜੇ ਆ ਕੇ ਇਮੀਡੀਏਟ ਮਸਲਾ ਜਿਹੜਾ ਹੈਗਾ ਉਹਨਾਂ ਦੇ ਪਾਰਲੀਮੈਂਟ ਚ ਗਿਆ ਪਾਰਲੀਮੈਂਟ ਚ ਫਿਰ ਸਾਰਾ ਇਹ ਮਸਲਾ ਤੈ ਹੋਣ ਤੋਂ ਬਾਅਦ ਇਹ ਗੱਲ ਲੇਪਰੇ ਚੜ ਗਈ ਔਰ ਉਸ ਬਾਅਦ ਜਿਹੜਾ ਇਹਨਾਂ ਦਾ ਪ੍ਰਿਜ਼ਰਜੀ ਨੇ ਇਮੀਗ੍ਰੇਸ਼ਨ ਮਿਨਿਸਟਰ ਉਹਨਾਂ ਤੋਂ ਹਦਾਇਤ ਹੋ ਗਈ ਉਹਨਾਂ ਨੂੰ ਕਿ ਤੁਸੀਂ ਇਹਨਾਂ ਨੂੰ ਇਹਨਾਂ ਦੀ ਫੇਵਰ ਦੇ ਵਿੱਚ ਲਿਆਓ ਤਾਂ ਕਿ ਬੱਚੇ ਜਿਹੜੇ ਹੈਗੇ ਆ ਇੱਥੋਂ ਆਪਣਾ ਕੈਰੀਅਰ ਤਬਾਹ ਕਰਕੇ ਨਾ ਜਾਣ ਔਰ ਉਹ ਹੁਣ ਅੱਜ ਜਿਹੜਾ ਨਵਾਂ ਮਸਲਾ ਇਹਦੇ ਚ ਆ ਗਿਆ ਕਿ ਹੁਣ ਇਹਦੇ ਤੇ ਰਾਹਤ ਦਿੱਤੀ ਗਈ ਹੈ ਇਸ ਕਰਕੇ ਰਾਹਤ ਦਿੱਤੀ ਗਈ ਹੈ ਕਿ ਇਹਨਾਂ ਨੇ ਟੁੱਟੋ ਸਾਹਿਬ ਨੇ ਕਿਹਾ ਤਾਂ ਕਿ ਉਹ ਬੰਦੇ ਫੜੋ ਇਹ ਪੰਜਾਬ ਗਵਰਨਮੈਂਟ ਨੂੰ ਤਾਂ ਆ ਗਿਆ ਉਹ ਬੰਦਾ ਫੜੋ ਜਿਹੜੇ ਬੰਦੇ ਨੇ ਇਹਨਾਂ ਦੇ ਫੇਕ ਕਾਗਜ਼ ਲਾ ਕੇ ਭੇਜਿਆ ਹੁੰਦੇ ਕਸੂਰ ਉਹ ਹੀ ਹੈ ਦੋਸ਼ੀ ਉਹ ਹੈਗਾ ਬੱਚਿਆਂ ਦਾ ਕੋਈ ਕਸੂਰ ਨਹੀਂ ਇਹਦੇ ਵਿੱਚ ਬੱਚਿਆਂ ਨੂੰ ਇੱਥੇ ਰੱਖਿਆ ਜਾਊਗਾ ਦੋਸ਼ੀ ਨੂੰ ਫੜਿਆ ਜਾਊਗਾ ਔਰ ਉਹਦੇ ਨਾਲ ਬੇੜੀ ਪੂਰੀ ਟੀਮ ਉਹ ਅਜੇ ਤੱਕ ਜਿਹੜਾ ਮਿਸਟਰ ਬ੍ਰਿਜ ਮਿਸ਼ਰਾ ਨੇ ਵਜੇ ਤੱਕ ਨਹੀਂ ਫੜਿਆ ਗਿਆ ਜਿਹੜਾ ਬਸ ਸਟੈਂਡ ਜਲੰਧਰ ਦੇ ਆਲੇ ਦੁਆਲੇ ਕੋਈ ਦਾ ਇੱਕ ਬਹੁਤ ਵੱਡੀ ਮਾਰਕੀਟ ਆ ਜਿਹੜੇ ਜਿਹੜੇ ਜਿੱਥੇ ਇਮੀਗ੍ਰੇਸ਼ਨ ਦੇ ਜਿਹੜੇ ਟਰੈਵਲ ਏਜੰਟ ਬੈਠੇ ਆ ਉਹ ਬੰਦਾ ਰੂਪੋਸ਼ ਹੋ ਗਿਆ ਲੱਭਦਾ ਹੀ ਨਹੀਂ ਕਿੱਥੇ ਕਿੱਥੇ ਚਲੇ ਗਿਆ ਇਹ ਹੁਣ ਪੰਜਾਬ ਗਵਰਨਮੈਂਟ ਦੀ ਵੀ ਜਿਹੜੀ ਆ ਨਾ ਕਾਮਯਾਬੀ ਹੈ ਉਹਨਾਂ ਨੂੰ ਫੜ ਲੈਣਾ ਚਾਹੀਦਾ ਦਾ ਦਫਤਰ ਬੰਦ ਕਰਕੇ ਸੀਲ ਕਰਨਾ ਚਾਹੀਦਾ ਕਿਉਂਕਿ ਮੁੱਦਾ ਤਾਂ ਪੰਜਾਬ ਤੇ ਹੀ ਹੋਣਾ ਔਰ ਇੱਕ ਗੱਲ ਹੋਰ ਆ ਸਾਡੇ ਦਰਸ਼ਕ ਜਾਣਦੇ ਆ ਇਹਦੇ ਵਿੱਚ ਸਾਰੇ ਮੁੰਡੇ ਬਕਾਇਦਾ ਜਿਹੜੇ ਜ਼ਿਆਦਾ ਬੱਚੇ ਨੇ ਉਹ ਪੰਜਾਬ ਦੇ ਹੀ ਆ ਬਾਹਰਲੇ ਸੂਬਿਆਂ ਦੇ ਘਟ ਪੰਜਾਬੀ ਜ਼ਿਆਦਾ ਮੁੰਡੇ ਉੱਥ ਹੁਣ ਉਹਨਾਂ ਨੂੰ ਇੱਕ ਤਾਂ ਗੱਲ ਵੱਡੀ ਖੁਸ਼ਖਬਰੀ ਅਸੀਂ ਪਹਿਲਾਂ ਹੀ ਦੇ ਚੁੱਕੇ ਹਾਂ ਕਿ ਮੁੰਡੇ ਉੱਥੋਂ ਨਹੀਂ ਆਉਣਗੇ ਤੇ ਨਾ ਆ ਸਕਦੇ ਆ ਇਮੀਗ੍ਰੇਸ਼ਨ ਮਿਨਿਸਟਰ ਜਿਹੜੇ ਉਹਨਾਂ ਨੂੰ ਹਦਾਇਤਾਂ ਹੋ ਗਈਆਂ ਉਹਨਾਂ ਨੇ ਕਰਨਾ ਹੈਗਾ ਹੁਣ ਇਹ ਤਾਂ ਪਤਾ ਅਜੇ ਪੀਆਰ ਮਿਲਦੀ ਜਾਂ ਨਹੀਂ ਮਿਲਦੀ ਚਾਹ ਫਰਾਈ ਦੁਬਾਰਾ ਕਰਨਗੇ ਕਾਗਜ਼ ਪੱਤਰ ਫਿਰ ਦੁਬਾਰਾ ਬਣੂਗਾ ਔਰ ਜਾਲੀ ਪੱਤਰਾਂ ਤੇ ਤੇ ਨਹੀਂ ਮਿਲ ਸਕਦੀ ਕਿਉਂਕਿ ਇਹ ਵੀ ਇਮੀਗ੍ਰੇਸ਼ਨ ਜਿਹੜੀ ਹੈਗੀ ਆ ਅੰਬੈਸੀ ਆ ਕਿੱਦਾਂ ਦੇ ਦੂ ਜਿਹੜੇ ਜਾਲੀ ਬੈਠੇ ਉੱਥੇ ਪਰ ਉਹਨਾਂ ਨੇ ਕਿਹਾ ਕਿ ਮੁੰਡਿਆਂ ਨੇ ਕਿਹਾ ਮੁੰਡਿਆਂ ਨੂੰ ਇਹਨਾਂ ਨੇ ਪੁੱਛਿਆ ਵੀ ਤੁਸੀਂ ਇੱਥੇ ਕੁਝ ਅਚੀਵ ਕੀਤਾ ਜਦੋਂ ਰਹੇ ਜਾਂ ਕੀਤਾ ਬੱਚਿਆਂ ਨੇ ਦੱਸਿਆ ਕਿ ਅਸੀਂ ਸਟੱਡੀ ਕੀਤੀ ਆ ਪੜੇ ਆ ਸਾਨੂੰ ਨਹੀਂ ਸੀ ਪਤਾ ਕਿ ਸਾਡੇ ਅਸੀਂ ਆਪਣੇ ਝੋਲਿਆਂ 'ਚ ਜਿਹੜੇ ਗਲਤ ਕਾਗਜ਼ ਪਾਈ ਫਿਰਦੇ ਆ ਸਾਨੂੰ ਤਾਂ ਬਾਅਦ 'ਚ ਪਤਾ ਲੱਗਾ ਬੱਚੇ ਬਿਲਕੁਲ ਸੱਚੇ ਆ ਜਿਹੜੇ ਬੱਚੇ ਤਾਂ ਸਦਾ ਸਦਾ ਸੱਚੇ ਹੀ ਹੁੰਦੇ ਆ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਪਰ ਪੈਸਾ ਬਰਬਾਦ ਮਹਾਂਪੀੜਾ ਹੋ ਗਿਆ ਉਸ ਧਰਤੀ ਤੇ ਚਲੇ ਗਏ ਪਰ ਉਸ ਗਵਰਨਮੈਂਟ ਨੇ ਇੱਕ ਗੱਲ ਬਹੁਤ ਵਧੀਆ ਕੀਤੀ ਹੈ ਸਾਡਾ ਇਕਨੋਮਿਕਲ ਜਿਹੜਾਂ ਦੀ ਸਾਡੀ ਵਿਵਸਥਾ ਹੈਗੀ ਹੈ ਮਜ਼ਬੂਤ ਹੁੰਦੀ ਆ ਬੱਚਿਆਂ ਨਾਲ ਜਿਹੜੇ ਇੱਥੇ ਪੜਨ ਆਉਂਦੇ ਆ ਕਿਉਂਕਿ ਪੈਸਾ ਲੈ ਕੇ ਆਉਂਦੇ ਆ ਪੈਸਾ ਇਕਨੋਮਿਕਲੀ ਜਿਹੜੀ ਸਥਿਤੀ ਆ ਵਾਧ ਜਾਂਦੀ ਉਹਨਾਂ ਲਈ ਬਿਲਕੁਲ ਵਧ ਜਾਂਦੀ ਹੈ ਔਰ ਹੋਪਫੁਲੀ ਇਹਦੇ ਅچھے ਨਤੀਜੇ ਆਉਣਗੇ ਔਰ ਜੋ ਸੁਪਨੇ ਲੈ ਕੇ ਬੱਚੇ ਉੱਥੇ ਗਏ ਨੇ ਸੁਪਨਿਆਂ ਨੂੰ ਸੱਚ ਕਰਨ ਵਾਸਤੇ ਕੋਸ਼ਿਸ਼ ਜ਼ਰੂਰ ਕਰਨੀ ਸਾਰਿਆਂ ਦੀ ਅਰਦਾਸ ਹੈ ਜਿਹੜੇ ਬੱਚੇ ਆ ਉੱਥੋਂ ਨਾ ਆਉਣ ਬੱਚੇ ਰਹਿਣ ਜਿਹੜੇ ਵੱਡੇ ਸੁਪਨੇ ਲੈ ਕੇ ਗਏ ਆ ਜਿੱਦਾਂ ਤੁਸੀਂ ਸੁਪਨਿਆਂ ਦੀ ਗੱਲ ਕੀਤੀ ਆ ਉਹਨਾਂ ਦੀ ਜ਼ਿੰਦਗੀ ਉਹਨਾਂ ਚਾਹੀਦੀ ਹੈ ਜੇ ਕੱਲ ਨੂੰ ਇੱਥੇ ਆ ਜਾਂਦੇ ਆ ਤੇ ਕਿਸੇ ਕੰਮਜੋਗ ਨਹੀਂ ਰਹਿਣਗੇ ਫਰਸਟ੍ਰੇਟ ਹੋ ਜਾਣਗੇ ਫਰਸਟ੍ਰੇਸ਼ਨ ਚ ਨਸ਼ੇ ਵਾਲੇ ਪਾਸੇ ਆ ਜਾਣਗੇ ਮਾਂ ਪੇ ਰੁੰਦਾ ਰਹ ਜੂਗਾ ਮਾਂ ਪੇ ਵੀ ਫਿਰ ਬੁੱਡੇ ਛੇਤੀ ਹੋ ਜਾਣਗੇ ਛੇਤੀ ਮਰ ਜਾਣਗੇ ਇਹ ਹਾਲਾਤ ਹੋ ਜਾਣਗੇ ਪੰਜਾਬ ਦੇ 700 ਕਰ ਜਿਹੜਾ ਉਹ ਦੁਬਾਰਾ ਫਿਰ ਤਬਾਹ ਹੋ ਸਕਦਾ ਬਿਲਕੁਲ ਜੀ ਤੇ ਮੁੜ ਕੇ ਆਪਾਂ ਉਸੇ ਗੱਲ ਤੇ ਆਉਣੇ ਜਿੱਥੋਂ ਸ਼ੁਰੂ ਕੀਤੀ ਸੀ ਹਮ ਕਿ ਮੋਦੀ ਸਾਹਿਬ ਦਾ ਜੋ ਦੌਰਾ ਹੈ ਆ ਹੁਣ ਨੇੜੇ ਆ ਰਹੀ ਹੈ ਡੇਟ ਆ ਹਫਤਾ ਦਸ ਦੇ ਨਹੀਂ ਰਹਿ ਗਏ ਨੇ ਔਰ ਉਹਨਾਂ ਨੇ ਅਮਰੀਕਾ ਜਾਣਾ ਹੈ ਸੋ ਇਹਦੇ ਲਈ ਸਾਰੀਆਂ ਤਿਆਰੀਆਂ ਚਲਦੀਆਂ ਪਈਆਂ ਨੇ ਔਰ ਦੋਵੇਂ ਮੁਲਕਾਂ ਦੇ ਜਿਹੜੇ ਹਮ ਰਤਬਾ ਬਿਊਰੋਕਰੇਟਸ ਨੇ ਆਪਸ ਦੇ ਵਿੱਚ ਮਿਲ ਕੇ ਸਾਰੀ ਸਟ੍ਰੈਟੇਜੀ ਬਣਾਉਂਦੇ ਪਏ ਨੇ ਕਿ ਕਿਹੜੇ-ਕਿਹੜੇ ਮੁੱਦਿਆਂ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ ਅਸੀਂ ਇੱਕ ਤਾਂ ਬਿਜ਼ਨਸ ਦੀ ਤਾਂ ਗੱਲ ਕਰਨੀ ਹੋਈ ਹੈ ਆਈਟੀ ਇੰਡਸਟਰੀ ਦੀ ਵੀ ਗੱਲ ਹੋਣੀ ਹੈ ਇੱਕ ਅਸੀਂ এনवायरमेंट ਦੀ ਗੱਲ ਕਰਦੇ ਹੀ ਪਏ ਆ ਔਰ ਇੱਕ ਅਸੀਂ ਨਾਲ ਕਰਦੇ ਪਏ ਆ ਇੰਟਰਨੈਸ਼ਨਲ ਸਿਕਿਉਰਿਟੀ ਦੀ ਜਿਹੜੀ ਟੈਰੋਰੀਜ਼ਮ ਨੂੰ ਲੈ ਕੇ ਸਾਰੇ ਮੁਲਕਾਂ ਦੇ ਵਿੱਚ ਪੱਕਿਆ ਹੋਇਆ ਮਸਲਾ ਹੈ ਉਭੀ ਅਸੀਂ ਗੱਲ ਕਰ ਰਹੇ ਹਾਂ ਕਿ ਅਸੀਂ ਉਹ ਜਿਹੜਾ ਇਮੀਗ੍ਰੇਸ਼ਨ ਦਾ ਸਮਾਂ ਹੈ ਉਹ ਘਟਾਉਣ ਦੀ ਗੱਲ ਉਹ ਤਾਂ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਤੇ ਇਸ ਦੇ ਨਾਲ ਨਵੇਂ ਆ ਹੋਰ ਕਿਹੜੀਆਂ ਟ੍ਰੇਡ ਡੀਲਸ ਸਾਈਨ ਹੋਣਗੀਆਂ ਉਹ ਗੱਲ ਹੋਏਗੀ ਤੇ ਸਭ ਤੋਂ ਇੰਪੋਰਟੈਂਟ ਚਾਈਨਾ ਨੂੰ ਕਿਵੇਂ ਕੰਟਰੋਲ ਕਰਨਾ ਕਿਉਂਕਿ ਚਾਈਨਾ ਹਰ ਥਾਂ ਦੇ ਉੱਤੇ ਜਿਹਨੂੰ ਆਪਾਂ ਪੰਜਾਬੀ ਚ ਕਹੀਏ ਪੰਗਾ ਲੈਂਦਾ ਹੈ ਸਭ ਦੇ ਵਾਸਤੇ ਮੁਸ਼ਕਲ ਖੜੀ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਕਿਸ ਤਾਂ ਕਰੇਗਾ ਔਰ ਅਮਰੀਕਾ ਦੀ ਕੋਸ਼ਿਸ਼ ਇਹ ਰਹੇਗੀ ਕਿ ਚੀਨ ਦੇ ਨਾਲ ਤੇ ਜੋ ਸੰਬੰਧ ਹੈਗੇ ਹੈਗੇ ਨੇ ਪਰ ਜੋ ਸਾਡੇ ਰਸ਼ੀਆ ਨਾਲ ਸੰਬੰਧ ਨੇ ਸਾਨੂੰ ਰਸ਼ੀਆ ਦੀ ਗੋਦੀ ਚੋਂ ਕੱਢ ਕੇ ਆਪਣੀ ਗੋਦੀ ਚ ਲੈ ਕੇ ਜਾਵੇ ਇਹ ਅਮਰੀਕਾ ਦੀ ਕੋਸ਼ਿਸ਼ ਰਹੇਗੀ ਪਰ ਚੀਨ ਦੇ ਸੰਬੰਧ ਰਸ਼ੀਆ ਨਾਲ ਬੜੇ ਜ਼ਬਰਦਸਤ ਨੇ ਰਸ਼ੀਆ ਦੇ ਸੰਬੰਧ ਇੰਡੀਆ ਨਾਲ ਬੜੇ ਜ਼ਬਰਦਸਤ ਨੇ ਔਰ ਇਸ ਜਗ੍ਹਾ ਦੇ ਉੱਤੇ ਖੜਾ ਹੈ ਅਮਰੀਕਾ ਉਹਦੇ ਚੀਨ ਨਾਲ ਕਿਦਾਂ ਦੇ ਸੰਬੰਧ ਨੇ ਅਸੀਂ ਦੇਖਦੇ ਹਾਂ ਤਾਈਵਾਨ ਦੀ ਤੁਸੀਂ ਗੱਲ ਕਰ ਹੀ ਚੁੱਕੇ ਹੋ ਤਾਈਵਾਨ ਦਾ ਬਹੁਤ ਕੁਝ ਸ਼ਿਫਟ ਹੋ ਕੇ ਅਮਰੀਕਾ ਜਾ ਚੁੱਕਾ ਹੈ ਇੰਡਸਟਰੀਅਲ ਯੂਨਿਟ ਵੀ ਜਾ ਚੁੱਕੇ ਨੇ ਸਿਕਿਉਰਿਟੀ ਵਾਸਤੇ ਔਰ ਚਾਈਨਾ ਨੇ ਵੀ ਕਿਹਾ ਕਿ ਜੇ ਤਾਈਵਾਨ ਨੂੰ ਛੇੜਦਾ ਹੈ ਚੀਨ ਅਸੀਂ ਤਾਈਵਾਨ ਦੀ ਸਪੋਰਟ ਵਾਸਤੇ ਆਵਾਂਗੇ ਸੋ ਇਹ ਮਸਲਾ ਜੀਓ ਪੋਲਿਟਿਕਸ ਦੇ ਨਜ਼ਰੀਏ ਨਾਲ ਕਾਫੀ ਕੰਪਲਿਕੇਟਿਡ ਹੈ ਕਿ ਚਾਈਨਾ ਨੂੰ ਕਿਵੇਂ ਕੰਟਰੋਲ ਕਰਨਾ ਹੈ ਤੇ ਰਸ਼ੀਆ ਤੋਂ ਅਮਰੀਕਾ ਵੱਲ ਕਿਦਾਂ ਡਾਇਵਰਟ ਕਰਨਾ ਹੈ ਇੰਡੀਆ ਨੂੰ ਪਰ ਇੰਡੀਆ ਵੀ ਬਿਲਕੁਲ ਸਲੋ ਚੱਲਦਾ ਇੰਡੀਆ ਨੂੰ ਕਿਹਾ ਜਾਂਦਾ এলিਫੈਂਟ ਆ ਹਾਥੀ ਦੀ ਚਾਲ ਚੱਲਦਾ ਬੜੀ ਸੋਰਟ ਸਮਝ ਕੇ ਫੋਰਨ ਪੋਲਿਸੀ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਨਾ ਹਾਥੀ ਤੁਰਦਾ ਰਹਿੰਦਾ ਕੁੱਤੇ ਭੌਂਕਦੇ ਰਹਿੰਦੇ ਨੇ ਇਸ ਕਰਕੇ ਇਹ ਜਿਹੜੀ ਪੋਲਿਸੀ ਰੱਖੀ ਹੋਈ ਹੈ ਇੰਡੀਆ ਨੇ ਉਹ ਰੱਖੀ ਹੋਈ ਹੈ ਯਾਰ ਇਹ ਲਾਈਨ ਨਹੀਂ ਬੋਲਾਂਗਾ ਅਜੀਬ ਲੱਗਦਾ ਉਂਗਲ ਤੋਂ ਦੁਆਰਾ ਕਰ ਲੇ। ਇੱਥੋਂ ਲੈ ਲੈਂਦਾ। ਹੂੰ। ਸੋ ਜਿੱਦਾਂ ਆਪਾਂ ਇੰਡੀਆ ਦੀ ਫੋਰਨ ਪੋਲਿਸੀ ਨੂੰ ਲੈਂਦੇ ਆ ਉਹਨੂੰ ਕਿਹਾ ਜਾਂਦਾ এলিਫੈਂਟ ਵਾਕਨ ਤੁਰਦਾ ਹੈ ਆਰਾਮ ਨਾਲ ਮਸਤ ਆਪਣੀ ਚਾਲ ਚੱਲਦਾ ਰਹਿੰਦਾ। ਔਰ ਆਪਣੀ ਫੋਰਨ ਪੋਲਿਸੀ ਨੂੰ ਆਪਣੇ ਅ ਮਤਾਬਿਕ ਆਪਣੀਆਂ ਸ਼ਰਤਾਂ ਦੇ ਮਤਾਬਿਕ ਲਾਗੂ ਕਰਦਾ ਹੈ। ਸੋ ਇਹ ਮਸਲਾ ਕਾਫੀ ਜ਼ਿਆਦਾ ਵਿਚਾਰਯੋਗ ਹੋਏਗਾ ਔਰ ਇਹ ਬੜਾ ਦਿਲਚਸਪ ਹੋਣ ਲੱਗਾ ਹੈ ਜਿਹੜਾ 21 ਤੋਂ 24 ਤਰੀਕ ਤੱਕ ਦਾ ਜਿਹੜਾ ਘਟਨਾਕਰਮ ਹੈ ਮੋਦੀ ਸਾਹਿਬ ਦੀ ਵਿਜ਼ਿਟ ਦਾ ਜਿਹੜੀ ਸਟੇਟ ਵਿਜ਼ਿਟ ਹੋਣ ਜਾ ਰਹੀ ਹੈ ਜੀ ਬਲਕਾ ਜੀ ਆ ਵੈਸੇ ਐਤਕੀ ਰਾਜਨੀਤੀ ਤੋਂ ਥੋੜਾ ਜਿਹਾ ਹਟਵਾ ਮਾਮਲਾ ਹੈਗਾ ਜਿਹੜੇ ਇਸ਼ੂ ਲੈ ਕੇ ਜਾ ਰਹੇ ਆ ਜਿਹੜੇ ਮੁੱਦੇ ਮਸਲੇ ਨਾਲ ਲੈ ਕੇ ਜਾ ਰਹੇ ਆ ਐਤਕੀ ਇਹਨਾਂ ਨੇ ਵੈਸੇ ਕਿਹਾ ਕਿ ਜਿਹੜੇ ਮਾਡਰਨ ਟੈਕਨੀਕ ਨੇ ਜਿਹੜੀ ਕਮਿੰਗ ਟੈਕਨੀਕ ਹੈ ਜਿਹਨਾਂ 5G ਇਹਨਾਂ ਨੇ ਲਾਗੂ ਕਰ ਦਿੱਤਾ ਸੀ ਇੰਡੀਆ 'ਚ ਔਰ ਉਹਦੇ 'ਚ ਅਮਰੀਕਾ ਦੀ ਦੇਣ ਹੀ ਹੈਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਆਰਟੀਫੀਸ਼ੀਅਲ ਇੰਟੈਲੀਜੈਂਸ ਉਹਦੇ ਤੇ ਨਾਲ ਵੀ ਹੈਗੀ ਹੈ ਜਿਹੜੇ ਮਾਡਰਨ ਟੈਕਨੀਕਸ ਹੈਗੇ ਉਹਨਾਂ ਨਾਲ ਕਿਹਾ ਕਿ ਲੋਕਤੰਤਰ ਵਿੱਚ ਇਹਨਾਂ ਨੂੰ ਮੁਹਈਆ ਕਿਸ ਤਰ੍ਹਾਂ ਕਰਨਾ ਇਹ ਇੱਕ ਵਧੀਆ ਮੁੱਦਾ ਲੈ ਕੇ ਜਾ ਰਹੇ ਆ ਮੋਦੀ ਸਾਹਿਬ ਤਨ ਪਤਾ ਬੋਲਦੇ ਵੀ ਵਧੀਆ ਤਰੀਕੇ ਨਾਲ ਹੈਗਾ ਔਰ ਇਹਨਾਂ ਦੀ ਸਪੀਚ ਵੀ ਬੜੀ ਲੰਬੀ ਹੁੰਦੀ ਆ ਔਰ ਬੜੀ ਤਿਆਰੀ ਨਾਲ ਜਾਂਦੇ ਆ ਹੀ ਇਜ਼ ਅ ਵੈਰੀ ਗੁੱਡ ਰੇਟਰ ਬਹੁਤ ਅੱਛੇ ਸਪੀਕਰ ਹੈ ਸਾਡੇ ਪਹਿਲੇ ਪ੍ਰਧਾਨ ਮੰਤਰੀ ਤੇ ਰਹੇ ਬਹੁਤ ਇੰਟੈਲੈਕਚੁਅਲ اور ਬਹੁਤ ਵਧੀਆ ਆਈਕਿਊ ਦੇ ਬੰਦੇ ਸੀਗੇ ਔਰ ਬਹੁਤ ਵੱਡੇ ਅਰਥ ਸ਼ਾਸਤਰੀ ਸੀ ਪਰ ਬੋਲਣ ਲੱਗੇ ਥੋੜਾ ਜਿਹਾ ਉਹਨਾਂ ਨੂੰ ਇਹਨਾਂ ਚੀਜ਼ ਚ ਝਟ ਹੁੰਦੀ ਸੀ ਐਜੀਟੇਸ਼ਨ ਹੁੰਦੀ ਸੀ ਅਰੇ ਬੋਲਦੇ ਸਫਾ ਸਿੱਧਾ ਹੀ ਪਰ ਫਰਾਟਾਦਾਰ ਔਰ ਉਹਦੇ ਤੇ ਇਹਨਾਂ ਨੇ ਹੁਣ ਉੱਥੇ ਜਾ ਕੇ ਸਪੀਚ ਵੀ ਇਹਨਾਂ ਦੀ ਹੈਗੀ ਆ ਔਰ ਬਾਜਨ ਸਾਹਿਬ ਨੇ ਇਹਨਾਂ ਨੂੰ ਵੈਲਕਮ ਕਰਨਾ ਉੱਥੇ ਜਾ ਕੇ ਔਰ ਜਿੰਨੇ ਉਥੇ ਦੇ ਵਿਦੇਸ਼ ਮੰਤਰੀ ਉਹਨਾਂ ਨਾਲ ਉਸ ਤੋਂ ਪਹਿਲਾਂ ਉਹਦੇ ਬਾਰੇ ਮੀਟਿੰਗ ਹੋ ਚੁੱਕੀ ਆ ਪਹਿਲਾਂ ਕਿ ਉਹ ਇੱਕ ਪੁਰੇ ਆ ਚੁੱਕੇ ਥੇ ਵੇਚ ਚੁੱਕੇ ਆ ਕਿ ਕੀ ਕੀ ਮੁੱਦੇ ਜਾਣੇ ਆ ਔਰ ਸਾਡੀ ਫੋਰਨ ਪਾਲਸੀ ਆ ਉਹਨਾਂ ਦੀ ਪਾਲਸੀ ਪਰ ਇਹ ਬੜੀ ਵੱਡੀ ਲੋਕਾਂ ਲਈ ਇੱਕ ਵੱਡੀ ਦੇਣ ਹੈ ਕੰਟਰੀਬਿਊਸ਼ਨ ਹੈ ਕਿ ਜਿਹੜਾ ਡਿਵੈਲਪਿੰਗ ਕੰਟਰੀ ਆ ਇੰਡੀਆ ਵਰਗੇ ਦੇਸ਼ ਨੂੰ ਇੱਕ ਵੱਡੀ ਸਿਖਰ ਦਾ ਦੇਸ਼ ਜਿਹੜਾ ਹੈਗਾ ਸੁਪਰ ਕੰਟਰੀ ਵੈਲਕਮ ਕਰ ਰਹੀ ਹੈ ਐਕਚੁਅਲੀ ਗੱਲ ਸੁਣਦੀ ਨਹੀਂ ਤੇ ਬੜਾ ਤਕੜਾ ਬੰਦਾ ਗੱਲ ਨਹੀਂ ਸੁਣਦਾ ਕਿਸੇ ਦੀ ਅਮਰੀਕਾ ਦੀ ਡੈਮੋਕ੍ਰੇਸੀ ਸਭ ਤੋਂ ਪੁਰਾਣੀ ਤੇ ਵਾਰਦੀ ਡੈਮੋਕ੍ਰੇਸੀ ਸਭ ਤੋਂ ਵੱਡੀ ਦੋਵੇਂ ਮਿਲਣ ਜਾ ਰਹੀਆਂ ਨੇ ਸਾਨੂੰ ਵਧੀਆ ਲੱਗੇਗਾ ਇੱਕ ਗੱਲ ਤੇ ਮੈਂ ਤੁਹਾਨੂੰ ਫੋਰ ਸ਼ੋਰ ਕਹਿ ਸਕਦਾ ਕਿ ਇੱਕ ਗੱਲ ਤਾਂ ਹੋਣੀ ਹੀ ਹੋਣੀ ਹੈ ਬਾਈਡਨ ਸਾਹਿਬ ਤੇ ਮੋਦੀ ਸਾਹਿਬ ਨੇ ਜੱਫੀ ਪਾਣੀ ਉਹ ਤਾਂ ਪਾਣੀ ਉਹਨੇ ਕਿਹਨੂੰ ਪੁੱਛ ਕੇ ਨਹੀਂ ਪਾਣੀ ਔਰ ਇਹ ਬੜੀ ਘੁੱਟ ਕੇ ਜੱਫੀ ਪਾਉਣਗੇ ਸੋ ਤੁਸੀਂ ਵੀ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਸਾਡਾ ਚੈਨਲ ਪੰਜਾਬ ਮੇਲ ਯੂਐਸਏ ਟੀਵੀ ਸਬਸਕ੍ਰਾਈਬ ਕਰੋ ਚਲਿਏ ਬਲਕਾ ਜੀ ਜ਼ਰੂਰ ਸਤਿ ਸ੍ਰੀ ਅਕਾਲ